ਬਾਕੀ ਗੱਲ ਇਹ ਵੀ ਜਦੋਂ ਪੰਜਾਬ ਦੇ ਵਿੱਚ ਵਰਧੀਆਂ ਗੋਲੀਆਂ ਸੀ ਜੇ ਸਰਕਾਰੀ ਤੰਤਰ ਦਾ ਸਰਪਸਤੀ ਹੁੰਦੀ ਤਾਂ ਗੋਲੀਆਂ ਵਾਲਿਆਂ ਨੂੰ ਤੁਹਾਡੇ ਖਾਲਜ ਗੁਰਪ੍ਰੀਤ ਸਿੰਘ ਗਿੱਲ ਮਾਰਨ ਦਾ ਔਖਾ ਸੀ ਕਿ ਜਗਦੇਵ ਸਿੰਘ ਜਸਵਾਲ ਮਾਰਨ ਦਾ ਔਖਾ ਸੀ ਭੈੜਾ ਬੋਲ ਸੀ ਕਿਸੇ ਨੂੰ ਵੀ ਸਟੇਜ ਤੇ ਨਹੀਂ ਕਾਉਣ ਦਿੱਤਾ ਅੱਛਾ ਗੁੱਟੂ ਫੜ ਕੇ ਲਾ ਦਿੰਦੇ ਸੀ ਜਿਉ ਸਰਕਾਰ ਦੀ ਬੋਲੀ ਬੋਲਣਾ ਮੇਲਾ ਹੁੰਦਾ ਜੀ ਜੀ ਤਾਂ ਸ਼ਾਇਦ ਉਸ ਵਕਤ ਦੀਆਂ ਗੋਲੀਆਂ ਤੋਂ ਉਹਨੇ ਬਚ ਕੇ ਨਹੀਂ ਸੀ ਰਹਿਣਾ ਜਿਨ੍ਹਾਂ ਨੇ ਉਹਨਾਂ ਵਕਤਾਂ ਦੇ ਵਿੱਚ ਉਸ ਕਿਸਮ ਦੇ ਗੀਤ ਗਾਏ ਜਿਹੜੇ ਸਿੱਧਮ ਸਿੱਧੇ ਦੇ ਭਾਵੇਂ ਉਸ ਵਕਤ ਦੇ ਬੰਦੂਕਧਾਰੀਆਂ ਦੇ ਹੱਕ 'ਚ ਨਹੀਂ ਸੀ ਜਾਂਦੇ ਜੇ ਇਹੀ ਗੱਲ ਹੋਵੇ ਤਾਂ ਹੰਸਰਾ ਦੇ ਹੰਸ ਕਿਵੇਂ ਮੇਲੇ ਦੇ ਗਾ ਜਾਂਦਾ ਕਿ ਅੱਛਾ ਕਿਤੇ ਮੇਲੇ ਦੇ ਦੌਰਾਨ ਉਹਨਾਂ ਮੇਲਿਆਂ ਦੇ ਕਾਲੇ ਦੌਰ ਦੇ ਸਮੇਂ 'ਚ ਕਿਤੇ ਕੋਈ ਦਿੱਕਤ ਸਿੰਘਾਂ ਵੱਲੋਂ ਜਾਂ ਕੋਈ ਆਉਣਾ ਜਾਂ ਕਹਿਣਾ ਬਹੁਤ ਇਹ ਤੇ ਉਸ ਜਿਹੜੀ ਆਪਣੀ 1.47 ਦੇ ਉੱਤੇ ਪੰਜਾਬ ਵਜਤ ਚ ਆ ਕੇ ਤੇ ਅ ਦਰਦ ਪਰ ਗੀਤ ਗਾਉਂਦੇ ਸੀ ਪਰ ਨਾ ਤਾਂ ਕਤਲ ਕਰਨ ਵਾਲੇ ਅਸੀਂ ਸੀ ਸੀ ਨਾਕਤਲ ਕਰਨ ਵਾਲੇ ਉਹ ਸੀ ਜਿਹੜੇ ਸਾਨੂੰ ਮਿਲਦੇ ਨੇ ਯਾਦਗਾਰ ਵੇਲਾ ਹਮ ਕੀਤੇ ਕੌਲ ਗੱਲਾਂ ਮਿੱਠੀਆਂ ਹਮ ਦਿਨ ਵਿੱਚ ਲਿਖਦਾ ਸੀ ਚਾਰ ਚਾਰ ਚਿੱਠੀਆਂ ਜੀ ਤੇਰੇ ਨਾਲੋਂ ਕੱਚੀਆਂ ਮੁਹੱਬਤਾਂ ਨਾ ਡੇਠੀਆਂ ਹਮ ਤੇ ਸਰਕਾਰ ਬयंसे ਸਰਕਾਰ ਨੇ ਪੰਜਾਬ ਦੇ ਪਿੰਡਾਂ ਦੇ ਵਿੱਚ ਆਪਣੇ ਗਾਇਕ ਭੇਜਣ ਸ਼ੁਰੂ ਕਰ ਦਿੱਤੇ ਉਹ ਯਾਰ ਬਿੱਟੂ ਲੋਕ ਭੇਤ ਹੀ ਨਹੀਂ ਲੱਗਣ ਦਿੰਦੇ ਵੀ ਤੁਹਾਨੂੰ ਕਿਵੇਂ ਵਰਤ ਗਏ ਹੈ ਕੌਣ ਸੀ ਇਹੋ ਮੁੰਡ ਮਾਰਨ ਵਾਲੇ ਵੀ ਸਾਡੇ ਲੱਗਦੇ ਸੀ ਮਾਰਨ ਵਾਲੇ ਵੀ ਸਾਡੇ ਲੱਗਦੇ ਸੀ ਬਿਲਕੁਲ ਯਾਰ ਜਿਹੜਾ ਬੰਦਾ ਸਪੇਰੇ ਨੂੰ ਤਾਂ 2000 ਰੁਪਏ ਵਾਲੀ ਸ਼ਰਾਬ ਦੀ ਬੋਤਲ ਗਿਫਟ ਕਰ ਸਕਦਾ ਤੇ ਗਵਰਨਰ ਨੂੰ ਤੁੱਕੇ ਵਾਲੀ ਬੋਤਲ ਚੋਂ ਪੈਗ ਲਾ ਕੇ ਪਾ ਕੇ ਦੇ ਸਕਦਾ ਤੁਸੀਂ ਉਸ ਬੰਦੇ ਨੂੰ ਕੀ ਕੀ ਕਹੋਗੇ ਪ੍ਰੈਸ ði ਬੈਲ ਆਈਕਨ ਐਂਡ ਨੈਵਰ ਮਿਸ ਅ ਵੀਡੀਓ ਫਰਮ ਡੇਲੀ ਆਵਾਜ਼ ਸਤਸ੍ਰੀਕਾਲ ਜੀ ਤੁਸੀਂ ਦੇਖ ਰਹੇ ਹੋ ਡੇਲੀ ਆਵਾਜ਼ ਤੇ ਮੈਂ ਹਾਂ ਤੁਹਾਡਾ ਆਪਣਾ ਬਿੱਟੂ ਚੱਕ ਵਾਲਾ ਅੱਜ ਦੇ ਇਸ ਖਾਸ ਪ੍ਰੋਗਰਾਮ ਦੇ ਵਿੱਚ ਅਸੀਂ ਪੁੱਜੇ ਹੋਏ ਹਾਂ ਲੁਧਿਆਣਾ ਸ਼ਹਿਰ ਦੇ ਵਿੱਚ ਲੁਧਿਆਣਾ ਆਪਣੇ ਆਪ ਦੇ ਵਿੱਚ ਜਿੱਥੇ अनेका ਪਿੰਡ ਸਮੋਈ ਬੈਠਾ ਉੱਥੇ ਹੀ ਬਹੁਤ ਸਾਰੇ ਕਲਾਕਾਰ ਸੱਭਿਆਚਾਰਕ ਪ੍ਰੇਮੀ ਸਾਹਿਤਕਾਰ ਆਪਣੀ ਬੁੱਕਲ ਦੇ ਵਿੱਚ ਜਲੀ ਬੈਠਾ ਅੱਜ ਅਸੀਂ ਪੰਜਾਬ ਦੀ ਇੱਕ ਮਾਨਮਤਾရှိ ਸ਼ਖਸੀਅਤ ਤੁਹਾਡੇ ਨਾਲ ਰੂਬਰੂ ਕਰਨ ਜਾ ਰਹੇ ਹਾਂ ਇੱਕ ਅਦਵੀ ਸ਼ਖਸੀਅਤ ਨੇ ਡਾਕਟਰ ਗੁਰਪਜਨ ਸਿੰਘ ਗਿੱਲ ਡਾਕਟਰ ਗੁਰਪ੍ਰਭਜਨ ਸਿੰਘ ਗੱਲ ਹੋਣਾ ਦੀ ਇਹ ਜੇ ਗੱਲ ਕਰੀਏ ਤਾਂ ਉਹਨਾਂ ਨੇ ਬਹੁਤ ਸਾਰੀਆਂ ਕਿਤਾਬਾਂ ਪੰਜਾਬੀ ਸਾਹਿਤ ਜਗਤ ਦੀ ਝੋਲੀ ਪਾਈਆਂ ਨੇ ਕਲਾ ਸਾਹਿਤ ਤੇ ਸੱਭਿਆਚਾਰ ਦੀ ਸਮਾਨਮਤੀ ਸਿੱਖਿਆਤ ਦੇ ਨਾਲ ਅੱਜ ਹੋਣਗੀ ਉਹਨਾਂ ਦੀ ਜ਼ਿੰਦਗੀ ਬਾਰੇ ਪੰਜਾਬੀ ਸਾਹਿਤ ਬਾਰੇ ਪੰਜਾਬੀ ਸੱਭਿਆਚਾਰ ਬਾਰੇ ਤੇ ਕਲਾ ਬਾਰੇ ਟੀਰ ਸਾਰੀਆਂ ਗੱਲਾਂ ਬਾਤਾਂ ਬਹੁਤ ਸਾਰੇ ਪੱਖਾਂ ਨੂੰ ਅੱਜ ਆਪਾਂ ਸ਼ੋਹਣ ਦੀ ਕੋਸ਼ਿਸ਼ ਕਰਾਂਗੇ ਤੇ ਗਿੱਲ ਸਾਹਿਬ ਨੂੰ ਤੁਹਾਡੇ ਅਸੀਂ ਰੂਬਰੂ ਕਰਨ ਜਾ ਰਹੇ ਹਾਂ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਸਤਿ ਸ਼੍ਰੀ ਅਕਾਲ ਬਿੱਟੂ ਬਹੁਤ ਚੰਗਾ ਲੱਗਿਆ ਪੁੱਤਰ ਮੈਂ ਤੁਹਾਡੇ ਅਕਸਰ ਇੰਟਰਵਿਊ ਸੁਣਦਾ ਰਹਿਣਾ ਮੇਰਾ ਜੀ ਕਰਦਾ ਹੁੰਦਾ ਸੀ ਕਿ ਬਿੱਟੂ ਯਾਰ ਪਤਾ ਨਹੀਂ ਮੇਰਾ ਕਦੋਂ ਕਰੇਗਾ ਜੀ ਚਲੋ ਅੱਜ ਆਪਣਾ ਉਹ ਸਮਾਂ ਜਿਹੜਾ ਇਕੱਠੇ ਹੋਣ ਦਾ ਹੋਇਆ ਜੀ ਬਹੁਤ ਸ਼ੁਕਰੀਆ ਜੀ ਤੁਹਾਡਾ ਸਾਨੂੰ ਸਮਾਂ ਦੇਣ ਲਈ ਤੇ ਗਿੱਲ ਸਾਹਿਬ ਤੁਸੀਂ ਗੁਰਦਾਸਪੁਰ ਦੇ ਵਿੱਚ ਜਨਮੇ ਬਸੰਤਕੋਟ ਤੋਂ ਲੁਧਿਆਣੇ ਦੇ ਵਾਸੀ ਕਿਵੇਂ ਹੋਏ ਥੋੜਾ ਜਿਹਾ ਸੰਖੇਪ ਦੇ ਵਿੱਚ ਦੱਸੋ ਮੇਰੇ ਮਾਪੇ ਪਾਕਿਸਤਾਨ ਤੋਂ ਉੱਜੜ ਕੇ ਆਏ ਸੀ ਨਾਰੋਵਾਲ ਜ਼ਿਲ੍ਹਾ ਬਣ ਗਿਆ ਹੁਣ ਤਾਂ ਤਹਿਸੀਲ ਸੀ ਪਹਿਲਾਂ ਜੀ ਜੀ ਨਿੱਦੋ ਕੇ ਪਿੰਡ ਸੀ ਸਾਡਾ ਜੀ 15 ਅਗਸਤ 47 ਦੇ ਆਲ ਦਵਾਲ ਕੁਝ ਦਿਨ ਹੋਏਗਾ ਜਦੋਂ ਆਏ ਜੀ ਰਵਿન્દ્ર ਨਾਪਾਰ ਕਰਕੇ ਔਰ ਪਹਿਲਾਂ ਥੋੜੀ ਦੇਰ ਅਲੀਵਾਲ ਦੇ ਕੋਲ ਇੱਕ ਪਿੰਡ ਹੈ ਕੋਲਾਰ ਉੱਥੇ ਤਿੰਨ ਸਾਲ ਰਹੇ ਕੱਚੀ ਅਲਾਟਮੈਂਟ ਤੇ ਅੱਛਾ ਫਿਰ ਬਸੰਤ ਕੋਟ ਪੱਕੀ ਅਲਾਟਮੈਂਟ ਤੇ ਆ ਗਏ ਹੂੰ ਔਰ ਮੈਂ ਆਪਣੇ ਭੈਣ ਭਰਾਵਾਂ ਚੋਂ ਸਭ ਤੋਂ ਨੇਕਾ ਬੱਚਾ ਆਪਣੇ ਮਾਪਿਆਂ ਦਾ ਜੀ ਤਰਵੰਜਾ ਚ ਮੇਰਾ ਜਨਮ ਹੋਇਆ 2 ਮਈ ਵਾਲੇ ਦਿਨ ਔਰ ਮੇਰੀ ਵੱਡੀ ਭੈਣ ਜੀ ਪਾਰਟਿਸ਼ਨ ਵੇਲੇ 8 ਸਾਲ ਦੀ ਸੀ ਹੂੰ ਹੂੰ ਤੇ ਮੇਰੇ ਜਨਮ ਵੇਲੇ ਅੰਦਾਜ਼ਾ ਲਾ ਲਓ ਵੀ ਉਹ 14 ਸਾਲ ਦੀ ਸੀ ਬਿਲਕੁਲ ਸੋ ਮੇਰੇ ਵੱਡੇ ਵੀਰ ਉਹ 3.5 ਸਾਲ ਦੇ ਸੀ ਮੇਰੇ ਜਨਮ ਵੇਲੇ ਉਹ 10.5 ਸਾਲ ਦੇ ਸੀ ਜੀ ਜੀ ਮੇਰੇ ਉਸ ਤੋਂ ਛੋਟੇ ਭਾਜੀ ਜਿਹੜੇ ਸੁਖਵੰਤ ਬਟਾਲੇ ਰਹਿੰਦੇ ਨੇ ਅੱਛਾ ਜੀ ਉਹਨਾਂ ਦਾ ਜਨਮ 1948 ਦਾ ਅੱਛਾ ਉਹ ਮੇਰੇ ਤੋਂ 5 ਸਾਲ ਵੱਡੇ ਨੇ ਜੀ ਤੇ ਜਿੰਨਾ ਕ ਵੱਧ ਤੋਂ ਵੱਧ ਲੇ ਸੇ ਕਮਜ਼ੋਰ ਘਰਾਂ ਦੇ ਵਿੱਚ ਚਾ ਕਿਸੇ ਨਿਆਣੇ ਦਾ ਹੋ ਸਕਦਾ ਬਿਲਕੁਲ ਉਹਨਾਂ ਕਾ ਜ ਮੇਰਾ ਕਰਦਿਆ ਨੇ ਲਿਆ ਔਰ ਮੈਂ ਪਿੰਡ ਦੇ ਪ੍ਰਾਇਮਰੀ ਸਕੂਲ ਚ ਪ੍ਰਾਇਮਰੀ ਪਾਸ ਕੀਤੀ ਅੱਛਾ ਜੀ 10ਵੀਂ ਮੈਂ ਨਾਲ ਹੀ ਸਾਡੇ ਪਿੰਡ ਦੇ ਬਿਲਕੁਲ ਨਾਲ ਡਾਕਾ ਨਾਲ ਜਿੱਥੇ ਸਾਡਾ ਧਿਆਨਪੁਰ ਹੂੰ ਉੱਥੇ ਹਾਈ ਸਕੂਲ ਸੀ ਸ਼੍ਰੀ ਬਾਬਾ ਲਾਲ ਜੀ ਦਾ ਡੇਰਾ ਬਹੁਤ ਵੱਡਾ ਉਹਨਾਂ ਦੀ ਯਾਦ ਵਿੱਚ ਹਾਈ ਸਕੂਲ ਹੂੰ ਤਾਂ ਸਰਕਾਰੀ ਸਕੂਲ ਹੋ ਗਿਆ ਸੀਨੀਅਰ ਸੈਕੰਡਰੀ ਜੀ ਉਹ ਤਾਂ 10ਵੀਂ ਪਾਸ ਕੀਤੀ ਅੱਛਾ ਤੇ 11ਵੀਂ ਦੇ ਵਿੱਚ ਪੜਨਾ ਤਾਂ ਮੈਂ ਬਟਾਲੇ ਸੀ ਜੀ ਜੀ ਬੀਰਨ ਕਾਲਜ ਦੇ ਪ੍ਰੋਸਪੈਕਟਸ ਵੀ ਲੈ ਲਿਆ ਪਰ ਖੁਸ਼ਖਬਰੀ ਇਹ ਨਿਕਲੀ ਕਿ ਕਾਲਾਫਗਾਨਾ ਦੇ ਵਿੱਚ ਉਸੇ ਸਾਲ ਹੀ ਗੁਨਾਨਕ ਸ਼ਤਾਬਦੀ ਦਾ ਸਾਲ ਸੀ 1969 ਚ ਜੀ ਜੀ ਕਾਲਜ ਖੋਲ੍ਹਿਆ ਗੁਨਾਨਕ ਪਾਤਸ਼ਾਹ ਦੀ ਯਾਦ ਚ ਅੱਛਾ ਤੇ ਉਸ ਮੈਨੂੰ ਦਾਖਲ ਕਰਵਾਤਾ ਗਿਆ ਪਹਿਲੇ ਵਿਦਿਆਰਥੀਆਂ ਦੇ ਵਿੱਚ ਜੀ ਜੀ ਦੋ ਸਾਲ ਮੈਂ ਉੱਥੇ ਪੜਿਆ ਤੇ ਖੇਡਣ ਮੱਲਣ ਦਾ ਵੀ ਸ਼ੌਕ ਸੀ ਜੀ ਪੜ੍ਹਨ ਲਿਖਣ ਦਾ ਤਾਂ ਹੈ ਹੀ ਸੀ ਤੇ ਕੋਈ ਕਲੇਸ਼ ਪੈ ਗਿਆ ਜਿਹਦੇ ਵਿੱਚ ਮੈਨੂੰ ਕਰਦਿਆਂ ਨੇ ਆਖਿਆ ਵੀ ਇਹ ਹੁਣ ਸਾਡੇ ਵੱਸੋਂ ਬਾਹਰੀ ਗੱਲ ਹੈ ਜੀ ਤੇ ਵੱਡੇ ਭਰਾ ਕੋਲ ਮੈਨੂੰ ਮੇਰੇ ਬ੍ਰਦਰ ਤੋਂ ਖਾਲਸਾ ਕਾਲੀ ਪ੍ਰੋਫੈਸਰ ਸੀ ਲੁਧਿਆਣੇ ਜੀ ਜੀ ਤੇ ਜਿਵੇਂ ਉਹ ਸਾਡੇ ਪਿੰਡਾਂ ਜਾਮ ਕਹਿੰਦੇ ਨੇ ਵੀ ਇਹਨੂੰ ਦਫਾ ਕਰੋ ਮੈਨੂੰ ਲੁਧਿਆਣੇ ਦਫਾ ਕੀਤਾ ਸੀ ਜੀ ਜੀ ਸੋ ਮੇਰੇ ਭਾਜੀ ਸਖਤ ਸੁਭਾਅ ਨੇ ਅੱਛਾ ਤੇ ਵੱਡੇ ਵੀਰ ਤੇ ਡਿਸਪਲਨਰੀ ਨੇ ਬਹੁਤ ਜ਼ਿਆਦਾ ਅੱਛਾ ਜੀ ਬਹੁਤ ਵੀਰ ਅਜਿਹਾ ਕਰਦੇ ਨੇ ਪਰ ਡਿਸਪਲਨ ਦੇ ਬਹੁਤ پابੰਦ ਨੇ ਪੱਕੇ ਨੇ ਤੇ ਉਹ ਕਹੇ ਉਹ ਦੇ ਕੋ ਉਹ ਇਹਨੂੰ ਬੰਦਾ ਬਣਾਓ ਹੂੰ ਸੋ ਭਰਾ ਆਇਆ ਤੇ ਮੈਂ ਬੰਦਾ ਬਣਨ ਸੀ ਬਣ ਕਵੀ ਗਿਆ ਤੁਸੀਂ ਵਾਕਈ ਕਵੀ ਬਣ ਗਏ ਦੇ ਗੱਲ ਸਰ ਜਿਹੜੀ ਦੂਜੀ ਗੱਲ ਹੈ ਤੁਸੀਂ ਪੜ੍ਹੇ ਹੋ ਉਸ ਤੋਂ ਬਾਅਦ ਤੁਸੀਂ ਪੜਾਇਆ ਵੀ ਹੈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਚ 30 ਸਾਲ ਤੁਸੀਂ ਆਪਣਾ ਜਿਹੜਾ ਜੁੜੇ ਰਹੇ ਹੋ ਹ ਹਲੇ ਵੀ ਉਵੇਂ ਹੀ ਪਏ ਹੋ ਜਿਵੇਂ ਤੁਸੀਂ ਬਿਲਕੁਲ ਹਲੇ ਹੁਣੇ ਕਾਲਜ ਜਾਣਾ ਸ਼ੁਰੂ ਕੀਤਾ ਹੋਵੇ ਚਿਹਰੇ ਤੇ ਜਿਹੜਾ ਹੋਰ ਇਦਾਂ ਤਾਂ ਨਹੀਂ ਇਹ ਤਾਂ ਮੇਰੇ ਪੁੱਛ ਵੀ ਪੂਰੀ ਐਨ ਬਣਾ ਕੇ ਇਹ ਤਾਂ ਇਹ ਤਾਂ ਰੰਗ ਰੋਗਨ ਦਾ ਹੀ ਕੰਮ ਕਰਾਂ ਮੈਂ ਪੱਕਾ ਦੇ ਰੰਗ ਬੜੇ ਤੁਹਾਡੇ ਪਿਆਰੇ ਹੁੰਦੇ ਨੇ ਜੇ ਕਿਸੇ ਨੂੰ ਕੋਈ ਕਹੇ ਨਾ ਮੈਨੂੰ ਫਲਾਣੀ ਚੀਜ਼ ਦਾ ਐ ਹਾਂਜੀ ਯਾ ਆਯਾਸ਼ੀ ਹਾਂ ਤਾਂ ਮੈਨੂੰ ਸਿਰਫ ਸੋਹਣੀਆਂ ਪੱਗਾਂ ਦੇ ਰੰਗਾਂ ਦੀ ਆਯਾਸ਼ੀ ਕਰਨ ਨੂੰ ਬਹੁਜੀ ਕਰਦਾ ਸੀ ਕਿਉਂਕਿ ਮੈਂ ਬਚਪਨ ਤੋਂ ਹੀ ਇਸ ਗੱਲ ਦੀ ਸਮਝ ਲਓ ਕਿ ਕਿਸ ਹਿਸਾਬ ਨਾਲ ਤਰਸਿਆ ਹੋਇਆ ਸੀ ਯਾਰ ਜਿੰਨਾਂ ਕੋਲ ਸੋਹਣੀਆਂ ਰੰਗਾਂ ਦੀਆਂ ਪੱਗਾਂ ਹੁੰਦੀਆਂ ਨੇ ਉਹ ਖਰੇ ਕਿੱਡੇ ਇੱਕ ਲੋਕ ਚੰਗੇ ਹੁੰਦੇ ਨੇ ਬਿਲਕੁਲ ਸੋ ਮੇਰੇ ਕੋਲੇ ਲਗਭਗ ਇੱਕ ਚਿੱਟੀ ਪੱਗ ਹੈ ਨਹੀਂ ਮੇਰੇ ਕੋਲ ਉਹ ਘਰ ਦੇ ਲੈਣ ਨਹੀਂ ਦਿੰਦੇ ਜਿੰਨੀ ਵਾਰ ਮੈਂ ਲਈ ਹੁਨੀ ਵਾਰੀ ਉਹਨਾਂ ਨੇ ਉਹਨੂੰ ਪਾੜ ਕੇ ਕੁਛ ਉਹਦਾ ਹੋਰ ਹੀ ਬਣਾ ਲਿਆ ਇੱਕ ਮੇਰੇ ਨਿਆਣੇ ਮੈਨੂੰ ਕਾਲੀ ਨਹੀਂ ਬਣਨ ਦਿੰਦੇ ਅੱਛਾ ਇਹ ਦੋ ਰੰਗਾਂ ਤੋਂ ਬਿਨਾ ਕਾਲੀ ਹੈ ਸਹੀ ਮੇਰੇ ਕੋਲ ਜੀ ਜੀ ਤੇ ਜਿੱਦਣ ਬੰਨਾਂ ਉਹਦਣੀ ਮੈਨੂੰ ਸਿੰਗਣੀ ਵੀ ਘੂਰ ਦਿੰਦੀ ਐ ਤੇ ਉਹ ਕਹਿੰਦੇ ਨਹੀਂ ਇਹ ਨਹੀਂ ਬੰਨਣੀ ਜੀ ਜੀ ਬਾਕੀ ਮੇਰੇ ਕਿਸੇ ਰੰਗ ਦੇ ਕੋਈ ਪਾਬੰਦੀ ਨਹੀਂ ਹੂੰ ਤੇ ਮੇਰਾ ਖਿਆਲ ਹੈ ਕਿ ਹੋਣੀ ਹੀ ਨਾ ਵਾਵਾ ਚੋਖੀਆਂ ਨੇ ਜਦ ਕਿ ਮੈਂ ਵੰਡਦਾ ਵੀ ਰਹਿਣਾ ਮੈਂ ਜੀ ਜੀ ਇਹ ਨਹੀਂ ਵੀ ਮਤਲਬ ਜੇ ਕੋਈ ਸੱਚਨ ਪਿਆਰਾ ਆ ਜਾਵੇ ਅੱਛਾ ਕੁਝ ਯਾਰ ਮੇਰੇ ਪਰਦੇਸਾਂ ਚ ਰਹਿੰਦੇ ਜਿਨ੍ਹਾਂ ਨੂੰ ਮੈਂ ਕਿਹਾ ਹੋਇਆ ਵੀ ਤੁਸੀਂ ਆਪਣੇ ਪੱਗਾਂ ਨਾਲ ਨਾਲ ਲੈ ਕੇ ਆਇਆ ਕਰੋ ਮੇਰੇ ਕੋਲ ਅੱਗੇ ਲੈ ਲਿਆ ਕਰੋ ਇਤੋਂ ਹੀ ਲੈ ਲਿਆ ਕਰੋ ਤੇ ਉਹ ਕਹਿੰਦੇ ਉਹ ਕਈ ਹੱਸਦੇ ਹੁੰਦੇ ਨੇ ਮੋਹਣ ਗਿੱਲਰਗੇ ਵੀ ਆਪਾਂ ਤਾਂ ਪੱਗ ਵੱਟ ਭਰਾ ਆ ਕਿ ਮੈਂ ਸਮਝਦਾ ਕਿ ਜਿਹੜੀ ਦਸਤਾਰ ਹੈ ਨਾ ਜੀ ਜੀ ਉਹ ਕਾਫੀ ਵੱਡੀ ਪਛਾਣ ਹੈ ਬੰਦੇ ਦੀ ਹੂੰ ਜੇ ਢਿੱਲਡ ਮਢਿੱਲਡ ਜੀ ਬਣੀ ਹੈ ਜੀ ਰੰਗ ਮਾੜੇ ਨੇ ਫੇਡਡ ਕਲਰਸ ਨੇ ਜੀ ਤਾਂ ਤੁਸੀਂ ਜਿੰਨੀ ਮਰਜ਼ੀ ਸਿਆਣੀ ਗੱਲ ਕਰ ਲਓ ਅੱਛਾ ਤੁਹਾਡੀ ਗੱਲ ਉਹਨੇ ਗਵਰਨਰ ਨੇ ਸੁਣੀ ਜਾਏਗੀ ਜਿੰਨੀ ਤੁਹਾਡੀ ਮਤਲਬ ਠੀਕ ਸਲੀਕੇ ਨਾਲ ਬੰਨੇ ਹੋਏ ਦਸਤਾਰ ਵਾਲੇ ਬੰਦੇ ਦੀ ਗੱਲ ਸੁਣੀ ਜਾਂਦੀ ਹੈ। ਸਾਹੀ ਕਹਿੰਦੇ ਨੇ ਕਿ ਬੰਦਾ ਦਸਤਾਰ ਰਫਤਾਰ ਤੇ ਗੁਫਤਾਰ ਤੋਂ ਪਛਾਣਿਆ ਜਾਂਦਾ ਹੈ। ਇਹ ਪਛਾਣ ਸਾਡੀ ਤਿੰਨ ਬੜੀਆਂ ਵੱਡੀਆਂ ਪਛਾਣਾਂ ਸਾਨੂੰ ਜਿਹੜੀਆਂ ਦਿੱਤੀਆਂ ਸਾਡੀ ਤਹਿਜ਼ੀਬ ਨੇ। ਜੀ ਜੀ ਜੀ। ਉਹਦੇ ਵਿੱਚ ਰਫਤਾਰ ਕਿ ਤੁਸੀਂ ਤੁਰਦੇ ਕਿਵੇਂ ਹੋ? ਤੁਰਦੇ ਕਿਵੇਂ ਹੋ? ਤੁਸੀਂ ਗੱਲ ਕਿਵੇਂ ਕਰਦੇ ਹੋ? ਗੁਫਤਾਰ ਤੁਹਾਡੀ ਕਿਹੋ ਜਿਹੀ ਹੈ? ਬਿਲਕੁਲ। ਤੇ ਤੁਹਾਡੀ ਦਸਤਾਰ ਕਿਹੋ ਜਿਹੀ ਹੈ? ਭਾਵ ਤੁਹਾਡਾ ਸਲੀਕਾ ਜਿਹੜਾ ਚਿਹਰੇ ਦਾ ਫਰੇਮ ਹੈ ਉਹ ਕਿਹਦਾ ਸੋਲ ਸਾਹਿਬ? ਕਿੰਨੇ ਦਾ ਚਿਹਰੇ ਦਾ ਫਰੇਮ ਜਿਹੜਾ ਬੜਾ ਇੰਪੋਰਟੈਂਟ ਹੈ। ਹਮ। ਉਹ ਮਹੱਤਵਪੂਰਨ ਇਸ ਕਰਕੇ ਆ ਕਿ ਤੁਹਾਡੇ ਟੋਟਲ ਫੈਕਿਲ ਉਹ ਤੁਹਾਡੇ ਫੇਸ ਤੋਂ ਹੀ ਪ੍ਰੋਜੈਕਟ ਹੋਣੀਆਂ ਨੇ ਜੀ ਜੀ ਗਿੱਲ ਸਾਹਿਬ ਲੈਂਦੇ ਪੰਜਾਬ ਦੇ ਵਿੱਚ ਤੁਹਾਡਾ ਜਿਹੜਾ ਪਿਸ਼ੋਕਣਾ ਹੈ ਉੱਥੇ ਬਜ਼ੁਰਗ ਸਾਡੇ ਉੱਠ ਕੇ ਆਏ ਨੇ ਹੂੰ ਹੂੰ ਤੁਸੀਂ ਕਈ ਵਾਰ ਤੁਹਾਨੂੰ ਮੌਕਾ ਮਿਲਿਆ ਲੈਂਦੇ ਪੰਜਾਬ ਦੇ ਵਿੱਚ ਜਾਣ ਦਾ ਇੱਕ ਵਾਰ ਨਹੀਂ ਮੇਰੇ ਖਿਆਲ ਚ 7-8 ਵਾਰ ਤੁਸੀਂ ਜਾ ਆਏ ਹੋ ਹਾਂ ਮੈਂ 7 ਵਾਰ ਜਾ ਆਇਆ ਬਿਲਕੁਲ ਕੀ ਹੋ ਜਾ ਮਾਹੌਲ ਹੈ ਉੱਥੋਂ ਦਾ ਉੱਥੋਂ ਦੇ ਪੰਜਾਬੀ ਕੀ ਸੋਚਦੇ ਨੇ ਕਿਵੇਂ ਸੋਚਦੇ ਨੇ ਆਪਣੇ ਇਧਰਲੇ ਪੰਜਾਬ ਬਾਰੇ ਕਿਉਂਕਿ ਜੋ ਚੀਜ਼ ਤੁਸੀਂ ਬਿਆਨ ਕਰ ਸਕਦੇ ਹੋ ਤੁਸੀਂ ਵੇਚਰ ਕੇ ਆਏ ਹੋ ਤੁਹਾਡਾ ਉੱਥੋਂ ਪਛੋਕੜ ਬਣਦਾ ਹੈਗਾ ਤੁਹਾਡੀ ਰੂਹ ਹਲੇ ਵੀ ਮੇਰਾ ਖਿਆਲ ਉਸੇ ਪਿੰਡ ਚ ਜਾ ਕੇ ਖੜਦੀ ਹੋਊਗੀ ਕਿਵੇਂ ਵੇਖਦੇ ਹੋ ਤੇ ਰਵਿੰਦ ਚੱਕ ਭਾਈ ਕਹਿੰਨਾ ਬਿਲਕੁਲ ਬਸੀਆਂ ਵੀ ਤੇਰੇ ਪਿੰਡ ਦੇ ਨਾਲ ਹੀ ਉੱਲੇ ਬੰਨੇ ਫਿਰ ਉਹਨਾਂ ਹੀ ਨਾਲ ਹੀ ਹੈ ਜੀ ਜੀ ਸਮਝ ਗਏ ਉਹਨਾਂ ਪਿੰਡਾਂ ਚੋਂ ਲੰਘਦੇ ਜੇ ਹੋ ਜਾ ਮਹਿਸੂਸ ਹੁੰਦਾ ਉਹੋ ਜਿਹਾ ਹੀ ਉੱਥੇ ਹੁੰਦਾ ਵਾਹ ਪੂਰਾ ਵੀ ਫਰਕ ਨਹੀਂ ਅੱਛਾ ਉਹਦਾ ਕਾਰਨ ਇਹ ਹੈ ਵੀ ਜਿਹੜੇ ਲੋਕ ਨੇ ਨਾ ਲੋਕ ਇੱਕੋ ਜਿਹੇ ਹੁੰਦੇ ਨੇ ਲੋਕ ਫਰਕ ਨਹੀਂ ਹੁੰਦਾ ਹਮ ਫਰਕ ਉਹਨਾਂ ਲੋਕਾਂ ਦੇ ਵਿੱਚ ਹੈ ਜਿਹੜੇ ਹਕੂਮਤ ਕਰਦੇ ਆ ਜੀ ਸਾਡੇ ਦੁਕਾਨਦਾਰ ਹੋਰ ਤਰ੍ਹਾਂ ਦੇ ਨਹੀਂ ਇਹਨਾਂ ਫਰਕ ਜ਼ਰੂਰ ਹੈਗਾ ਕਿ ਉੱਥੇ ਦੁਕਾਨਦਾਰ ਮੁਹੱਬਤੀ ਨੇ ਖਾਸ ਕਰਕੇ ਜਿਹਦੇ ਪੱਗ ਦੇਸ ਜਮੇ ਨੇ ਉਹਨਾਂ ਨੂੰ ਅੱਛਾ ਉਹਨਾਂ ਤੋਂ ਕੋਈ ਲੜ ਜਾਂਦਾ ਉਹਨਾਂ ਤੋਂ ਕੋਈ ਚਾਹ ਚੜ ਜਾਂਦਾ ਉਹਨਾਂ ਨੂੰ ਚੱਲ ਚੜ ਜਾਂਦਾ ਅੱਛਾ ਕਈ ਵਾਰੀ ਤਾਂ ਕਈ ਥਾਵਾਂ ਤੇ ਹੋ ਜੀ ਵੇਖਿਆ ਵੀ ਥੋੜੀ ਬੋਤ ਜਿੱਤੇ 150 ਦੀ ਚੀਜ਼ ਖਾਦੀ ਹੈ ਨਾ ਜੀ ਜੀ ਉਹ ਪੈਸੇ ਨਹੀਂ ਲੈਂਦੇ ਹੂੰ ਐਸੀ ਬਥੇਰਾ ਕਹਿੰਦਾ ਯਾਰ ਮੁਫਤ ਕਰੇ ਨੇ ਅਸੀਂ ਯਾਰ ਤੁਸੀਂ ਕਿਉਂ ਕਿ ਐ ਕਿਉਂ ਕਰਦੇ ਹੋ ਉਹ ਨਹੀਂ ਸਰਦਾਰ ਜੀ ਵੱਡੇ ਭਾਗ ਸਰਦਾਰ ਦੇ ਦਰਸ਼ਨ ਹੋਏ ਜੀ ਹੁਣ ਸਵਾਲ ਇਹ ਪੈਦਾ ਹੁੰਦਾ ਕਿ ਸਧਾਰਨ ਬੰਦਾ ਤਾਂ ਚਾਰ ਨਾਲ ਉਡੀਕਦਾ ਹੈ ਬਿਲਕੁਲ ਸਮਝ ਗਏ ਨਾ ਬਿਲਕੁਲ ਮੈਂ ਮਿਸਾਲ ਦੇਣੀ ਚਾਹਾਂਗਾ ਮੇਰੇ ਵੱਡੇ ਭਾਈ ਸਾਹਿਬ ਜਿਹੜੇ ਹੁਣ ਆਸਟ੍ਰੇਲੀਆ ਰਹਿੰਦੇ ਨੇ ਜੀ ਜੀ ਉਹ ਜਦੋਂ ਕਰਤਾਰਪੁਰ ਸਾਹਿਬ ਦਾ ਲੰਘਾ ਖੁੱਲਿਆ ਨਾ ਜੀ ਤੇ ਉਹਨਾਂ ਨੂੰ 1969 'ਚ ਵਿਆਹ ਹੋਇਆ ਸੀ ਅੱਛਾ ਤੇ ਨਵੰਬਰ 2019 'ਚ ਉਹਨਾਂ ਦਾ ਸਮਝ ਲਓ ਪੰਜਵਾਂ ਵਰ੍ਹਾ ਸੀ ਵਿਆਹ ਦਾ ਜੀ ਉਹਨਾਂ ਨੇ ਆਸਟ੍ਰੇਲੀਆ ਤੋਂ ਮਨ ਬਣਾ ਲਿਆ ਵੀ ਆਰ ਕੀ ਪੰਜਵੀਂ ਵਰੇ ਕਰਨ ਜਿਹੜੀ ਹੈ ਨਾ ਮੈਂ ਕਰਤਾਰਪੁਰ ਸਾਹਿਬ ਵਿਖੇ ਮਨਾਉਣੀ ਹੈ ਅੱਛਾ ਉਹਨਾਂ ਨਾਲ ਰਾਬਤਾ ਕਰ ਲਿਆ ਆਪਣੇ ਜੱਦੀ ਸਾਡੇ ਪਿੰਡ ਜਿਹੜੇ ਨਿੱਦੋ ਕੇ ਉੱਥੋਂ ਦੇ ਗਫਾਰ ਅਧਿਆਪਕ ਨੇ ਜਿਹੜੇ ਹੁਣ ਇਸ ਵਕਤ ਭਾਜਤੂ ਤੇ ਛੋਟੇ ਨੇ ਉਮਰ ਚ ਜੀ ਪਰ ਉਹ ਸਾਡੇ ਪਿੰਡ ਚ ਸਾਡੇ ਟੱਬਰ ਨੂੰ ਜਾਣ ਲੈ ਉਹੀ ਸੀ ਹੂੰ ਹੂੰ ਉਹਨਾਂ ਨੂੰ ਸੰਪਰਕ ਕਰਕੇ ਕਹਿਤਾ ਕਿ ਮੈਂ ਇਨੀ ਤਰੀਖ ਨੂੰ ਅੱਛਾ ਕਰਤਾਰਪੁਰ ਸਾਹਿਬ ਆਵਾਂਗਾ ਤੇ ਤੁਸੀਂ ਵੀ ਆ ਜਾਇਓ ਅੱਛਾ ਹੁਣ ਉਹ ਜਦੋਂ ਆਏ ਟੱਬਰ ਸੁਮੇਤ ਉਹਨਾਂ ਦੀ ਬੀਟੀਆਂ ਦੋ ਸੀ ਉਹ ਨਾਲ ਆਈਆਂ ਬੇਗਮ ਸਾਹਿਬਾਂ ਨਾਲ ਆਈ ਜੀ ਤੇ ਉਹ ਇੱਕ ਸੇਵੀਆਂ ਦੀ ਪੋਰਟਲੀ ਨਾਲ ਲੈ ਕੇ ਹੀ ਪੋਟਿਆਂ ਨਾਲ ਵੱਟੀਆਂ ਸਾਡੇ ਨਾ ਆਹ ਮਾਜੇ ਦੇ ਵਿੱਚ ਹੱਥਾਂ ਨਾਲ ਬਰੀਕ 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 ਸੇਵੀਆਂ ਵੱਟਦੇ ਨੇ ਚੰਦਰੀ ਵਾਲੀਆਂ ਸੇਵੀਆਂ ਨਹੀਂ ਸिखਾਉਂਦੇ ਸਾਡੇ ਮਾਜੇ ਦੇ ਲੋਕ ਪੋਟਿਆਂ ਨਾਲ ਉਹ ਪੋਟਿਆਂ ਵਾਲੀ ਸੇਵੀਆਂ ਕਹਿੰਦੇ ਉਹਨਾਂ ਨੂੰ ਜੀ ਤੇ ਉਹ ਪੋਰਟਲੀ ਬਣੀ ਹੋਈ ਇੱਕ ਸੇਵੀਆਂ ਦੀ ਹੂੰ ਕੁਝ ਰਿੰਨ ਕੇ ਲਿਆਂਦੀਆਂ ਉਹਨਾਂ ਨੇ ਅੱਛਾ ਤੇ ਉਹ ਫਿਰ ਸਾਨੂੰ ਸਾਰੇ ਭੈਣ ਭਰਾਵਾਂ ਨੂੰ ਪਾਜੀ ਨੇ ਸਾਨੂੰ ਵੰਡੀਆਂ ਜੀ ਜੀ ਤੂੰ ਯਕੀਨ ਨਾ ਕਰੀ ਹੈ ਦਾ ਆਟੇ ਦੀ ਸੀ ਨਾ ਐਡੀ ਗੱਲ ਤੇ ਖਾਸ ਬੱਕਰੀ ਦਾ ਹੈ ਕੁਛ ਨਹੀਂ ਸੀ ਇਹੋ ਜੀ ਕਣਕ ਸਾਡੀ ਉਹੋ ਜੀ ਕਣਕ ਨਾਰੋ ਵਾਲ ਦੀ ਫਰਕ ਤੇ ਉਹਦਾ ਲੰਮਾ ਜਿਹੜਾ ਹੈ ਨਹੀਂ ਪਰ ਮੈਂ ਅੱਜ ਤੱਕ ਜ਼ਿੰਦਗੀ ਚ ਉਦੋਂ ਸਵਾਦ ਸੇਵੀਆਂ ਨਹੀਂ ਖਾਧੀਆਂ ਅੱਛਾ ਕਿਉਂਕਿ ਉਹਨਾਂ ਚ ਭਾਵਨਾ ਗੁੱਝੀ ਹੋਈ ਸੀ ਹਮ ਕੱਲੇ ਕੱਲੇ ਪੋਟੇ ਦੀ ਸ਼ੋ ਸੀ ਜੀ ਔਰ ਇਹ ਫੀਲਿੰਗ ਕਾਮਨ ਮੈਨ ਦੇ ਵਿੱਚ ਉੱਥੇ ਪੈਰ ਪੈਰ ਤੇ ਆ ਜੀ ਪੈਰ ਪੈਰ ਤੇ ਹਾਂ ਨਫਰਤ ਵਾਲੇ ਵੀ ਹੈਗੇ ਆ ਜਿਹੜੇ ਇਧਰ ਉੱਜੜ ਕੇ ਗਏ ਨੇ ਜਿਨ੍ਹਾਂ ਨੂੰ ਮਾਰੇ ਤਜਰਵੇ ਹੋਏ ਹੋਏ ਆ ਜਿਵੇਂ ਸਾਡੇ ਵੀ ਲੋਕ ਮਿਲ ਜਾਂਦੇ ਨੇ ਜਿਨ੍ਹਾਂ ਦੇ ਘਰਾਂ ਦੇ ਕਤਲਾਮ ਹੋਏ ਹੋਏ ਨੇ ਪਰ ਨਾ ਤਾਂ ਕਤਲ ਕਰਨ ਵਾਲੇ ਅਸੀਂ ਸੀ ਨਾ ਕਤਲ ਕਰਨ ਵਾਲੇ ਉਹ ਸੀ ਜਿਹੜੇ ਸਾਨੂੰ ਮਿਲਦੇ ਨੇ ਉਹ ਤਾਂ 10 ਲੱਖ ਲੋਕਾਂ ਦੀ ਜਾਨ ਲੈਣ ਵਾਲੇ ਤਾਂ ਭੂਤਨੇਕ ਹੋਰ ਸੀ ਜਿਨ੍ਹਾਂ ਨੇ ਧਰਮ ਦੀ ਆੜ ਦੇ ਵਿੱਚ ਇਸਲਾਮ ਨੂੰ ਵੀ ਬਦਨਾਮ ਕੀਤਾ ਸਿੱਖੀ ਨੂੰ ਵੀ ਬਦਨਾਮ ਕੀਤਾ ਹਿੰਦੂਤਾਂ ਨੂੰ ਵੀ ਬਦਨਾਮ ਕੀਤਾ ਇਸਾਈਅਤ ਨੂੰ ਵੀ ਬਦਨਾਮ ਕੀਤਾ ਔਰ ਨਿੱਕੇ ਨਿੱਕੇ ਗਰਜ਼ਾਂ ਨਿੱਕੇ ਨਿੱਕੇ ਲੋੜਾਂ ਪਿੱਛੇ ਉਹਨਾਂ ਨੇ ਸਤਿਆਨਾਸ਼ ਕੀਤਾ ਮਾਨਵਤਾ ਤੋਂ ਮਨੁੱਖਤਾ ਸਾਰੀ ਦਾ ਬਿਲਕੁਲ ਸੋ ਉਹ ਲੋਕ ਬਿਲਕੁਲ ਉਹੋ ਜਿਹੀਆਂ ਟਾਲੀਆਂ ਨੇ ਉਹੋ ਜਿਹੀਆਂ ਬੇਰੀਆਂ ਨੇ ਉਹੋ ਜਿਹਾ ਧਰੇਕਾਂ ਨੇ ਉਹੋ ਜਿਹਾ ਫੁੱਲ ਨੇ ਉਹੋ ਜਿਹੀ ਜਰੀ ਨੇ ਨਾਥਿੰਗ ਡਿਫਰੈਂਟ ਹਾਂ ਉੱਥੇ ਮਾਲਟਾ ਬੜਾ ਵਧੀਆ ਹੈ ਅੱਛਾ ਕਿੰਨੂ ਬੜਾ ਮਿੱਠਾ ਸਾਈ ਚੀ ਵੱਡਾ ਅਮਰੂਦ ਬੜਾ ਹੀ ਕਮਾਲ ਦਾ ਹੈ ਜੀ ਬੜੇ ਕਮਾਲ ਦਾ ਅਮਰੂਦ ਹੈ ਹੂੰ ਹੂੰ ਤੇ ਬਾਕੀ ਤਾਂ ਬੰਦਿਆਂ ਵਰਗੇ ਬੰਦੇ ਨੇ ਜੀ ਇੰਨਾ ਫਰਕ ਹੈ ਵੀ ਅਸੀਂ ਪੱਗਾਂ ਵਾਲੇ ਪੰਜਾਬੀ ਆ ਜੀ ਉਹ ਇਹ ਆ ਕਿ ਕਲਮਾ ਵਾਲੇ ਮੁਸਲਮਾਨ ਨੇ ਜੀ ਪਰ ਅੰਦਰੋਂ ਫੁੱਲੇ ਫਾਲਿਆ ਥੋੜੇ ਖੁਰਚਲੀ ਕੇ ਸਾਰੇ ਇੱਕੋ ਜਿਹੇ ਹੀ ਆ ਇੱਕੋ ਜਿਹੇ ਹੀ ਬਿਲਕੁਲ ਤੁਸੀਂ ਗੱਲ ਕੀਤੀ ਜਿਵੇਂ ਜਹਰਾਂ ਭਰੀਆਂ ਉਦੋਂ ਇੰਨਾ ਕਤਲੇਆਮ ਹੋਇਆ 10 ਲੱਖ ਲੋਕ ਮਾਰੇ ਗਏ ਇਹ ਗੱਲਾਂ ਉੱਪਰੋਂ ਚੱਲੀਆਂ ਸੀਗੀਆਂ। ਹਾਂ। ਤੁਹਾਡਾ ਆਮ ਸਹਿਤਕਾਰਾਂ ਨਾਲੋਂ ਥੋੜਾ ਜਿਹਾ ਵਖਰੇਵਾ ਮੈਨੂੰ ਲੱਗਦਾ ਇਹ ਆ ਵੀ ਥੋੜੀ-ਥੋੜੀ ਜੀ ਪਹੁੰਚ ਜਿਹੜੀ ਸਿਆਸਤਦਾਨਾਂ ਤੱਕ ਵੀ ਥੋੜੀ-ਬਹੁਤ ਹੈ। ਬਿਲਕੁਲ ਠੀਕ ਹੈ। ਜਿਹੜੀ ਸਿਆਸਤਦਾਨਾਂ ਦੀ ਅੰਦਰੋਂ ਕਰੇਦਣ ਵਾਲੀ ਗੱਲ ਆ ਜਾਂ ਉਹਨਾਂ ਨਾਲ ਨੇੜੇ ਬਹਿ ਕੇ ਗੱਲ ਕਰਨ ਦੀ ਗੱਲ ਆ ਜਾਂ ਉਹਨਾਂ ਨੂੰ ਸਮਝਣ ਦੀ ਗੱਲ ਹੈ। ਕਿਵੇਂ ਵੇਖਦੇ ਹੋ ਇਹਨਾਂ ਨੂੰ ਤੁਸੀਂ ਕਿਵੇਂ ਵੇਖਦੇ ਹੋ ਸਿਆਸਤਦਾਨਾਂ ਨੂੰ? ਓ ਯਾਰ ਬਿੱਟੂ ਲੋਕ ਉਹ ਭੇਤ ਹੀ ਨਹੀਂ ਲੱਗਣ ਦਿੰਦੇ ਵੀ ਤੁਹਾਨੂੰ ਕਿਵੇਂ ਵਰਤਗੇ? ਅੱਛਾ। ਧਰਮ ਨੂੰ ਕਿਵੇਂ ਵਰਤ ਗਏ ਕਿਹੜੇ ਵੇਲੇ ਵਰਤ ਗਏ ਕਿਹੜੇ ਢੰਗ ਨਾਲ ਵਰਤ ਗਏ ਤੁਹਾਨੂੰ ਪਤਾ ਹੀ ਨਹੀਂ ਲੱਗਣ ਦਿੰਦੇ ਹੂੰ ਤੁਸੀਂ ਤਾਂ ਖ਼ਬਰ ਵਾਲੀ ਖ਼ਬਰ ਨੂੰ ਸੱਚ ਮੰਨ ਲੈਂਦੇ ਹੋ ਟੀਵੀ ਜਨ ਤੇ ਆਈ ਹੋਈ ਨੂੰ ਸੱਚ ਮੰਨ ਲੈਂਦੇ ਹੋ ਜੀ ਉਹਦੇ ਪਿੱਛੇ ਕੀ ਪਿਆ ਉਹ ਤੁਹਾਨੂੰ ਕੋਈ ਪਤਾ ਹੀ ਨਹੀਂ ਲੱਗਦਾ ਪਤਾ ਲੱਗਦਾ ਬਹੁਤ ਮਗਰੋਂ ਜਾ ਕੇ ਵੀ ਚਾਲਤ ਇਹ ਸੀ ਪਹਿਲਾਂ ਲੋਕਾਂ ਦੀ ਜੀ 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 ਅੱਜ ਪਤਾ ਲੱਗਦਾ ਵੀ ਮੰਦਰ ਦੇ ਵਿੱਚ ਗਊ ਦੀਆਂ ਪੂਛਾਂ ਸੁੱਟਣ ਵਾਲੇ ਕੌਣ ਸੀ ਹੂੰ ਕਿਵੇਂ ਢਕਾਇਆ ਗਿਆ ਹੂੰ ਕਿਵੇਂ ਜਿਹੜੇ ਵਕ ਵਕ ਡੇਰੇ ਇਹਨਾਂ ਨੂੰ ਕਿਵੇਂ ਕਿਵੇਂ ਪ੍ਰਮੋਟ ਕੀਤਾ ਜਾਂਦਾ ਜੀ 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 ਉਹਨਾਂ ਡੇਰਿਆਂ ਦੀ ਪਿਛਲੀ ਰਾਜਨੀਤੀ ਕੀ ਉਹਨਾਂ ਡੇਰਿਆਂ ਦੀ ਵੋਟ ਤੇ ਅੱਖ ਕਿਵੇਂ ਆ ਉਹਨਾਂ ਨੂੰ ਕਿਵੇਂ ਕਿਵੇਂ ਉਹਨਾਂ ਨੂੰ ਪਰਮਾਇਆ ਜਾਂਦਾ ਹੂੰ ਉਹ 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 ਸਾਨੂੰ ਤਾਂ ਪਤਾ ਹੀ ਲੱਗਣ ਦਿੰਦੇ ਬਿਲਕੁਲ ਸਾਡੀਆਂ ਅਕਲਾਂ ਤਾਂ ਹਾਰ ਜਾਂਦੀਆਂ ਹੂੰ ਹੁਣ ਅੱਜ ਦੀ ਤਰੀਕ ਦੇ ਵਿੱਚ ਜੀ ਜੀ ਜੋ ਵਰਤਾਰਾ ਪੰਜਾਬ ਦੀ ਪੋਲਿਟਿਕਸ ਦਾ ਹੂੰ ਉਹ ਤੇ ਇਹ ਨਹੀਂ ਪਤਾ ਲੱਗਦਾ ਵੀ ਜਿਹੜੀ ਸਾਡੀ ਸਾਡੇ ਸਾਹਮਣੇ ਜਿਹੜੀ ਖਬਰ ਆ ਰਹੀ ਹੈ ਉਹਦੀ ਪਿਛਲੀ ਖਬਰ ਕੀ ਹੈ ਕੀ ਹੈ ਬਿਲਕੁਲ ਇਸ ਕਰਕੇ ਜਿਹੜਾ ਸਿਆਸਤਦਾਨ ਹੈ ਨਾ ਲੋਕੀ ਕਹਿੰਨਗੇ ਸਿਆਸਤਦਾਨ ਬੜੇ ਬੁੱਧੂ ਨੇ ਮੈਂ ਕਹਤ ਤੁਸੀਂ ਬੁੱਧੂ ਸਿਆਸਤਦਾਨ ਨਹੀਂ ਬੁੱਧੂ ਹੈਗਾ ਉਹ ਤੇ ਰੱਜ ਕੇ ਛਾਤਰ ਹੈ ਬਿਲਕੁਲ ਉਹ ਤੇ ਤੁਹਾਡੀਆਂ ਜਿੱਥੇ ਆਸਥਾ ਵਰਤ ਨਹੀਂ ਆਸਥਾ ਵਰਤ ਲੈਂਦਾ ਜਿੱਥੇ ਤੁਹਾਡੀ ਇਲਾਕਾ ਪ੍ਰਤੀ ਵਰਤ ਨਹੀਂ ਇਲਾਕਾ ਪ੍ਰਤੀ ਵਰਤ ਲੈਂਦਾ ਜਿੱਥੇ ਤੁਹਾਡੀ ਜਿਹੜੀ ਇੱਕ ਕਮਜ਼ੋਰ ਰਗ ਹੈ ਕਿ ਤੁਸੀਂ ਗਰਜ਼ ਪਿੱਛੇ ਫਰਜ਼ ਪਸਾਰਨ ਵਾਲੀ ਤੇ ਰਹੋ ਉਸ ਵੇਲੇ ਤੁਹਾਨੂੰ ਨਿੱਕੀ ਜਿਹੀ ਬੁਰਕੀ ਤੋੜ ਕੇ ਦਿਖਾ ਦਿੰਦਾ ਤੇ ਤੁਸੀਂ ਜਿੰਨਾ ਮੂੰਹ ਦਾ ਪਾਣੀ ਸਾਰਾ ਕੱਢ ਕੇ ਉੱਥੇ ਢੇਰੀ ਕਰ ਦਿੰਦੇ ਹੋ ਉਸ ਗਰਜ ਦੀ ਪੂਰਤੀ ਵਾਸਤੇ ਤੁਸੀਂ ਹਰ ਹਰਬਾ ਵਰਤਦੇ ਹੋ ਤੇ ਇਹ ਦੋਸਤਾਂ ਸਿਆਜ਼ਤਾਂ ਦਾ ਨਹੀਂ ਹੈਗਾ ਬਿਲਕੁਲ ਮੈਂ ਪਿਛਲੇ ਸਮਝ ਲਓ ਕਿ 14 ਹਾਂ ਦੂਸਰੇ 14 ਤੋਂ ਬਾਅਦ ਮੈਂ ਸੈਕਰੀਟਰੀ ਕੋਲ ਨਹੀਂ ਗਿਆ ਅੱਛਾ ਜੀ ਕਿਸੇ ਸਿਆਜ਼ਤ ਨੂੰ ਨਹੀਂ ਮਿਲਿਆ ਜਿਹਨੂੰ ਮਿਲਿਆ ਆਪਣੇ ਘਰ 'ਚ ਹੀ ਮਿਲਿਆ ਕਿਰ ਮੈਨੂੰ ਇੱਥੇ ਕੋਈ ਮਿਲਣ ਆਇਆ ਜਾਂ ਕਿਸੇ ਸੋਸ਼ਲ ਕੈਟਰਿੰਗ ਤੇ ਮਿਲਿਆ ਹੋਊਗਾ ਮਤਲਬ ਮੋਹ ਪੰਗ ਹੋ ਗਿਆ ਜਾਂ ਨਹੀਂ ਜਾਂਦਾ ਹੀ ਨਹੀਂ ਮੈਂ ਮੂਵਾਂ ਗਰੀ ਹੋ ਗਿਆ ਮੈਨੂੰ ਪਤਾ ਹੈ ਕਿ ਇਹ ਇਹ ਲੋਕ ਜਿਹੜੇ ਹੈਗੇ ਨੇ ਇਹ ਲੋਕ ਸਾਰੇ ਜਿਹੜੇ ਹਰ ਪੋਲੀਟਿਕਲ ਪਾਰਟੀ ਦੇ ਇਹ ਆਪਣੇ ਹਿੱਤਾਂ ਦੀ ਪੂਰਤੀ ਵਾਸਤੇ ਤੁਹਾਨੂੰ ਇੱਕ ਟੂਲ ਸਮਝਦੇ ਹ ਹਮ ਬਿਲਕੁਲ 1997 ਵਿੱਚ ਮੈਨੂੰ ਇਸ ਗੱਲ ਦਾ ਇਲਮ ਹੋ ਗਿਆ ਸੀ ਉਹ ਚਿਪ ਕਢਾਉਂਦੇ ਜਿਹੜੀ ਹੁੰਦੀ ਨਾ ਉਹ ਕੰਪਿਊਟਰ ਦੀ ਚਿਪ ਹੁੰਦੀ ਹੈ ਜੀ ਜੀ ਉਹ ਕੱਢਦੇ ਉਹ ਬੜੀ ਜਾਨ ਸੌਖੀ ਰਹਿੰਦੀ ਹੈ ਹਮ ਕਿ ਸੱਤਾ ਦੇ ਗਲਿਆਰਿਆਂ ਦੇ ਵਿੱਚ ਜੀ ਜਿੱਥੇ ਕੂਲਕਸਾਤੀ ਹਨੇਰੀ ਵਗਦੀ ਹੈ ਕੋਈ ਵੀ ਕਾਂ ਕਾਂ ਤੁਹਾਡੀ ਅੱਖ 'ਚ ਪੈ ਸਕਦਾ ਹੈ ਹਮ ਤੇ ਤੁਹਾਨੂੰ ਤੁਹਾਡੀ ਨਜ਼ਰ ਤੋਂ ਤੁਹਾਨੂੰ ਪਰਮਿਤ ਕਰ ਸਕਦਾ ਹੈ ਜੀ 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 2010 ਦੇ ਵਿੱਚ ਜੀ ਪਰ ਬੜੀ ਹਾਸੇ ਵਾਲੀ ਗੱਲ ਹੈ ਮੈਂ ਤਾਂ ਰਿਕਾਰਡ ਦੇ ਲਈ ਹੁਣੀ ਚਾਹਨਾ ਜੀ ਤੁਹਾਡੇ ਨਾਲ ਹੀ ਤਾਂ ਕਿ ਸਾਨੂੰ ਦਰਹਿ ਜਰੂਰ ਜਰੂਰ 2010 ਦੇ ਵਿੱਚ ਮੈਨੂੰ ਫੋਨ ਆਉਂਦਾ ਹੈ ਅੱਛਾ ਬੀਬੀ ਜੀ ਉਪਿੰਦਰ ਡਾਕਟਰ ਉਪਿੰਦਰਜੀਤ ਕਰੋਰ ਜਿਹੜੇ ਸਿੱਖਿਆ ਮੰਤਰੀ ਵੀ ਸੀ ਪਹਿਲਾਂ ਜੀ ਜੀ ਬਾਅਦ ਵਿੱਚ ਉਹ ਸਾਡੇ ਬਣ ਗਏ ਵਿੱਤ ਮੰਤਰੀ ਜਦੋਂ ਇਹ ਮਨਪ੍ਰੀਤ ਨੇ ਅਸਤੀਫਾ ਦਿੱਤਾ ਜੀ ਜੀ ਮੈਨੂੰ ਕਹਿੰਦੇ ਵੀਰ ਮੈਂ ਮਦਦ ਕਰਨਾ ਚਾਹੁੰਨੀ ਆ ਅਕੈਡਮੀ ਦੀ ਹੂੰ ਤੇ ਮੈਨੂੰ ਨਾ ਪ੍ਰਪੋਜ਼ਲ ਬਣਾ ਕੇ ਭੇਜ ਕਿ ਬਜਟ ਚ ਮੈਂ ਅਲੋਕੇਟ ਕਰਨਾ ਚਾਹੁੰਦੀ ਆ ਅੱਛਾ ਕੁਝ ਪੈਸੇ ਅੱਛਾ ਉਹਨਾਂ 2 ਕਰੋੜ ਰੁਪਈਆ ਸਾਨੂੰ ਪੰਜਾਬੀ ਸਾਇੰਸ ਅਕਾਦਮੀ ਨੂੰ ਦਿੱਤਾ ਦਿੱਤਾ ਨਹੀਂ ਅੱਛਾ ਅਲੋਕੇਟ ਕਰ ਦਿੱਤਾ ਅੱਛਾ 5-5 ਲੱਖ ਰੁਪਈਆ ਕਿ 10-10 ਲੱਖ ਰੁਪਈਆ ਕੇਂਦਰੀ ਪੰਜਾਬੀ ਲੇਖ ਸੁਭਾਵਾਂ ਨੂੰ ਕਰ ਦਿੱਤਾ ਕੁਝ ਹੋਰ ਸੰਸਥਾਨ ਨੂੰ ਕੀਤਾ ਉਹਨਾਂ ਲਾਹ ਉਹ ਤੱਕ ਨਹੀਂ ਬੜਿਆ ਮੇਰਾ ਦਿੱਤਾ ਉਦਾਂ ਹੀ ਕਿਹਾ ਗਿਆ ਜੀ ਕਹਿਣ ਦਾ ਮਤਲਬ ਇਹ ਹੈ ਕਿ ਸਾਨੂੰ ਇਹ ਨਹੀਂ ਪਤਾ ਕਿ ਪੈਰਵੀ ਕਿਵੇਂ ਕਰੀਦੀ ਆ ਜੀ 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 ਪੈਰ ਵੀ ਨਾ ਪੈਸੇ ਮਿਲਦਾ ਨਹੀਂ ਨਹੀਂ ਮਿਲਦਾ ਸਮਝ ਗਿਆ ਜੀ 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 ਅੱਛਾ ਹੁਣ ਸਿਸਟਮ ਇਨਾ ਪੇਚੀਤਾ ਹੈ ਜੀ ਕਿ ਜਿੱਥੇ ਤਾਂ ਔੜ ਹੈ ਜੀ ਉੱਥੇ ਤਾਂ ਕਣੀ ਨਹੀਂ ਪੈਂਦੀ ਹੂੰ ਤੇ ਜਿੱਥੇ ਪਹਿਲੇ ਹੜ ਆਇਆ ਹੋਇਆ ਜੀ ਉੱਥੇ ਬਰਸਾਤ ਥੰਮਣ ਦਾ ਨਾਂ ਨਹੀਂ ਲੈਂਦੀ ਹੂੰ ਜਿਵੇਂ ਸ਼ਹਿਰ ਦੀਆਂ ਸੜਕਾਂ ਬਿਲਕੁਲ ਹਰ ਦੂਸਰੇ ਸਾਲ ਬਣ ਜਾਂਦੀਆਂ ਕਾਰਪੇਟਿੰਗ ਹੋ ਜਾਂਦੀ ਹੈ ਬਿਲਕੁਲ ਬਿਲਕੁਲ ਤੇ ਜਿਹੜੀਆਂ ਕਿਸੇ ਲਿੱッセ ਪਿੰਡ ਦੀਆਂ ਸੜਕਾਂ ਨੇ ਪਿੱਛੇ ਦੇ ਨਹੀਂ ਮੈਂ ਈਵਨ ਕਰਡ ਕਨਸਟੈਂਸ ਦੇ ਇੱਕ ਪਿੰਡ ਦੀ ਵੀਡੀਓ ਦੇਖ ਰਿਆ ਸਾਂ ਜੀ ਜੀ ਜਿੱਥੇ ਸਕੂਲ ਦੇ ਕੋਲ ਆਪਣੇ ਬੈਂਚ ਵੀ ਹੈ ਨਹੀਂ ਹਮ ਬਿਲਕੁਲ ਸਮਝ ਗਏ ਨਾ ਸੋ ਇਹ ਜਿਹੜਾ ਆਰ ਈਵਨ ਜਿਹੜਾ ਇੱਕ ਵਿਕਾਸ ਦਾ ਮਾਡਲ ਹੈ ਹੁਣ ਜਿਵੇਂ ਮੁੱਖ ਮੰਤਰੀ ਜੀ ਪ੍ਰਤਾਪ ਸਿੰਘ ਕਹਿ ਰਹੇ ਸੀ ਜੀ ਜੀ ਸਾਰੇ ਸਿੱਖਿਆ ادارے ਮਾਜਿਦ ਸੀ ਡਵੈਲਪ ਹੋਏ ਬਿਲਕੁਲ ਸਮਝ ਗਏ ਇਹ ਗੱਲ ਬੱਕਰੀ ਵੀ ਉਹਨਾਂ ਦਾ ਵਿਜ਼ਨ ਵੱਡਾ ਸੀ ਉਹਨਾਂ ਨੇ ਪੀਜੇ ਵੀ ਬਣਵਾਈ ਹਮ ਉਹਨਾਂ ਨੇ ਫਰੀਦাবাদ ਵੀ ਡਵੈਲਪ ਕਰਾਇਆ ਜੀ ਜੀ ਮਾਲਖਾ ਡਵੈਲਪ ਕਰਾਇਆ ਉਹਨਾਂ ਨੇ ਬਲਬਗੜ ਹਰਿਆਣੇ ਚ ਉਹ ਹਰਿਆਣਾ ਦੀ ਵੀ ਪੰਜਾਬ ਦੀ ਸੀ ਉਹ ਉਹ ਡਵੈਲਪ ਕਰਾਇਆ ਲੁਧਿਆਣਾ ਦੇ ਇੰਡਸਟਰੀਅਲ ਵੀ ਡਵੈਲਪ ਕਰਾਇਆ ਵਿਜਨ ਸੀ ਉਹਨਾਂ ਦਾ ਪੰਜਾਬ ਐਗਰੀਟ ਕੰਸਟ੍ਰਕਟ ਬਣਾਈ ਯੂਨੀਵਰਸਿਟੀ ਹਿਸਾਰ ਚ ਕੈਂਪਸ ਬਣਾਇਆ ਜੀ ਵਿਜਨ ਸੀ ਬਿਲਕੁਲ ਹੁਣ ਤਾਂ ਇਹ ਲੱਗਦਾ ਵੀ ਸਾਡਾ ਸਾਰਾ ਕੋਸ਼ਿਸ਼ ਜਦੋਂ ਰਾਜਧਾਨੀ ਬਠਿੰਡਾ ਬਣ ਜਾਂਦੀ ਹੈ ਹਮ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਹੁੰਦੀ ਹੈ ਤਾਂ ਲੱਗਦਾ ਕਿ ਬਠਿੰਡੇ ਵੇਨਾ ਗੱਦੀ ਨਹੀਂ ਤੇ ਲੈ ਵੀ ਬਠਿੰਡਾ ਵਿਚਾਲੋਂ ਤੇ ਉੱਤੇ ਵੀ ਠੰਡਾ ਲੈ ਲਓ ਬਿਲਕੁਲ ਬਿਲਕੁਲ ਤੇ ਆਸੇ ਪਾਸੇ ਵੀ ਬਠੰਡਾ ਬਠੰਡਾ ਹੂੰ ਤੇ ਜੇ ਉਹੀ ਸੱਤਾ ਬਦਲ ਕੇ ਚਲੀ ਜਾਂਦੀ ਏ ਪਟਿਆਲੇ ਜੀ ਤੇ ਸਾਰਾ ਕੁਝ ਪਟਿਆਲੇ ਦੇ ਆਲੇ ਦੁਆਲੇ ਘੁੰਮ ਲੱਗ ਜਾਂਦਾ ਬਿਲਕੁਲ ਜੇ ਹੁਣ ਚਮਕੌਰ ਸਾਹਿਬ ਗਈ ਸੱਤਾ ਤੇ ਲੱਗਦਾ ਕਿ ਚਮਕੌਰ ਸਾਹਿਬ ਵੀ ਪੰਜਾਬ ਦੀ ਰਾਜਧਾਨੀ ਹੈ ਜੀ ਜੀ ਇਹ ਜਿਹੜਾ ਇੱਕ ਊਲਾਰ ਵਿਰਤੀ ਦਾ ਇੱਕ ਮਾਡਲ ਹੈ ਨਾ ਹੂੰ ਹੂੰ ਇਹ ਹੁਣ ਸ਼ੁਰੂ ਹੈ ਪਹਿਲਾਂ ਨਹੀਂ ਸੀ ਹੁੰਦਾ ਪਹਿਲਾਂ ਨਹੀਂ ਸੀ ਹੁੰਦਾ ਹੋਰੇ ਖਤਰਨਾਕ ਹੈ ਅੱਛਾ ਗਿੱਲ ਸਾਹਿਬ ਜਿਵੇਂ ਤੁਸੀਂ ਲੋਕਪੱਖੀ ਸਿਆਸਤਦਾਨ ਦੀ ਗੱਲ ਕੀਤੀ ਹੈ ਸਾਹਿਤਕਾਰ ਕਵੀ ਲੇਖਕ ਕਲਾਕਾਰ ਇਹਨਾਂ ਨੂੰ ਆਮ ਕਰਕੇ ਲੋਕਪਖੀ ਵੇਖਿਆ ਜਾਂਦਾ ਹੈ ਹੁੰਦੇ ਵੀ ਨਹੀਂ ਲੋਕਪਖੀ ਇਹ ਗੱਲ ਸੱਚੀ ਹੈ ਜਮਟੇ ਡੋਂਦਾ ਸੀ ਉਹ ਵੀ ਕਦੇ-ਕਦੇ ਕੋਈ ਕਵੀ ਜਾਂ ਲੇਖਕ ਤੇ ਸਾਹਿਤਕਾਰ ਤੇ ਗੱਲ ਉੱਠਦੀ ਹੁੰਦੀ ਹੈ ਕਿ ਸਰਕਾਰੀ ਬੋਲੀ ਬੋਲਦਾ ਹੈ ਸਰਕਾਰੀ ਭਾਸ਼ਾ ਸਰਕਾਰ ਦੀ ਬੋਲੀ ਕੋਈ ਵੀ ਨਹੀਂ ਹੁੰਦੀ ਹਰ ਬੋਲੀ ਗਰਜ ਦੀ ਬੋਲੀ ਹੁੰਦੀ ਹੈ ਲਾਲਚ ਦੀ ਬੋਲੀ ਹੁੰਦੀ ਹੈ ਜੀ ਸਰਕਾਰ ਦੀ ਬੋਲੀ ਕੋਈ ਇਹ ਤੇ ਹੈ ਨਹੀਂ ਕਿ ਸਰਕਾਰ ਦੀ ਬੋਲੀ ਤਾਂ ਇਕੱਲਾ ਪਬਲੀਕੇਸ਼ਨ ਡਿਪਾਰਟਮੈਂਟ ਹੀ ਬੋਲਦਾ ਨਾ ਹੂੰ ਬਾਕੀ ਤਾਂ ਸਾਰੇ ਕੈਮੋਫਲੇਜ ਕਰਕੇ ਬੋਲਦੇ ਨੇ ਜੀ ਉਹਲਾ ਕਰਕੇ ਬੋਲਦੇ ਨੇ ਗਰਜ਼ਾਂ ਪਿੱਛੇ ਬੋਲਦੇ ਲਾਲਚ ਪਿੱਛੇ ਬੋਲਦੇ ਨੇ ਉਹ ਸਰਕਾਰ ਦੀ ਬੋਲੀ ਨਹੀਂ ਹੁੰਦੀ ਜੀ ਉਹ ਭੁੱਖ ਦੀ ਬੋਲੀ ਹੁੰਦੀ ਨੀਅਤ ਦੀ ਭੁੱਖ ਦੀ ਬੋਲੀ ਹੁੰਦੀ ਹੈ ਜੀ ਉਹ ਬੋਲਦੇ ਨੇ ਲੋਕ ਹੂੰ ਪਰ ਮੈਂ ਤਾਂ ਸਹੌਂ ਖਾਈਏ ਜੀ ਦੀ ਪੁੱਤ ਨਾ ਧੀ ਦੀ ਜਿੱਦਰ ਮੈਂ ਬੋਲਾਂਗਾ ਉਦੋਂ ਮੈਨੂੰ ਘੇਰ ਲਈ ਅਜੇ ਤੱਕ ਤੇ ਬੇਤਰਾ ਜੇ ਕੋਈ ਚੰਗਾ ਤੇ ਮੈਂ ਚੰਗਾ ਕਹਾਂਗਾ ਜੇ ਮਾੜਾ ਤੇ ਮਾੜਾ ਕਹਾਂਗਾ ਆ ਹੁਣ ਇਹਨਾਂ ਨੇ 2008 ਦੇ ਵਿੱਚ ਰਾਜਪਾਲ ਐਕਟ ਦੇ ਵਿੱਚ ਸੋਧਾਂ ਕੀਤੀਆਂ ਸੀ ਜੀ ਜੀ ਆ ਹੁਣ ਇਹਨਾਂ ਨੇ ਉਦੇ ਵਿੱਚ ਕੁਝ ਮਤਾਂ ਵਧਾ ਦਿੱਤੀਆਂ ਹਮ ਕਿ ਜਿਹੜੀ ਸੰਸਥਾ ਨਹੀਂ ਲਾਗੂ ਕਰੇਗੀ ਪੰਜਾਬੀ ਆਪਣੇ ਸਕੂਲ ਦੇ ਬੱਚਿਆਂ 'ਚ ਜੀ ਜੀ ਉਹਨੂੰ ਅਸੀਂ ਇਹਨਾਂ ਜੁਰਮਾਨਾ ਕਰਾਂਗੇ ਪਹਿਲੀ ਵਾਰੀ ਤੇ ਆ ਕਰਾਂਗੇ ਦੂਜੀ ਵਾਰੀ ਆ ਕਰ ਤੇਜੀ ਵਾਰੀ ਕਰਾਂਗੇ ਜਿਹੜਾ ਬੰਦਾ ਕੰਮ ਨਹੀਂ ਕਰਦਾ ਉਹਨੂੰ ਬਾਅਦ ਜੁਰਮਾਨਾ ਕਰਾਂਗੇ ਆ ਕਰਾਂਗੇ ਆ ਕਰਾਂਗੇ ਸੋਧ ਕਰਕੇ ਉਹਨਾਂ ਨੇ ਉਹ ਇੱਕ ਬ라운 ਦੇ ਰਾਤ ਤੁਰੇ ਨੇ ਜੀ ਮੈਂ ਉਹਨੇ ਅਪੀਲ ਕੀਤਾ ਜੀ ਮੈਨੂੰ ਕਿਸੇ ਨੇ ਨਹੀਂ ਕਿਹਾ ਹਮ ਮਨ ਉਠਿਆ ਜੀ ਨਾਲ ਕੁਝ ਸੁਝਾਸ਼ਨ ਦਿੱਤੇ ਨੇ ਹਮ ਮੈਂ ਕਿਹਾ ਕਟੋ-ਕਟ ਜੇ ਤੁਸੀਂ ਸੂਬਾ ਪੱਧਰ ਤੇ ਜਿਹੜੀਆਂ ਕਮੇਟੀਆਂ ਬਣਦੀਆਂ ਸੀ ਰਾਜ ਪੱਧਰ ਤੋਂ ਹੇਠਲੇ ਜ਼ਿਲ੍ਹਾ ਪੱਧਰ ਤੇ ਕਮੇਟੀਆਂ ਬਣਦੀਆਂ ਸੀ ਜਿਹੜੀਆਂ ਵੇਖਦੀਆਂ ਸੀ ਕਿ ਲਾਗੂ ਹੋ ਰਹੀ ਜ਼ਮਾਨ ਕਿ ਨਹੀਂ ਹੋ ਰਹੀ ਉਹਨਾਂ ਕਮੇਟੀ ਕੋਲ ਕੋਈ ਅਧਿਕਾਰ ਹੀ ਕੋਈ ਨਹੀਂ ਜੇ ਫਰਜ਼ ਕੀਤਾ ਜੀ ਜੀ ਤੇ ਜੇ ਦਾਂਦੀ ਹੈ ਨਹੀਂ ਚਿੱਠਣਗੇ ਕਿਨੂੰ ਹੂੰ ਜੇ ਉਹਨਾਂ ਦੀ ਰეკਮੈਂਡੇਸ਼ਨ ਦਾ ਮੁੱਲੀ ਕੋਈ ਨਹੀਂ ਜੀ ਜੀ ਤੇ ਉਹਦੇ ਫਿਰ ਕਾਗਜ਼ਾਂ ਟਰੇਡ ਪਰਣ ਵਾਲੀ ਗੱਲ ਹੈ ਨਾ ਤੇ ਜੇ ਜ਼ਿਲ੍ਹਾ ਪੱਧਰ ਤੇ ਸਾਡੇ ਭਾਸ਼ਾ ਦਫਤਰ ਜਿਹੜੇ ਖਾਲੀ ਪਏ ਨੇ ਹਾਂਜੀ ਜਿਹਨਾਂ ਕੋਈ ਫੰਡ ਵੀ ਹੈ ਨਹੀਂ ਜੇ ਉਹਨਾਂ ਕੋਲੇ ਸਾਧਨ ਵੀ ਹੈ ਨਹੀਂ ਵਿਜ਼ਨ ਵੀ ਹੈ ਨਹੀਂ ਜੀ ਜੀ ਉਹ ਇਹ ਬੰਦੇ ਭਰਤੀ ਕਰੋ ਜਿਨ੍ਹਾਂ ਨੂੰ ਵਿਜ਼ਨ ਵੀ ਹੋਵੇ ਕਿਸੇ ਵੇਲੇ ਜ਼ਿਲ੍ਹਾ ਪਹਾੜਸ਼ਾ ਅਫਸਰ ਜਿਹੜੇ ਹੁੰਦੇ ਸੀ ਉਹ ਸਾਡੇ ਅਦਬੀ ਤੇ ਸਹਿਤ ਸੱਭਿਆਚਾਰਕ ਸਰਗਰਮੀਆਂ ਦੀ ਹੱਬ ਹੁੰਦੇ ਸੀ ਜੀ ਜੀ ਕੇਂਦਰ ਹੁੰਦੇ ਸੀ ਬਿਲਕੁਲ ਸੋ ਸਰਕਾਰ ਦੀ ਬੋਲੀ ਤੇ ਭੁੱਖ ਦੀ ਨੀਤੀ ਦੀ ਭੁੱਖ ਦੀ ਬੋਲੀ ਗਰਸ ਦੀ ਬੋਲੀ ਇਹਨਾਂ ਨੂੰ ਆਪਸ ਵਿੱਚ ਮਿਲਾਉਣਾ ਨਹੀਂ ਚਾਹੀਦਾ ਅਲੱਗ-ਅਲੱਗ ਨੇ ਦੋ ਵੱਖਰੀ ਵੱਖਰੀ ਸ਼ਾਇਰਾਂ ਨੇ ਗੱਲ ਸਭ ਆਮ ਕਰਕੇ ਜਦੋਂ ਸਾਹਿਤਿਕ ਪ੍ਰੋਗਰਾਮਾਂ ਦੇ ਵਿੱਚ ਜਾਈਦਾ ਜਾਂ ਉਹਨਾਂ ਨੂੰ ਸੁਣੀਦਾ ਕਿਤੇ ਲਾਈਵ ਵੇਖਣ ਦਾ ਮੌਕਾ ਮਿਲਦਾ ਜਾਂ ਸਾਹਿਤਿਕ ਗੋਸ਼ਟੀਆਂ ਬਾਰੇ ਸੁਣੀਦਾ ਪੜੀਦਾ ਵੇਖੀਦਾ ਬੜੇ ਭਾਰੇ ਭਾਰੇ ਲਫ਼ਜ਼ ਬੜੇ ਜਿਹੇ ਸ਼ਬਦ ਜਿਹੜੇ ਸਾਹਿਤਕਾਰਾਂ ਦੁਆਰਾ ਬੋਲੇ ਜਾਂਦੇ ਆ ਕਈ ਵਾਰੀ ਤੇ ਮੈਂ ਵੀ ਉਹਨਾਂ ਚੋਂ ਇੱਕਾਂ ਇਦਾਂ ਲੱਗਦਾ ਹੁੰਦਾ ਵੀ ਮੈਨੂੰ ਇਹ ਸ਼ਾਇਦ ਜਾ ਕੇ ਲੱਭਣਾ ਪੈਣਾ ਵੀ ਇਹਦਾ ਕਹਿਣ ਦਾ ਭਾਵ ਕੀ ਹੈ ਇਹਨਾਂ ਦਾ ਜੇ ਸ਼ਬਦ ਕਿਉਂ ਵਰਤੇ ਕਿ ਇਹ ਸਾਹਿਤਕਾਰਾਂ ਦਾ ਜਾਂ ਉੱਥੇ ਬੋਲ ਰਹੇ ਬੁਲਾਰਿਆਂ ਦਾ ਇੱਕ ਸਾਹਮਣੇ ਪ੍ਰਭਾਵ ਛੱਡਣ ਦਾ ਹੁੰਦਾ ਜਾਂ ਸੱਚਮੁੱਚ ਉਸ ਵਕਤ ਲੋੜੀਂਦੇ ਹੁੰਦੇ ਆ ਉਹ ਆਮ ਜ਼ਿੰਦਗੀ 'ਚ ਨਹੀਂ ਵਰਤੇ ਜਾਂਦੇ ਦੋ ਗੱਲਾਂ ਕਦੇ ਨਾ ਵਿਸਾਰਿਓ ਜੀ ਬਿੱਟੂ ਕਿ ਅਸੀਂ ਸਾਰੇ ਜੀ ਇੱਕ ਅਜੀਬ ਕਿਸਮ ਦੇ ਹੀਣ ਭਾਵ ਦੇ ਸ਼িকার ਹੂੰ ਹੂੰ ਦੂਸਰਾ ਸਾਡੀ ਸਮਰੱਥਾ ਵੀ ਉਨੀ ਨਹੀਂ ਹੈ ਜੀ ਜਿਹੜੀ ਸਮਰੱਥਾ ਆਪਣੀ ਗੱਲ ਨੂੰ ਸੰਚਾਰਿਤ ਕਰਨ ਵਾਸਤੇ ਅੱਗੇ ਪਹੁੰਚਾਉਣ ਵਾਸਤੇ ਜੀ ਕਾਬਲ ਹੋਵੇ ਬਿਲਕੁਲ ਤੀਸਰਾ ਕారణ ਇਹ ਆ ਕਿ ਜਿਹੜੀ ਬੋਲਚਾਲ ਦੀ ਭਾਸ਼ਾ ਤੇ ਅਲੋਚਨਾ ਦੀ ਭਾਸ਼ਾ ਉਹ ਚੰਤਰ ਰਹਿਣੇ ਰਹਿਣਾ ਹੂੰ ਕਿਉਂਕਿ ਸਾਡੇ ਕੋਲੇ ਜਿਹੜੇ ਗਿਆਨ ਤੰਤਰ ਦੇ ਨਵੇਂ ਸ਼ੋਮੇ ਆਏ ਨੇ ਐਨਲਾਈਜ਼ ਕਰਨ ਦੇ ਵਿਸ਼ਲੇਸ਼ਣ ਕਰਨ ਦੇ ਜੀ ਉਹ ਜਾਂ ਅੰਗਰੇਜ਼ੀ ਤੋਂ ਆਏ ਨੇ ਜਾਂ ਹਿੰਦੀ ਤੋਂ ਆਏ ਨੇ ਹੂੰ ਉਹਨਾਂ ਤੋਂ ਅਸੀਂ ਜਦੋਂ ਹੁਬ ਹੁ ਉਹੀ ਸ਼ਬਦ ਲੈ ਲਾਂਗੇ ਜੀ ਤਾਂ ਅਸੀਂ ਉਹੀ ਅੱਗੋਂ ਪੰਜਾਬੀ ਵਿੱਚ ਲਾਗੂ ਕਰਨ ਦੀ ਕੋਸ਼ਿਸ਼ ਕਰਾਂਗੇ ਜੀ ਤੇ ਉਦੋਂ ਭਾਰੀ ਪਰਕਮ ਬਣ ਜਾਣਗੇ ਹਮ ਹੁਣ ਕੋਸ਼ਿਸ਼ ਕਰਨੀ ਚਾਹੀਦੀ ਸਾਡੇ ਆਲੋਚਕ ਨੂੰ ਜੀ ਖਾਸ ਕਰਕੇ ਜਿਹੜਾ ਬੁਲਾਰਾ ਹੈ ਹਮ ਕਿ ਉਹ ਉਹਨੇ ਸ਼ਬਦਾਂ ਦੀ ਵਰਤੋਂ ਕਰੇ ਜਿਹੜੇ ਗੋਲਾਈਦਾਰ ਸ਼ਬਦ ਨੇ ਬਿਲਕੁਲ ਜਿਹੜੇ ਸਧਾਰਨ ਬੰਦੇ ਨੂੰ ਜੀ ਸਮਝ ਆ ਜਾਣਾ ਹਮ ਹੁਣ ਕਈ ਚੀਜ਼ਾਂ ਐਸੀ ਹੁੰਦੀ ਸਧਾਰਨ ਬੰਦੇ ਦੀ ਉਹ ਖਫਤ ਦੀਆਂ ਚੀਜ਼ਾਂ ਨਹੀਂ ਹੁੰਦੀਆਂ ਨਹੀਂ ਹੁੰਦੀਆਂ ਬਿਲਕੁਲ ਨਹੀਂ ਹੁੰਦੀਆਂ ਉਹਦੀ ਖਫਤ ਦੀਆਂ ਚੀਜ਼ਾਂ ਨਹੀਂ ਹੁੰਦੀਆਂ ਜੀ ਜੀ ਔਰ ਜਿਹੜਾ ਬੈਠਾ ਬੰਦਾ ਉਹ ਕੁਝ ਜਾਣਨਾ ਚਾਹੁੰਦਾ ਜਿਹੜਾ ਚੱਲ ਕੇ ਆਇਆ ਚਾਹੁੰਦਾ ਹੀ ਹੈ ਨਾ ਕੁਛ ਨਾ ਕੁਛ ਬਿਲਕੁਲ ਜਿਹਦੇ ਪੱਲੇ ਕੁਝ ਵੀ ਨਾ ਪਵੇ ਜੀ ਜੀ ਤਦ ਵੀ ਇਹ ਬੁਲਾਰੇ ਦੀ ਹਾਰ ਹੈ ਹੂੰ ਜੇ ਕੁਝ ਚਾਰ ਗੱਲਾਂ ਦੇ ਵਿੱਚੋਂ ਇੱਕ ਗੱਲ ਵੀ ਸੁਣ ਕੇ ਬੰਦੇ ਨੂੰ ਸਮਝ ਪੈ ਗਈ ਤੇ ਉਹ ਕੈਰੀ ਫਾਰਵਰਡ ਕਰੇਗਾ ਹੂੰ ਤਾਂ ਇਹ ਉਹਦੀ ਪ੍ਰਾਪਤੀ ਹੈ ਜੀ ਇਸ ਕਰਕੇ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਅਸੀਂ ਬੋਲ ਚੱਲ ਦੀ ਭਾਸ਼ਾ ਵਿੱਚ ਗਿਆਨ ਦੀ ਗੋ ਡਿਸਟ੍ਰਿਬਿਊਸ਼ਨ ਕਰੀਏ ਵੰਡ ਕਰੀਏ ਜੀ ਜੀ ਮੈਂ ਤਾਂ ਕਹਿ ਰਿਹਾ ਤੂੰ ਕਹੇਗਾ ਕਿਹੋ ਜੀ ਗੱਲ ਕਰਦਾ ਮੈਂ ਤਾਂ ਕਹਿ ਰਿਹਾ ਮੇਰੀ ਪੋਇਟਰੀ ਬਾਰੇ ਲਿਖੇ ਪੇਪਰ ਨਹੀਂ ਸਮਝਾਉਂਦੇ ਅੱਛਾ ਮੇਰੀ ਕਵਿਤਾ ਬਾਰੇ ਮੇਰੀ ਅਲੋਚਨਾ ਮੈਨੂੰ ਸਮਝ ਨਹੀਂ ਆਉਂਦੀ ਕਈ ਵਾਰੀ ਵੀ ਇਹ ਕਹਿਣਾ ਕੀ ਚਾਹੁੰਦੇ ਨੇ ਜੀ ਮਤਲਬ ਹੋ ਰਿਹਾ ਇਹ ਹੁੰਦਾ 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 ਗੱਲ ਸਾਬ ਗੱਲ ਜਮਾ ਜਿਵੇਂ ਮੈਂ ਉਸੇ ਤਰ੍ਹਾਂ ਹੀ ਫੇਰ ਕਰਨੀ ਚਾਹੁੰਨਾ ਜਿਵੇਂ ਆਮ ਆਪਾਂ ਸੋਚਦੇ ਹੁੰਦੇ ਆ ਕਿ ਦੋ ਭਾਵੇਂ ਪੱਤਰਕਾਰ ਨੇ ਦੋ ਅਧਿਆਪਕ ਨੇ ਦੋ ਲੇਖਕ ਨੇ ਕਿਤੇ ਨਾ ਕਿਤੇ ਇਹ ਉਹਨਾਂ ਨੂੰ ਆਪਸ ਦੇ ਵਿੱਚ ਲੈ ਕੇ ਹੀਣ ਭਾਵਨਾ ਜਾਂ ਥੋੜੀ ਜੀ ਕਿੰਗੜੀ ਅੜਦੀ ਹੁੰਦੀ ਹੈ ਵੀ ਖਿੱਚੋ ਤਾਨ ਹੁੰਦੀ ਹੈ ਮੈਨੂੰ ਥੋੜਾ ਜਿਹਾ ਸੁਣਨ ਨੂੰ ਮਿਲਿਆ ਸੀ ਵੀ ਸਾਹਿਤਕਾਰਾਂ 'ਚ ਵੀ ਕਿਤੇ ਨਾ ਕਿਤੇ ਥੋੜਾ ਜਿਹਾ ਹੁੰਦਾ ਉਹ ਹੁੰਦੀ ਆ ਝੰਡੀ ਤੁਹਾਡੇ 'ਚ ਵੀ ਇਹ ਗੱਲ ਹੈ ਵੀ ਇੱਕੋ ਹੀ ਚੱਕੀ ਦਾ ਆਟਾ ਖਾਂਦੇ ਸਾਰੇ ਜੀ ਉਹ ਤਾਂ ਫਰਕ ਲੰਮਾ ਚੜਾ ਕੋਈ ਨਹੀਂ ਹੈਗਾ ਉਸੇ ਹਵਾ ਚ ਮਸਾਲ ਲੈਨੇ ਜੇ ਚਾਮ ਬੰਦਾ ਲਿੰਦਾ ਜੀ ਆਮ ਬੰਦੇ ਦੀ ਕਮਜ਼ੋਰੀਆਂ ਲੇਖਕਤ ਹੁੰਦੀਆਂ ਨੇ ਕੋਈ ਫਰਕ ਨਹੀਂ ਹੁੰਦਾ ਬਹੁਤ ਲੰਮਾ ਚੜਾ ਗੱਲ ਵੱਖਰੀ ਹੈ ਕਿ ਪਹਿਲਾਂ ਉਹ ਇੱਕ ਖਾਸ ਖਾਨੇ 'ਚ ਬੱਜੇ ਹੁੰਦੇ ਸੀ ਜੀ ਲੱਗਦਾ ਹੁੰਦਾ ਸੀ ਉਹ ਲੋਕਾਂ ਤੱਕ ਆਮ ਤੱਕ ਪਹੁੰਚ ਨਹੀਂ ਸੀ ਹੁਣ ਵਿੱਚੇ ਵਿੱਚ ਤੁਰੇ ਫਿਰਦੇ ਆ ਸਾਰੇ ਕਮਜ਼ੋਰ ਗਿਆਂ ਜਿਸ ਜਾਂਦੀਆਂ ਨੇ ਅੱਗੇ ਕਿਤਾਬਾਂ 'ਚ ਹੀ ਪੜ कि ਜਿਹੜਾ ਪਹਿਲਾ ਸਾਡਾ ਲੇਖਕ ਸੀ ਨਾ ਜੀ ਉਹ ਅਦਰਸ਼ ਦਾ ਪ੍ਰਣਾਇਆ ਪ੍ਰਣਾਇਆ ਹੋਇਆ ਸੀ ਬਿਲਕੁਲ ਬਿਲਕੁਲ ਨਾਨਕ ਸਿੰਘ ਗੁਰਬਖਸ਼ ਸਿੰਘ ਹੋਵੇ ਬਾਬਾ ਬਲਵੰਤ ਜੀ ਹੋਣ ਈਵਨ ਸਾਡੇ ਪ੍ਰਸ ਮੋਹਨ ਸਿੰਘ ਅਮਰਤਪ੍ਰੀਤਮ ਜੀ ਉਹਨਾਂ ਸਾਰਿਆਂ ਦੇ ਕੋਲ ਇੱਕ ਖਾਸ ਕਿਸਮ ਦਾ ਵਿਸ਼ੇਸ਼ ਕਿਸਮ ਦਾ ਔਰਾ ਸੀ ਪ੍ਰਕਾਸ਼ ਚੱਕਰ ਸੀ ਉਹਨਾਂ ਦੇ ਪਿੱਛੇ ਉਹਨਾਂ ਦੇ ਇੱਜ਼ਤ ਨਾਲ ਦੇਖੀ ਭਾਈ ਵੀਰ ਸਿੰਘ ਉਹਨਾਂ ਤੋਂ ਲੈ ਕੇ ਭਾਈ ਪ੍ਰਸਪੂਰਨ ਸਿੰਘ ਉਹਦੋਂ ਪਹਿਲਾਂ ਤੋਂ ਲੈ ਕੇ ਕੋਈ ਸ਼ੱਕ ਨਹੀਂ ਅੱਜ ਦਾ ਲੇਖਕ ਜਿਹੜਾ ਕਮਲ ਮਾਨ ਹੈ ਹੂੰ ਉਹ ਕਮਲ ਮਾਨ ਵਾਲੀਆਂ ਕਮਜ਼ੋਰੀਆਂ ਚ ਹੋਣੀਆਂ ਹੋਣੀਆਂ ਨੇ ਜੀ ਦੂਸਰਾ ਇੱਕ ਗੱਲ ਜਿਹੜੀ ਮੈਂ ਅਕਸਰ ਕਹਿੰਦਾ ਜੀ ਕਿ ਲੇਖਕ ਇੱਕ ਦਾ ਦੂਸਰੇ ਨਾਲ ਮੁਕਾਬਲਾ ਕੋਈ ਨਹੀਂ ਹੁੰਦਾ ਅਸੀਂ ਕਿ ਸਟ੍ਰੈਕ 'ਚ ਨਹੀਂ ਦੌੜ ਰਹੇ ਕਿ ਫਸਟ ਸੈਕੰਡ ਥਰਡ ਆਉਣਾ ਹੈ ਹੂੰ ਇਦਾਂ ਬਿਲਕੁਲ ਨਹੀਂ ਹੁੰਦਾ ਕਿਉਂਕਿ ਹਰ ਬੰਦਾ ਆਪਣੇ ਨਾਲ ਦੌੜ ਰਿਹਾ ਹੁੰਦਾ ਜੀ ਲੇਖਕ ਜਿਹੜਾ ਹੈ ਉਹਦੀ ਦੌੜ ਆਪਣੇ ਨਾਲ ਹੈ ਉਹਦੀ ਮੇਰੀ ਮੇਰੀ ਦੌੜ ਨਾ ਤਾਂ ਜੀ ਸੁਜੀਤ ਪਾਤਰ ਜੀ ਨਾਲ ਹੈ ਬਿਲਕੁਲ ਨਾ ਸੁਖਵਿੰਦਰ ਅਮਰਤ ਨਾਲ ਹੈ ਜੀ ਨਾ ਰਵਿੰਦਰ ਪੱਠਣ ਨਾਲ ਹੈ ਜੀ ਜੀ ਮੇਰੀ ਥੋੜਾ ਆਪਣੇ ਆਪ ਨਾਲ ਹੈ ਆਪਣੇ ਆਪ ਜੇ ਇਹ ਨਹੀਂ ਸਮਝ ਆ ਜਾਵੇ ਫਿਰ ਮੇਰੇ ਖਿਆਲ ਕੋਈ ਕਿਸੇ ਕਿਸਮ ਦਾ ਕੋਈ ਸਾੜਾ ਕੀਨਾ ਹਾਂ ਵਿਰੋਧ ਹੁੰਦੇ ਨੇ ਜੀ ਸਿਧਾਂਤਕ ਵਿਰੋਧ ਹੁੰਦੇ ਨੇ ਸਾਡੇ ਵੀ ਹੁੰਦੇ ਨੇ ਹਮ ਪਰ ਉਸ ਵਿਰੋਧ ਨੂੰ ਤੁਸੀਂ ਪੰਡ ਬੰਨ ਕੇ ਸਿਰ ਤੇ ਹਰ ਵੇਲੇ ਨਹੀਂ ਟਿਕਾ ਕੇ ਰੱਖ ਸਕਦੇ ਜੀ ਜੀ ਵਿਰੋਧ ਤੁਹਾਡੇ ਵਿਚਾਰਧਾਰਾ ਰੱਖੋਣੇ ਚਾਹੀਦੇ ਨੇ ਜੀ ਸੰਸਾਰਕ ਵਿਰੋਧ ਨਹੀਂ ਰੱਖਣੇ ਚਾਹੀਦੇ ਜੀ ਜੀ ਔਰ ਭਾਈਚਾਰਕ ਕੁੜਤਨਾ ਜੜੀਆਂ ਨੇ ਉਹ ਅਲਟੀਮੇਟਲੀ ਤੁਹਾਡੀ ਸਿਰਨਾਥਮਕ ਜਿਹੜੀ ਸਿਰਨਾਥਮਕ ਤਾਂ ਉਹਨੂੰ ਵੀ ਮਾਰਦੀਆਂ ਨੇ ਜੀ ਜੀ ਬੜੇ ਲੋਕ ਨੇ ਜਿਹੜੇ ਮੈਨੂੰ ਪਸੰਦ ਨਹੀਂ ਕਰਦੇ ਹਮ ਮੈਂ ਜਦ ਕਿ ਉਹਨਾਂ ਲੋਕਾਂ ਨੂੰ ਬਹੁਤ ਪਸੰਦ ਕਰਦਾ ਉਹਨਾਂ ਦੀਆਂ ਕਿਤਾਬਾਂ ਲੈ ਕੇ ਪੜਦਾ ਜੀ ਇਹ ਉਹਨਾਂ ਦਾ ਅਧਿਕਾਰ ਹੈ ਕਿ ਮੈਨੂੰ ਆਪਸੰਦ ਕਰਨ ਉਹ ਜੀ ਪਰ ਤਾਂ ਮਤਲਬ ਇਹ ਨਹੀਂ ਹੈਗਾ ਕਿ ਮੈਂ ਜੋ ਕੁਝ ਕਰਦਾ ਸਾਰਾ ਕੋਈ ਮੇਰਾ ਸਾਰਿਆਂ ਨੂੰ ਪਸੰਦ ਹੋਵੇ ਹੂੰ ਇੰਨੇ ਆਪ ਗੱਲਾਂ ਕੀਤੀਆਂ ਨੇ ਜੀ ਜੀ ਉਹ ਚਾਹ ਹੁਸਾ ਅੱਧੀਆਂ ਵੀ ਕਿਸੇ ਨੂੰ ਸਹਿਮਤ ਨਾ ਹੋਵੇ ਅਗਲਾ ਜੀ ਜੀ ਪਰ ਜੇ ਉਹ ਅਸਹਿਮਤੀ ਨੂੰ ਉਹ ਫਰੋਂਟ ਫਰੋਂਟ ਤੇ ਲਿਆ ਕੇ ਜੀ ਮੇਰੀ ਜ਼ਾਤ ਨਾਲ ਜੋੜ ਕੇ ਜੇ ਰੱਖੇਗਾ ਹੂੰ ਉਹ ਸਾੜਾ ਕਿੰਨਾ ਜੀ ਜੇ ਆਪਣੀ ਗੱਲ ਪੁੱਟ ਕਰੇਗਾ ਹੂੰ ਉਹ ਇੱਕ 100 ਫੁੱਲ ਖਿੜਨ ਦੀ ਜਿਵੇਂ ਇੱਕ ਮੁਹਾਵਰੇ ਚ ਇਨੇ 100 ਫੁੱਲ ਖਿੜਨਦੇ 100 ਵਿਚਾਰ ਭੜਨਦੇ ਉਹ ਸਾਬ ਨਾਲ ਹਰ ਫੁੱਲ ਨੂੰ ਖਿੜਨ ਦਾ ਅਧਿਕਾਰ ਹੈ ਅੱਛਾ ਬਹੁਤ ਸਾਰੇ ਗਾਇਕਾ ਨੇ ਭਾਵੇਂ ਹਰ ਭਜਨ ਮੰਨ ਦੀ ਗੱਲ ਕਰੀਏ ਲਾਭ ਜੰਜੂਆ ਤੇ ਮੇਰੇ ਖਿਆਲ ਦੇ ਵਿੱਚ ਜਗਮੋਨ ਕੌਰ ਵੀ ਤੁਹਾਨੂੰ ਗਾਉਂਦੇ ਗਾਉਂਦੇ ਰਹਿ ਗਏ ਨੇ ਬੜੇ ਗਾਇਕਾਂ ਦੇ ਨਾਲ ਤੁਹਾਡੇ ਜਿਹੜੇ ਗਾਣੇ ਉਹ ਸਾਂਝੇ ਹੋਏ ਨੇ ਗਾਏ ਨੇ ਉਹਨਾਂ ਨੇ ਜਾਂ ਉਹਨਾਂ ਦੇ ਹੱਥਾਂ 'ਚ ਦੀ ਲੰਗੇ ਨੇ ਉਹਨਾਂ ਦੀ ਆਵਾਜ਼ ਦਿੱਤੀ ਉਹਨਾਂ ਨੇ ਕੈਕਾ ਨਾਲ ਸੰਬੰਧ ਕੀ ਮੈਂ ਦੀ ਆ ਤੁਹਾਡੀ ਇਧਰ ਗੀਤਾਂ ਨੂੰ ਕਿਵੇਂ ਮੈਂ ਬਚਪਨ ਤੋਂ ਹੀ ਨਾ ਜੀ ਲੋਕ ਸੰਗੀਤ ਦਾ ਬਹੁਤ ਕਾਇਲ ਹਾਂ ਜੀ ਮੈਨੂੰ ਚੰਗੇ ਲੱਗਦੇ ਨੇ ਲੋਕ ਦੇ ਅੱਛਾ ਮੈਨੂੰ ਚੰਗੇ ਲੱਗਦੇ ਜੀ ਮੈਨੂੰ ਯਾਦ ਹੈ ਜਦੋਂ ਬਹੁਣ ਨਿਕਲ ਸਮੇਂ ਆਪਣੇ ਨਾਨਕੇ ਗਿਆ ਹੋਇਆ ਸੀ ਅੰਮ੍ਰਿਤਪੁਰ ਮੇਰੇ ਨਾਨਕੇ ਨੇ ਜਿਹੜਾ ਛਤਰਾਂ ਦੇ ਕੋਲ ਇੱਕ ਰਸਪੁਰ ਚ ਜੀ ਤੇ ਮੇਰੇ ਮਾਮਾ ਜੀ ਦੇ ਘਰ ਦੇ ਸਾਹਮਣੇ ਨਾ ਇੱਕ ਘਰ ਸੀ ਕਿਸੇ ਦਾ ਤੇ ਉੱਥੇ ਤਾਲੀ ਦੇ ਉੱਤੇ ਸਪੀਕਰ ਲੱਗਾ ਹੋਇਆ ਸੀ ਅੱਛਾ ਮੈਨੂੰ ਅਜੇ ਤੱਕ ਯਾਦ ਹੈ ਉਹ ਤੋਂ ਮੈਂ ਵੱਤੋਂ ਦਾ 8 ਜਾਂ 7.5 ਸਾਲ ਜਾਂ 8 ਜਾਂ 9 ਸਾਲ ਦਾ ਹੋਵਾਂ। ਜੀ ਜੀ। ਲਾਲਚੰਦ ਜਮਲਾ ਜੱਟ ਦਾ ਗੀਤ ਲੱਗਿਆ ਹੋਇਆ ਸੀ ਮੈਨੂੰ ਲੈ ਚੱਲ ਨਦੀਆਂ ਪਾਰ ਘੜੇ ਦੇਗੇ ਹੱਥ ਛੋੜ ਦੇ। ਜੀ। ਉਹ ਗੀਤ ਮੈਨੂੰ ਹੁਣ ਤੱਕ ਨਹੀਂ ਭੁੱਲਦਾ। ਅੱਛਾ। ਜਦੋਂ ਮੈਂ ਪਿੰਡ ਪਰਤਿਆ ਤੇ ਸਾਡੇ ਘਰ 'ਚ ਰੇਡੀਓ ਆਇਆ ਮੇਰੇ ਖਿਆਲ ਮੈਂ 10ਵੀਂ 'ਚ ਪੜਦਾ ਸੀ। ਜੀ ਜੀ। ਰੇਡੇ ਤੇ ਗੀਤ ਹੁੰਦਾ ਹੁੰਦਾ ਸੀ ਅਕਸਰ ਹੂੰ ਦੁੱਧ ਨੂੰ ਬਣਾਣੀ ਪੁੱਛਦੀ ਜੀ ਰਾਤੀ ਜਾਗ ਹੰਝੂਆਂ ਦਾ ਕਿਸਲਾਇਆ ਜੀ ਕਿਹਦਾ ਢੋਲ ਰੁਟੜਾ ਨਿਕਰ ਆਇਆ ਦੁੱਧ ਨੂੰ ਬਣਾਣੀ ਪੁੱਛਦੀ ਜੀ ਮੈਨੂੰ ਉਹਨਾਂ ਚ ਰੱਜ ਨਹੀਂ ਆਜਾ ਜਦੋਂ ਇਹਨੇ ਪਤਾ ਕਰ ਲਿਆ ਕਿ ਗੀਤ ਲਿਖਿਆ ਕਿਹਦਾ ਅੱਛਾ ਜਦੋਂ ਪਤਾ ਲੱਗਿਆ ਕਿ ਚਰਨ ਸਿੰਘ ਸਫਰੀ ਦਾ ਜੀ ਮੇਰੀ ਇਹ ਤਾਂ ਸ਼ੁਰੂ ਕੀ ਚਰਨ ਸਿੰਘ ਸਫਰੀ ਨੂੰ ਵੇਖਾਂ ਅੱਛਾ ਇਹ ਪਤਾ ਲੱਗਿਆ ਕਿ ਭਾਨ ਸਿੰਘ ਮਾਹੀ ਦਾ ਗਾਇਆ ਹੋਇਆ ਭਾਨ ਸਿੰਘ ਮਾਹੀ ਨੂੰ ਲੱਭਾਂ ਜੀ ਮੇਰੀ ਯਾਤਰਾ ਸ਼ੁਰੂ ਹੋ ਗਈ ਜੀ ਜੀ ਇਹ ਇਹ ਸਾਰੇ ਗੀਤ ਮੇਰੇ ਮੇਰੇ ਬਚਪਨ ਦੇ ਵਿੱਚ ਮੈਨੂੰ ਜੀ ਸੰਗੀਤ ਨਾਲ ਜੋੜਨ ਵਾਲੇ ਨੇ ਵਰਜੀਤ ਗੁਰਦਾਸਪੁਰੀ ਦੇ ਗੀਤ ਸੀ ਚਿੱਟੀ ਚਿੱਟੀ ਪਗੜੀ ਤੇ ਕੁੱਟ ਕੁੱਟ ਬੰਨ ਭਲਾਵੇ ਮੈਨੂੰ ਤੇਰੀ ਸਵਾਈ ਵਿੱਚ ਵੇ ਗੁਲਾਬੀ ਫੁੱਲ ਟੰਗਿਆਈ ਕਰ ਵਾਹ ਵਾਹ ਉਹ ਮੇਰੇ ਮੇਰੇ ਸਾਹਾਂ ਚ ਰਮਿਆ ਹੋਇਆ ਲੋਕ ਸੰਗੀਤ ਜੀ ਜੀ ਜਦੋਂ ਮੈਂ ਸਿਰਲੇ ਸ਼ੁਰੂ ਕੀਤੀ 70 71 ਦੇ ਵਿੱਚ ਤੇ ਮੈਨੂੰ ਜਿਵੇਂ ਜੀ ਕਰੇ ਕਿ ਮੈਂ ਗੀਤ ਲਿਖਾਂ ਜੀ ਜੀ ਗੀਤ ਵਿੱਚ ਲਿਖਣਾ ਨਾ ਆਵੇ ਉਹ ਕਾਮਯਾਬ ਕਿਤੇ ਮੈਂ ਜਾ ਕੇ ਹੋਇਆ ਜੀ 1900 777 ਦੇ ਵਿੱਚ ਅੱਛਾ ਫੇਰ ਇੱਚਾ ਹੁੰਦੀ ਕਿ ਇਹਨੂੰ ਗਾਵੇ ਕੋਈ ਹੂੰ 85 ਦੇ ਵਿੱਚ ਪਹਿਲੀ ਵਾਰ ਮੈਨੂੰ ਰਵੀਬਾਈ ਦਾ ਫੋਨ ਆਉਂਦਾ ਅੱਛਾ ਕਹਿੰਦੇ ਵੀਰ ਰਿਕਾਰਡਿੰਗਲੀ ਐਚਐਮਵੀ ਤੋਂ ਬੰਦੇ ਆਏ ਹੋਏ ਨੇ ਤੇ ਤੂੰ ਮੈਨੂੰ ਗੀਤ ਦੇ ਕੇ ਜਾ ਹੂੰ ਆ ਤੇਰੇ ਗੀਤ ਗਾਉਣਾ ਚਾਹੁੰਨੀ ਆ ਅੱਛਾ ਹੁਣ ਮੇਰੇ ਕੋਲ ਗੀਤ ਤਾਂ ਸੀ ਪਰ ਪਾਪੂਦੁਰ ਗੀਤ ਨਹੀਂ ਸੀ ਹੂੰ ਮੈਂ ਜੀ ਜੋੜ-ਜੋੜ ਕੇ ਉਹਨਾਂ ਨੂੰ ਤਿੰਨ ਚਾਰ ਗੀਤ ਦੇ ਦਿੱਤੇ ਸਾਰੇ ਰਿਕਾਰਡ ਕਰਾਤੇ ਉਹਨਾਂ ਨੇ ਅੱਛਾ ਇੱਕ ਕੈਸਟ ਆਇਆ ਸੀ ਉਹਨਾਂ ਦਾ ਜੁਗ ਜੁਗ ਜੀ ਪੱਬੂ ਐਚਐਮਬੀ ਦੇ ਵਿੱਚ ਵਿੱਚ ਮੇਰੇ ਚਾਰ ਗੀਤ ਨੇ ਅੱਛਾ ਜੀ ਫਿਰ 90 99 ਦੀ ਗੱਲ ਹੈ ਇੱਕ ਵਾਰ ਮੇਰੇ ਕੋਲ ਰਾਤ ਨੂੰ ਠਹਿਰੇ ਨਿਰਮਲ ਸਿੱਧੂ ਲਾਭ ਜੰਜੂਆ ਜਸਵੀਰ ਜੱਸੀ ਬਲਤੇਰ ਮਾਲਾ ਇਹ ਸਾਰੇ ਮੇਰੇ ਕੋਲ ਠਹਿਰੇ ਅੱਛਾ ਤੇ ਮੇਰੀਆਂ ਗੀਤਾਂ ਵਾਲੀ ਤਕਵਤਾ ਵਾਲੀ ਡਾਇਰੀ ਨੇ ਹੱਥ ਆ ਗਈ ਤੇ ਇਹਨਾਂ ਨੇ ਸਾਰੇ ਉੱਤੇ ਸਾਈਨ ਕਰਤੇ ਆ ਗੀਤ ਮੈਂ ਕਹਣਾ ਆ ਗੀਤ ਮੈਂ ਕਹਣਾ ਆ ਗੀਤ ਮੈਂ ਕਹਣਾ ਜੀ ਉਹਨਾਂ ਦੇ ਲਾਭ ਜਜੂਏ ਨੇ ਤੇ ਬਲਤੇਰ ਮਾਲਲੇ ਨੇ ਗਾਇਆ ਬਾਕੀ ਕਿਸੇ ਨੇ ਕੋਈ ਨਹੀਂ ਗਾਇਆ ਅੱਛਾ ਲਾਭ ਜਜੂਏ ਨੇ ਗੀਤ ਗਾਇਆ ਸੀ ਮੇਰਾ ਖੰਬ ਖਿਦਰੇ ਨੇ ਕਾਵਾਂ ਦੇ ਰੋਕ ਲੋ ਨਿਸ਼ਾਨੇ ਬਾਜ਼ੀਆਂ ਪੁੱਤ ਮੁਕ ਚੱਲੇ ਮਾਵਾਂ ਦੇ ਆਤਵਾ ਦਿਨ ਸੀ ਜੀ 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 ਬਲਤੇਰ ਮਾਲਲੇ ਨੇ ਗਾਇਆ ਸੀ ਹਟ ਹਾਕਵਾ ਤੇ ਤੂੰ ਵੀ ਡਾਲ ਸ਼ੇਰ ਬਲਿਆ ਹੂੰ ਉਹ ਚਿੱਟਾ ਕੱਪੜਾ ਬਾਜ਼ਾਰ ਵਿੱਚੋਂ ਮੁਕ ਚੱਲੇ ਵਾਹ ਉਹਦਾ ਕੋ ਗੀਤ ਸੀ ਕਿ ਵਗਦੀ ਨਦੀ ਦੇ ਠੰਡੇ ਨੀਰ ਹੂੰ ਰਾਜੋ ਕਿੱਧਰ ਗਏ ਹੂੰ ਪੈਣਾ ਦੇ ਸੋਹਣੇ ਸੋਹਣੇ ਵੀਰ ਰਾਜੋ ਕਿੱਧਰ ਗਏ ਜੀ ਜਿੱਥੇ ਸੀ ਠੰਡੀ ਮਿੱਠੀ ਪੌਣ ਹੂੰ ਲੂਆਂ ਦਾ ਸੇਕ ਪਵੇ ਜੀ ਸਖੜੀ ਚੰਗੇਰ ਤੇ ਪ੍ਰਾਤ ਮੂਦੇ ਮੂੰ ਪਏ ਨੇ ਤਵੇ ਹੂੰ ਓਏ ਤੁਰੀ ਫਿਰੇ ਅੱਗ ਦੀ ਲਕੀਰ ਜੀ ਰਾਜੋ ਕਿੱਧਰ ਗਏ ਕਿੱਧਰ ਜੀ ਪੈਣਾ ਦੇ ਸੋਹਣੇ ਸੋਹਣੇ ਵੀਰ ਹੂੰ ਫੇਰ ਉਸ ਤੋਂ ਬਾਅਦ ਚ ਮੈਨੂੰ ਵੱਖ-ਵੱਖ ਗਾਇਕਾਂ ਨਾਲ ਸੰਪਰਕ ਕਰਨਾ ਸ਼ੁਰੂ ਕਰਤਾ ਭਾਈ ਸਾਨੂੰ ਦਿਓ ਭਾਈ ਸਾਨੂੰ ਦਿਓ ਜੀ ਪਰ ਅਸਲ ਦੇ ਵਿੱਚ ਜਿਹੜਾ ਗੀਤ ਮੈਂ ਸਮਝਦਾ ਕਿ ਜਿਹੜਾ ਮੈਂ ਕਿਸੇ ਦੇ ਕੈਦੇ ਲਿਖਿਆ ਉਹ ਕੁਲਦੀਪ 파ਰਸ ਦੇ ਕੈਦੇ ਲਿਖਿਆ ਅੱਛਾ ਆ ਘਰ ਜਿੱਥੇ ਮੈਂ ਹੁਣ ਰਹਿ ਰਿਹਾ ਜੀ ਜੀ 88 ਸ਼ੁਰੂ ਕੀਤਾ ਤੇ ਉਹ 99 ਦੀ ਗੱਲ ਹੋਣੀ ਮੈਨੂੰ ਲੱਗਦਾ ਜੀ ਜੀ ਉਹ ਆ ਗਿਆ ਤੇ ਮੈਨੂੰ ਕਹਿੰਦਾ ਵੀ ਗਿਲਸਾ ਮੈਂ ਗਿਆ ਸੀ ਚਰਨਜੀਤ ਹੁਜਾ ਕੋਲ ਰਿਕਾਰਡਿੰਗ ਵਾਸਤੇ ਜੀ ਤੇ ਉਹ ਕਹਿੰਦੇ ਵੀ ਤੂੰ ਐ ਕਰ ਵੀ ਗਿਲ ਭਜ ਦਾ ਗੀਤ ਲੈ ਕੇ ਆ ਅੱਛਾ ਮੈਂ ਕਿਹਾ ਵੀ ਮੈਂ ਤਾਂ ਬਹੁਤ ਗੀਤ ਲਿਖਿਆ ਨਹੀਂ ਜੀ ਜੀ ਮੈਂ ਇਹ ਵੀ ਉਹਨੂੰ ਨਾ ਇੱਕ ਲੋਕ ਧਾਰਾ ਦੇ ਵਿੱਚੋਂ ਸਤਰ ਲੈ ਕੇ ਜੀ ਗਿੱਦੇ ਵਿੱਚ ਤੂੰ ਨੱਚਦੇ ਨੱਚੇ ਮਾਰ ਕੇ ਢੀ ਹੂੰ ਮੁੰਡੇ ਵੀ ਬੈਠੇ ਨੇ ਬੈਠੇ ਨੂੰ ਢੀ ਹੂੰ ਇਸ ਤਰ੍ਹਾਂ ਦਾ ਗੀਤ ਸੀ ਇੱਕ ਜੀ ਜੀ ਮੈਂ ਉਹਦੀ ਸਥਾਈ ਲਿਖ ਕੇ ਦੇਤੀ ਮੈਂ ਕਿ ਉਹਨੂੰ ਕੋਈ ਤਰਜ ਬਣਾ ਲਵੇ ਮੈਂ ਗੀਤ ਮੁਕੰਮਲ ਕਰ ਦੇਗਾ ਪੰਜ ਸੱਤ ਦਿਨਾਂ ਵਿੱਚ ਮੈਂ ਗੀਤ ਮੁਕੰਮਲ ਕਰਤਾ ਉਹਨੇ ਖੈਰ ਹੋਰ ਰਿਕਾਰਡ ਕਰਾਇਆ ਅੱਛਾ ਇਹਦੇ ਆਪਣੇ ਮੁੰਡੇ ਨੇ ਕੁਲਦੀ 파ਰਸ ਨੇ ਜੀ ਜੀ ਉਹਦੇ ਨਾਲ ਬੜਾ ਗੀਤ ਪਪੂਦੁਰ ਹੋਇਆ ਟੀਵੀ ਸ਼ੀਵ ਤੇ ਵੀ ਆਇਆ ਹੋਰ ਸਾਰਾ ਕੁਝ ਹੋਇਆ ਹੈ ਫਿਰ ਇੱਕ ਵਾਰ ਮੈਨੂੰ ਯਾਦ ਹੈ ਹੰਸਰਾ ਜੀ ਹੰਸੋਰੀ ਕਹਿਣ ਲੱਗੇ ਕਿ ਮੈਂ ਧਰਮ ਗੀਤਾਂ ਦਾ ਕੈਸਟ ਕਰਾਉਣਾ ਉਹ 99 ਦੀ 99 ਦੀ ਗੱਲ ਹੈ ਜੀ ਜੀ ਫਿਰ ਉਹਨਾਂ ਨੇ ਿੱਕੇ ਿੱਕੇ ਦੋ ਖਾਲਸੇ ਇੱਕ ਕੈਸਟ ਕੀਤਾ ਸੀ ਕਿਸੇ ਸੰਰੂਲਾ ਦੇ ਮਿਊਜ਼ਿਕ 'ਚ ਉਹ ਚ ਉਹਨਾਂ ਨੇ ਮੇਰਾ ਮੇਰੀ ਕਿਤਾਬ 'ਚੋਂ ਗੀਤ ਲੈ ਕੇ ਆਪੇ ਗਾਇਆ ਬੜਾ ਪਿਆਰਾ ਗੀਤ ਹੈ ਮੇਰਾ ਮੈਨੂੰ ਬੜਾ ਚੰਗਾ ਲੱਗਦਾ ਜੀ ਪਰ ਗਾਇਆ ਵੀ ਬੜੀ ਰੀਜਨ ਆ ਬੋਲ ਦੱਸੋ ਜੀ ਕੋਈ ਸੀ ਕਿ ਇਹ ਦੁਨੀਆ ਨਹੀਂ ਕਮਦਿਲਿਆਂ ਦੀ ਇਹ ਰਾਣਾ ਹੈ ਪੌਣ ਸਵਾਰਾਂ ਦਾ ਹਾਂ ਨੀਹਾਂ ਦੇ ਵਿੱਚ ਸਿਰ ਹੋਣ ਮੁੱਲ ਪੈ ਜਾਂਦਾ ਦੀਵਾਰਾਂ 'ਤੇ ਵਾਹ ਜੋ ਦੀਨ ਦੁਖੀ ਕੇ ਹੇਤ ਲੜੇ ਉਸ ਦੀ ਹੀ ਬੇੜੀ ਤੋੜ ਚੜੇ ਜੋ ਰੋਕ ਪਿਆ ਤੇ ਰਸ ਚਾਵਣ ਜੀ ਬਸ ਜਾਂਦੇ ਪਾਣੀ ਖੜੇ ਖੜੇ ਤਪਦੇ ਥਲ ਵਿੱਚ ਦੀ ਪੈਂਡਾ ਕਰਦੇ ਚਾਹਣਾ ਸਾਥ ਬਹਾਰਾਂ ਦਾ ਜੀ ਫਿਰ ਮੈਨੂੰ ਜਗੋਂ ਪੜਨ ਜੀ ਕਹਿਣ ਲੱਗੇ ਵੀ ਮੈਨੂੰ ਗੀਤ ਲਿਖ ਕੇ ਦੇ ਵੀਰ ਅੱਛਾ ਉਹ ਸ਼ਮਸ਼ੇਰ ਨੇ ਕੈਸਟ ਕਰਨੀ ਸੀ ਫਿਰ ਮੇਰਾ ਦੋਸਤ ਹੈ ਸ਼ਮਸ਼ੇਰ ਸੰਧੂ ਜੀ ਹਾਂ ਜੀ ਤੇ ਅਸੀਂ ਇਕੱਠੇ ਪੜਦੇ ਰਹੇ ਖਾਲਸਾ ਕਾਲੀ ਸਿੱਧੂ ਲੁਧਿਆਣਾ ਜੀ ਜੀ ਬੇਤੋ ਸੀਨੀਅਰ ਹੁੰਦਾ ਇੱਕ ਸਾਲ ਉਹ ਫਿਰ ਮੈਂ ਉਹਦੇ ਲਈ ਗੀਤ ਲਿਖਿਆ ਇੱਕ ਜੀ ਇਹ ਤਾਂ ਪਹਿਲਾਂ ਲਿਖਿਆ ਸੀ ਫਿਰ ਥੋੜਾ ਚੇਂਜ ਕਰਤਾ ਉਹਨੂੰ ਮੈਂ ਉਹ ਗੀਤ ਸੀ ਕਿ ਸੌਣ ਮਹੀਨਾ ਵਰੇ ਮੇਘਲਾ ਪੈਣ ਗਲਾਬੀ ਬਾਣਾ ਹੂੰ ਸਿੰਗਾਵੇ ਤੇਰੇ ਨਾਮ ਜਿਵੇਂ ਤੀਆਂ ਵੇਖਣ ਜਾਣਾ ਜੀ ਇੰਦਰੇਦਰੀਪੇ ਪੈਣ ਜੀ ਕਹਿਣ ਲੱਗੇ ਕਹਿੰਦੇ ਮੈਂ ਵੀ ਆਉਣਾ ਜੀ ਉਹਨਾਂ ਐਚੀ ਬੀਰ ਕਾਰਡ ਕਰਾਤਾ ਉਹੀ ਹੂੰ ਦੁਬਾਰਾ ਫੇਰ ਅੱਛਾ ਉਦੋਂ ਬਾਅਦ ਫਿਰ ਅ ਮੈਨੂੰ ਯਾਦ ਆ ਕਿ ਕੁਛ ਗੀਤ ਮੇਰੇ ਜੀ ਜਿਹੜੇ ਤੁਸੀਂ ਗੱਲ ਕੀਤੀ ਹੈ ਪੜਨ ਮਾਰਨੇ ਗੀਤ ਗਾਇਆ ਜੀ ਉਹ ਗੀਤ ਸੀ ਚੁੱਪ ਵਾਲੀ ਮਾਰਨਾ ਤੂੰ ਮਾਰਵੇ ਪਿਆਰਿਆ ਚੁੱਪ ਵਾਲੀ ਮਾਰਨਾ ਤੂੰ ਮਾਰ ਹੂੰ ਜ਼ਿੰਦਗੀ ਨੂੰ ਤੋੜ ਦੇਨੇ ਬਾਤ ਤੇ ਹੁਗਾਰਾ ਦੇਵੇ ਜੀ ਤੋੜਨਾ ਮੁਹੱਬਤਾਂ ਦੀ ਤਾਰਵੇ ਪਿਆਰਿਆ ਚੁੱਪ ਵਾਲੀ ਮਾਰਨਾ ਤੂੰ ਮਾਰ ਇੱਕ ਮੇਰਾ ਦੋਸਤ ਹੈ ਕੈਨੇਡਾ ਰਿੰਦਾ ਅੱਛਾ ਜੀ ਸ੍ਰੀ ਜੀ ਸੁਰਜੀਤ ਬਾਦੋਪੁਰੀ ਹੂੰ ਉਸਨੇ ਇੱਕ ਮੇਰਾ ਗੀਤ ਗਾਇਆ ਜਿਹੜਾ ਜਸਜੀ ਨੇ ਪਹਿਲਾਂ ਰਿਕਾਰਡ ਕਰਵਾਇਆ ਫਰੁਣ ਹੱਤਿਆ ਦੇ ਖਿਲਾਫ ਸੀ ਹੂੰ ਮਾਏ ਨਹੀਂ ਅੰਜਮੀ ਧੀ ਨੂੰ ਆਪਣੇ ਨਾਲੋਂ ਵਿਛੜੇ ਜੀ ਨੂੰ ਜਾਂਦੀ ਵਾਰੀ ਮਾਏ ਨਹੀਂ ਇੱਕ ਲੋਰੀ ਦੇ ਦੇ ਲੋਰੀ ਬਾਬਲ ਤੋਂ ਭਾਵੇਂ ਚੋਰੀ ਨਹੀਂ ਇੱਕ ਲੋਰੀ ਦੇ ਦਿੱਤੀ ਪਰ ਰਣਜੀਤ ਬਾਵੇ ਨੇ ਵੀ ਰਿਕਾਰਡ ਕਰਾਇਆ ਹੋਇਆ ਜੀ ਜੀ ਮੇਰੇ ਕੋਲ ਇੱਕ ਦਿਨ ਮੈਂ ਲਿਸਟ ਕਢ ਰਿਹਾ ਸੀ ਮੇਰੇ ਕੋਲ 25 ਦੇ ਕਰੀਬ ਆਰਟਿਸਟ ਉਹਨੂੰ ਇੱਕ ਇੱਕ ਲੋਰੀ ਨੂੰ ਗਾ ਸਮੇਤ ਗਾ ਚੁੱਕਿਆ ਵੱਡੀ ਗੱਲ ਇਹ ਹੈ ਕਿ ਮੈਂ ਮਤਲਬ ਆਪ ਹਿੰਮਤ ਕਰਕੇ ਨਹੀਂ ਮਨੋ ਮੈਂ ਇਸ ਬਾਬੇ ਬਹੁਤ ਲਾਇਕ ਜੀ ਜੀ ਬੰਦੇ ਕਈ ਗੱਲ ਕਰਨਗੇ ਵੀ ਤੇਰੇ ਗੀਤਾਂ 'ਚ ਤੇਰਾ ਨਾਂ ਨਹੀਂ ਆਉਂਦਾ ਹਾਂ ਜੱਸੀ ਨੇ ਗੀਤ ਹੋਰ ਗਾਇਆ ਮੇਰਾ ਬੜਾ ਕਮਾਲ ਦਾ ਅੱਛਾ ਉਹ ਵੀ ਕਿਤਾਬ ਚੋਂ ਕੱਢ ਕੇ ਗਾਇਆ ਉਹਨੇ ਉਹ ਬੜਾ ਪਿਆਰਾ ਗੀਤ ਹੈ ਮੇਰਾ ਜੀ ਸੁਣ ਪਰਦੇਸੀ ਤੋਂ ਲਾਗ ਵਾਗਾ ਮਤਨ ਨੂੰ ਮੋੜ ਹੂੰ ਉਹਦੀ ਨਿਸ਼ਾਨੀ ਵਾਗਾ ਆਪਣਾ ਸੁਣ ਪਰਦੇਸੀ ਢੋਲਾ ਵੇ ਵਾਗਾ ਵਤਨਾਂ ਨੂੰ ਮੋੜ ਸਾਨੂੰ ਖੁਸ਼ਬੂ ਜੀ ਬੀ ਬਾਵੇ ਸਾਨੂੰ ਖੁਸ਼ਬੂ ਦੀ ਰੋੜ ਜੀ ਯਾਦ ਕਰ ਵੇਲਾ ਹਮ ਕੀਤੇ ਕੌਲ ਗੱਲਾਂ ਮਿੱਠੀਆਂ ਹਮ ਦਿਨ ਵਿੱਚ ਲਿਖਦਾ ਸੀ ਚਾਰ ਚਾਰ ਚਿੱਠੀਆਂ ਜੀ ਤੇਰੇ ਨਾਲੋਂ ਕੱਚੀਆਂ ਮੁਹੱਬਤਾਂ ਨੇ ਡੇਠੀਆਂ ਹਮ ਪੈਰਾਂ ਸ਼ਾਲੇ ਚੁੱਪਦੇ ਨੇ ਮੇਰੇ ਪੈਰਾਂ ਵਿੱਚ ਰੋੜ ਹਮ ਸੁਣ ਪਰਦੇਸੀ ਢੋਲਾ ਵੇ ਵਾਗਾ ਵਤਨਾਂ ਨੂੰ ਮੋੜ ਜੀ ਜੀ ਹੋਰ ਮੁੰਡਿਆਂ ਨੇ ਵੀ ਬੜੇ ਗੀਤ ਗਾਏ ਨੇ ਐਵੇਂ ਕਹੀਏ ਮੈਂ ਇੱਕ ਦਿਨ ਗਿਣਤੀ ਕਰ ਰਿਹਾ ਸੀ ਮੇਰੇ 40-45 ਗੀਤ ਤਾਂ ਹੋਣਗੇ ਤੁਹਾਡੇ ਹੋਗੇ ਹੋਗੇ ਪਰ ਮੇਰੇ ਕਿਸੇ ਗੀਤ ਚ ਮੇਰਾ ਨਾਮ ਹੈ ਨਹੀਂ ਅੰ ਵਿੱਚ ਸਜ ਉਹ ਰਹਿ ਗਿਆ ਉਹਨੇ ਲੜ ਪੜੇ ਮੇਰਾ ਯਾਰ ਮੇਰਾ ਯਾਰ ਹੈ ਬਹੁਤ ਪਿਆਰਾ ਸੁਰਿੰਦਰ ਸ਼ੰਧਾ ਅੱਛਾ ਉਹਦੇ ਮੇਰੇ ਕਈ ਗੀਤ ਗਾਏ ਆ ਜੀ ਜੀ ਉਹਦੇ ਮੇਰੇ ਕੋ ੱੱੱਕੇ ਨਾਲ ਵੀ ਲਿਖਾ ਲਿੰਦਾ ਅੱਛਾ ਨਾਮ ਨੂੰ ਲੈ ਕੇ ਤਾਂ ਬੜਾ ਫਿਰ ਗੀਤਕਾਰਾਂ ਦਾ ਇੱਕ ਹੁੰਦਾ ਵੀ ਯਾਰ ਮੇਰੀ ਇਹੀ ਤਾਂ ਚੀਜ਼ ਹੈ ਨਾਮ ਆਉਣਾ ਚਾਹੀਦਾ ਤੁਹਾਨੂੰ ਨਹੀਂ ਕਿਤੇ ਲੱਗੇ ਮੈਨੂੰ ਕਦੇ ਲੱਗੇ ਹੀ ਨਹੀਂ ਯਾਰ ਅੱਛਾ ਜੀ ਮੈਂ ਉਦੋਂ ਹੀ ਬਠੇਰਾ ਬਤਨਾਮ ਆ ਸੱਚੀ ਗੱਲ ਤੇ ਆ ਕਿ ਮੈਨੂੰ ਮੈਨੂੰ ਸਭ ਕਈ ਵਾਰ ਲੱਗੇਗਾ ਕਿ ਮਤਲਬ ਯਾਰ ਜਿਹੜੇ ਗੀਤ ਦੇ ਵਿੱਚ ਨਾ ਆਇਆ ਨਾ ਐਵੇਂ ਐਵੇਂ ਮਤਲਬ ਪਤੰਗ ਕਮਜ਼ੋਰ ਹੁੰਦੀ ਹੈ ਪੁੰਜਾ ਵਿੱਚ ਵੱਡਾ ਪਿੱਛੇ ਹੁੰਦਾ ਹੈ ਹਾਂਜੀ ਉਹ ਮੈਨੂੰ ਇਹ ਲੱਗਦਾ ਨਾ ਵੀ ਇਹ ਗਲਤ ਹੈ ਕੰਮ ਇਹ ਜੀ 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 ਜੇ ਯਾਰ ਗੀਤ ਨਹੀਂ ਬੋਲਦਾ ਤੁਹਾਡਾ ਨਾਂ ਹਾਂ ਤੇ ਤੁਹਾਡੇ ਨਾਂ ਲਿਖਣ ਨਾਲ ਕੀ ਗੱਲ ਬਣ ਜੇਗੀ ਬਿਲਕੁਲ ਬਿਲਕੁਲ ਹਾਂ ਕੋਈ ਵੇੜਾ ਸੀ ਨੂਰਪਰੀ ਸਾਹਿਬ ਦਾ ਨਾਂ ਆਉਂਦਾ ਰਿਹਾ ਦੀਪਿਕ ਜਤੋਈ ਦਾ ਨਾਂ ਆਉਂਦਾ ਰਿਹਾ ਗੁਰਦੇਵ ਸਿੰਘ ਮਾਨਤਾ ਆਉਂਦਾ ਰਿਹਾ ਬਾਵਾ ਸਿੰਘ ਮਾਨਪਾਜੀ ਦਾ ਨਾਮ ਆਉਂਦਾ ਰਿਹਾ ਤੇ ਦੇਵ ਜੀ ਦਾ ਨਾਮ ਬਹੁਤ ਸਤਕਾਰਯੋਗ ਦੇਵਤਰੀ ਕਿਹੜੇ ਦਾ ਨਾਮ ਆਉਂਦਾ ਰਿਹਾ ਉਹ ਸਮਾਂ ਸੀ ਹਮ ਅੱਜ ਉਹ ਸਮਾਂ ਨਹੀਂ ਹੈ ਸ਼ਮਸ਼ੀਰ ਦਾ ਨਾਮ ਬਹੁਤ ਆਉਂਦਾ ਰਿਹਾ ਕੀਤਾ ਜੀ ਜੀ ਬਿਲਕੁਲ ਤੇਦਾਰ ਦਾ ਆਉਂਦਾ ਰਿਹਾ ਗੀਤ ਬਿਲਕੁਲ ਮੇਰਾ ਬਹੁਤ ਪਿਆਰਾ ਵੱਡਾ ਵੀਰ ਸੀ ਜੀ ਸੋ ਕੁੱਲ ਮਿਲਾ ਕੇ ਇਹ ਹੈ ਕਿ ਮਤਲਬ ਮੈਨੂੰ ਕਦੇ ਭੁੱਖ ਨਹੀਂ ਲੱਗੀ ਕਿ ਮਤਲਬ ਇਹ ਨਾ ਹੋ ਵੀ ਹੋਵੇ ਬੋਲੇ ਸਾਬਰ ਕੋਟੀ ਦੇ ਸੱਚ ਕੀ ਗਾਇਆ ਕਿ ਮੇਰਾ ਬੜਾ ਪਿਆਰਾ ਅੱਛਾ ਹਾਂ ਜੀ ਜੀ ਜੋਗੀਆਂ ਦੇ ਕੰਨਾਂ ਵਿੱਚ ਕੱਚਦੀਆਂ ਮੁੰਦਰਾ ਵਾਹ ਸਾਡੇ ਵੀ ਕੰਨਾਂ ਵਿੱਚ ਸੱਚਦੀਆਂ ਮੁੰ ਕਾਜ ਸੱਚੇ ਵੇਖੀ ਟਕਰਾ ਜਾਣਗੇ ਸੱਚ ਵਾਲੇ ਦੀ ਮੁਹਬਤਾਂ ਪੁਗਾ ਜਾਣਗੇ ਵਾਹ ਜੀ ਵਾਹ ਗਾਇਓ ਨੇ ਹਾਂ ਵਾਹ ਮੈਂ ਯਰ ਜੋਖੇ ਨੇ ਲੋਕ ਇਹ ਬਾਬਾ ਉਹ ਗਾਣਿਆਂ ਜਿਹਫੇ ਤੁਸੀਂ ਛੋਪੇ ਰਸਤਮੋਂਗੇ ਤੇ ਰਸਤਮ ਰਸਤਮ ਕਹਦੇ ਆ ਛੋਪੇ ਛੋਪੇ ਹੈ ਜੀ ਜੀ ਰਸਤਮ ਤਾਂ ਦਿਸ ਜਾਂਦੇ ਨੇ ਰਸਤਮ ਤਾਂ ਆਪਾ ਹੈ ਨਹੀਂ ਭਰਾਵਾ ਬਿਲਕੁਲ ਪਰ ਇਹ ਵੀ ਵਾਹ ਵਾਹ ਜੋਖੇ ਕੀ ਲਿਖਿਆ ਮੈਂ ਜੀ ਜੀ ਅੱਛਾ ਗਿੱਲ ਸਾਹਿਬ ਪ੍ਰੋਫੈਸਰ ਮੋਹਨ ਸਿੰਘ ਯਾਦਗਾਰੀ ਮੇਲਾ ਕਿਸੇ ਜਾਣ ਪਹਿਚਾਨ ਦਾ ਮੌਤਾਜ ਨਹੀਂ ਹੈ ਹਾਂ ਜਗਦੇਵ ਸਿੰਘ ਜਸਵਾਲ ਸਾਹਿਬ ਉਸ ਮੇਲੇ ਦਾ ਜਿਹੜਾ ਥੰਮ ਰਹੇ ਨੇ ਰੀੜ ਦੀ ਹੱਡੀ ਰਹੇ ਉਹ ਮੇਲਾ ਜਿਹੜਾ ਪੈਸੇ ਤੁਸੀਂ ਪਹਿਲਾਂ ਵੀ ਦੱਸ ਚੁੱਕੇ ਹੋ ਵੀ ਉਹ ਕਿਵੇਂ ਲੱਗਣਾ ਸ਼ੁਰੂ ਹੋਇਆ ਕਿਵੇਂ ਉਹਦਾ ਸੁਭਬ ਬਣਿਆ ਉਹ ਪੰਜਾਬ ਦਾ ਜਦੋਂ ਕਾਲੇ ਦੌਰ ਦਾ ਸਮਾਂ ਸੀਗਾ ਉਸ ਦੌਰ ਦੇ ਵਿੱਚ ਵੀ ਮੇਲਾ ਭਰ ਜੋਬਨਤੇ ਸੀਗਾ ਹਾਂ ਤੇ ਲੋਕਾਂ ਦਾ ਜਿਹੜਾ ਜਦੋਂ ਆਮ ਲੋਕਾਂ ਦੇ ਵਿੱਚ ਜਾਣੇ ਆ ਪਿੰਡਾਂ 'ਚ ਲੋਕਾਂ ਦੇ ਸੱਥਾਂ 'ਚ ਬੈ ਕੇ ਗੱਲ ਸੁਣੀਦੀ ਆ ਵੀ ਕੀ ਹੋ ਰਿਹਾ ਤਾਂ ਉਦੋਂ ਕਈ ਗਾਇਕ ਜਿਹੜੇ ਬੜੇ ਮਕਬੂਲ ਹੋਏ ਉਹ ਮੇਲੇ ਦੇ ਦਿਨਾਂ ਦੇ ਵਿੱਚ ਉਸ ਸਮੇਂ ਦੇ ਵਿੱਚ ਉਹ ਗਾਇਕਾਂ ਤੋਂ ਲੋਕ ਸੁਣਦੇ ਵੀ ਸੀ ਬੇਸ਼ੱਕ ਉਹ ਹੀ ਲੋਕ ਅਖਾੜਿਆਂ ਚ ਆ ਕੇ ਉਹ ਹੀ ਲੋਕ ਮੇਲੇ ਤੇ ਆ ਕੇ ਉਹਨਾਂ ਗਾਇਕਾਂ ਨੂੰ ਸੁਣਦੇ ਰਹੇ ਪਰ ਕਿਤੇ ਨਾ ਕਿਤੇ ਲੋਕਾਂ ਨੂੰ ਲੱਗਦਾ ਹੁੰਦਾ ਸੀ ਯਾਰ ਇਹ ਸਰਕਾਰ ਦੀ ਸਹਤੇ ਗਾ ਰਹੇ ਨੇ ਜਾਂ ਸਰਕਾਰ ਦੀ ਸਹਤੇ ਮੇਲੇ ਹੋ ਰਹੇ ਨੇ ਕਿਵੇਂ ਸੀ ਉਹ ਸਾਰਾ ਸੁਭ ਮੇਲੇ ਸਰਕਾਰ ਦਾ ਦੇ ਵਿੱਚ ਐਵੇਂ ਹੁਣ ਆਖਣੋ ਜ ਮਰਜੀ ਆਖੀ ਜਨ ਮਰਜੀ ਸਰਕਾਰ ਆਖੀ ਜਾਓ ਸਰਕਾਰ ਸਕੂਲ ਕੋਈ ਲੈਂਡ ਦੇਣੀ ਸੀ ਉਹਦੇ ਵਿੱਚ ਬਿਲਕੁਲ ਕਿਣਕਾ ਮਾਤਰ ਵੀ ਨਹੀਂ ਸੀ ਹੂੰ ਇਹ ਇਹ ਉਹ ਸੱਚ ਦੱਸਣ ਲੱਗਾ ਜਿਹੜਾ ਸੱਚ ਨਾ ਤੁਹਾਨੂੰ ਕਦੇ ਕਿਸੇ ਨੇ ਦੱਸਣਾ ਨਹੀਂ ਅੱਛਾ ਸਰਕਾਰ ਨੇ ਕਦੇ ਦਵਾਨੀ ਕਰਾਉਣ ਦੀ ਸੀ ਦਿੱਤੀ ਕਿਉਂਕਿ ਸੰਸਥਾ ਸਾਡੀ ਰਜਿਸਟਰਡ ਜ਼ਰੂਰ ਸੀ ਪਰ ਉਹ ਉਹ ਦੀ ਥਾਂ ਟਿਕਾਣਾ ਕੋਈ ਨਹੀਂ ਸੀ ਥਾਂ ਮ ਟਿਕਾਣੇ ਵਾਲੀ ਪੈਸੇ ਮਿਲਦੇ ਆ ਬਿਲਕੁਲ ਬਦਲ ਬਦਲ ਕੇ ਮੇਲਾ ਹੁੰਦਾ ਸੀ ਨਾ ਬਦਲ ਕੇ ਬਾਅਦ ਸ਼ੁਰੂ ਹੋਇਆ ਜੀ ਪਹਿਲਾਂ ਲੋਹੜੇ ਪੰਜਾਬੀ ਭਾਵੇਂ ਚ ਹੁੰਦਾ ਇੱਥੇ ਹੁੰਦਾ ਹਾਂ ਹਾਂ ਅੱਛਾ ਬਦਲਿਆ ਦਾ ਮਿਰਖਲਾ ਖੀਰਲੇ 12 15 ਮੇਲੇ ਨੇ ਜਿਹੜੇ ਵਾਕੁ ਥਾਵਾਂ ਤੇ ਲੱਗੇ ਨੇ ਬਾਕੀ ਸਾਰੇ ਮੇਲੇ ਲੋਹੜੇ ਚ ਲੱਗੇ ਨੇ ਠੀਕ ਹੈ ਜੀ ਪਹਿਲੀ ਗੱਲ ਤੇ ਇਹ ਆ ਜੀ ਦੂਸਰਾ ਜਦੋਂ ਸ਼ੁਰੂਆਤ ਹੋਈ ਏ ਤਾਂ ਉਸ ਵਕਤ ਗੋਨੀ ਰਾਜੀ ਜੀ ਗੋਨੀ ਰਾਜ ਦੇ ਵਿੱਚ ਕਿਸੇ ਨੂੰ ਸਰਪ੍ਰਸਤੀ ਦੇਣ ਦਾ ਜਾਂ ਲੈਣ ਦਾ ਉਹ ਤਾਂ ਲਾਲਚ ਨਹੀਂ ਹੁੰਦਾ ਕੋਈ ਨਾ ਕੋਈ ਡੰਡਾ ਆਪਣਾ ਹੁੰਦਾ ਡੰਡਾ ਹੀ ਵਰਤਣਾ ਹੁੰਦਾ ਬਿਲਕੁਲ ਬਿਲਕੁਲ ਅੱਛਾ ਬਾਕੀ ਗੱਲ ਇਹ ਹੈ ਵੀ ਜਦੋਂ ਪੰਜਾਬ ਦੇ ਵਿੱਚ ਵਰਧੀਆਂ ਗੋਲੀਆਂ ਸੀ ਜੇ ਸਰਕਾਰੀ ਤੰਤਰ ਦਾ ਸਰਪ੍ਰਸਤੀ ਹੁੰਦੀ ਹ ਤਾਂ ਗੋਲੀਆਂ ਵਾਲਿਆਂ ਨੂੰ ਤੁਹਾਡੇ ਖਿਆਲ ਚ ਗੁਰਪ੍ਰੀਤ ਸਿੰਘ ਗਿੱਲ ਮਾਰਨਾ ਔਖਾ ਸੀ ਕਿ ਜਗਦੇਵ ਸਿੰਘ ਜਸਵਲ ਮਾਰਨਾ ਔਖਾ ਸੀ ਕਿ ਪ੍ਰਕਾਸ਼ ਸਿੰਘ ਮਾਰਨਾ ਔਖਾ ਸੀ ਹੂੰ ਜੀ ਉਹ ਏਡੀ ਇਹਦੇ ਬਦਨਾਮ ਟਿੱਕੇ ਵਾਲੀ ਸੰਸਥਾ ਸੀ ਜਿਹੜੀ ਮੇਲਾ ਲਾਉਂਦੀ ਸੀ ਤੇ ਇਹ ਕਿਵੇਂ ਬਚਰੇ ਜੀ ਦੂਸਰੇ ਪਾਸੇ ਪੜਾ ਬੋਲ ਅਸੀਂ ਕਿਸੇ ਨੂੰ ਵੀ ਸਟੇਜ ਤੇ ਨਹੀਂ ਕਾਉਣ ਦਿੱਤਾ ਅੱਛਾ ਗੁੱਟੂ ਫੜ ਕੇ ਲਾ ਦਿੰਦੇ ਸੀ ਹੂੰ ਉਹ ਜ਼ਰਤ ਕਿੱਥੋਂ ਆ ਗਈ ਜੇ ਸਰਕਾਰੀ ਤੰਤਰ ਹੁੰਦਾ ਤਾਂ ਜੀ ਜੀ ਸਰਕਾਰੀ ਤੰਤਰ ਦਾ ਜਿਹੜਾ ਇੱਕ ਭਰਮ ਹੈ ਨਾ ਲੋਕਾਂ ਨੂੰ ਉਹਦੋਂ ਪਿਆ ਜਦੋਂ 92 ਦੇ ਵਿੱਚ ਸਭ ਜਨ ਸਿੰਘ ਸਰਕਾਰ ਬਣੀ ਹੂੰ ਇਸ ਸਾਲ ਵਿance ਸਰਕਾਰ ਨੇ ਮਹੌਨ ਸਿੰਘ ਮੇਲੇ ਦੇ ਮਾਡਲ ਨੂੰ ਅਡਾਪਟ ਕਰਕੇ ਪੰਜਾਬ ਦੇ ਪਿੰਡਾਂ ਦੇ ਵਿੱਚ ਆਪਣੇ ਗਾਇਕ ਭੇਜਣ ਸ਼ੁਰੂ ਕਰ ਦਿੱਤੇ। ਹੂੰ ਜਿੱਚ ਬਹੁਤ ਸਾਰੇ ਸ਼ੋਗਦਾਸ ਮਾਨ ਸਾਹਿਬ ਨੇ ਲਾਏ ਕੁਝ ਹੋਰ ਲੋਕਾਂ ਨੇ ਲਾਏ। ਜੀ 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 ਜਿਹਦੇ ਰਾਹੀਂ ਉਹਨਾਂ ਨੇ ਐਂਟਰੀ ਪੰਜਾਬ 'ਚ ਲਈ। ਹੂੰ ਇਸ ਕਰਕੇ ਪਰਵਜਾਲੋ ਸਟੇਸ਼ਨ ਤਾਂ ਫੈਲਿਆ ਜ਼ਰੂਰ ਇਹ ਤੇਰੀ ਗੱਲ ਸਹੀ ਹੈ ਲੋਕ ਪੁੱਛਦੇ ਨੇ ਸਾਨੂੰ ਵੀ ਸਵਾਲ ਕਰਦੇ ਆ। ਜੀ ਜੀ ਪਰ ਸਵਾਲ ਇਹ ਪੈਦਾ ਹੁੰਦਾ ਕਿ ਜੇ ਉਹ ਕਾਲੇ ਟਿੱਕੇ ਵਾਲਾ ਮੇਲਾ ਹੁੰਦਾ ਹੂੰ ਜੇ ਉਹ ਸਰਕਾਰ ਦੀ ਬੋਲੀ ਬੋਲਣਾ ਮੇਲਾ ਹੁੰਦਾ ਜੀ ਜੀ ਤਾਂ ਸ਼ਾਇਦ ਉਸ ਵਕਤ ਦੀਆਂ ਗੋਲੀਆਂ ਤੋਂ ਉਹਨੇ ਬਚ ਕੇ ਨਹੀਂ ਸੀ ਰਹਿਣਾ। ਹੂੰ। ਪਹਿਲੀ ਗੱਲ ਤੇ ਆ। ਜੀ ਜੀ ਜੀ। ਦੂਸਰਾ ਮੇਰੇ ਕੋਲ ਬਹੁਤ ਸਾਰੇ ਮਸਾਲੇ ਐਸੀਆਂ ਨੇ। ਹੂੰ। ਜਿਦੇ ਵਿੱਚ ਬਹੁਤ ਸਾਰੇ ਗਾਇਕ ਐਸੇ ਨੇ ਜਿਨ੍ਹਾਂ ਦਾ ਸਰਕਾਰੀ ਤੰਤਰ ਦੇ ਨਾਲ ਟਕਰਾਅ ਸੀ। ਅੱਛਾ। ਹੁਣ ਜੇ ਇਹੀ ਗੱਲ ਹੋਵੇ ਤਾਂ ਹੰਸਰਾ ਦੀ ਹੰਸ ਕਿਵੇਂ ਵੀ ਉਹਨਸ ਮੇਲੇ ਤੇ ਗਾਇਆ ਜਾਂਦਾ ਕਿ ਬੜੇ ਬੁਰੇ ਹਾਲਾਤਾਂ ਤੋਂ। ਪਤਾ ਪਤਾ। ਪਤਾ ਪਤਾ ਸਿੰਘਾ ਦਾ ਵੈਰੀ। ਜੀ ਜੀ। ਸਮਝ ਗਏ ਨਾ? ਬਿਲਕੁਲ। ਤੇ ਜੇ ਸਰਕਾਰ ਦੀ ਬੋਲੀ ਹੁੰਦੀ ਤੇ ਇਹ ਗੀਤ ਗਾਇਆ ਜਾ ਸਕਦਾ ਸੀ। ਹੂੰ। ਬੜੇ ਲੋਕ ਹੋਰ ਨੇ। ਜਿਨ੍ਹਾਂ ਨੇ ਉਹਨਾਂ ਵਕਤਾਂ ਦੇ ਵਿੱਚ ਉਸ ਕਿਸਮ ਦੇ ਗੀਤ ਗਾਏ ਜਿਹੜੇ ਸਿੱਧਮ ਸਿੱਧੇ ਤੇ ਭਾਵੇਂ ਉਸ ਵਕਤ ਦੇ ਬੰਦੂਕ ਧਾਰੀਆਂ ਦੇ ਹੱਕ 'ਚ ਨਹੀਂ ਸੀ ਜਾਂਦੇ ਪਰ ਬਹੁਤ ਸਾਰੇ ਗੀਤ ਐਸੇ ਨੇ ਜਿਹੜੇ ਲੋਕ ਪੱਖੀ ਸਨ ਜੀ ਉਹ ਤੋਂ ਗੁਰਚਰਨ ਸਿੰਘ ਦੇ ਡਰਾਮੇ ਵੀ ਹੋਏ ਮੋਹਨ ਦੇ ਮੇਲੇ ਸਟੇਜ ਤੇ ਅਜ ਮੇਰੇ ਸੰਗੋਲਕ ਦੇ ਨਾਟਕ ਵੀ ਸਟੇਜ ਤੇ ਹੋਏ ਜੀ ਜੀ ਤੇ ਇਹ ਤੇ ਇਹ ਤੇ ਸਰਕਾਰੀ ਤੰਤਰ ਦੇ ਡੰਡੇ ਨਹੀਂ ਸੀ ਨਾ ਕੇਵਲ ਥਾੜੀ ਹਲਦੇ ਹੋਏ ਅੱਛਾ ਮਤਲਬ ਕਈ ਵਾਰੀ ਹੁੰਦਾ ਕੀ ਹੈ ਕਿ ਅਸੀਂ ਨਾ ਕਿਸੇ ਚੀਜ਼ ਨੂੰ ਜਦੋਂ ਬੀਤ ਜਾਂਦਾ ਤੇ ਜਿਹੜਾ ਮਰਜ਼ੀ ਲਾਂਚਨ ਲਾ ਦਈਏ ਲੋਕ ਮੰਨਣ ਦੇ ਨੇੜੇ ਜਿਹੜੇ ਪਹੁੰਚ ਜਾਂਦੇ ਨੇ ਕਿ ਕੈਦੋ ਚਰ ਠੀਕ ਲਗੋਟੜਾ ਖੁੰਦੀ ਬਹੁਤੀ ਵਾਰੀ ਆ ਜੀ 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 ਮੇਰੇ ਮੁਤਾਬਕ ਤਾਂ ਘਟੋ ਘਟ ਮੈਨੂੰ ਤਾਂ ਲੱਭਿਆ ਕੋਈ ਨਹੀਂ ਹਾਂ ਆਉਂਦੇ ਜਰੂਰ ਰਹੇ ਨੇ ਗੁਰندر ਆਉਂਦੇ ਰਹੇ ਨੇ ਸ਼੍ਰੀਿੰਦਰ ਨਾਥ ਆਇਆ ਹਮ ਸਦਾਤ ਸਿੰਘ ਕੇ ਰੇ ਮੇਲੇ ਤੇ ਆਇਆ ਜੀ ਇਸ ਮੇਲੇ ਤੇ ਸਰ ਬਿਰਤ ਸਿੰਘ ਆਏ ਜੀ ਬਦੋਰ ਮੁੱਖ ਮੰਤਰੀ ਹਮ ਬਾਕੀ ਮੇਖ ਮੁੱਖ ਮੰਤਰੀ ਕੋਈ ਨਹੀਂ ਹੈ ਵਜ਼ੀਰ ਬਜ਼ੂਰ ਆਉਂਦੇ ਰਹੇ ਨੇ ਅੱਛਾ ਕਿਤੇ ਮੇਲੇ ਦੇ ਦੌਰਾਨ ਉਹਨਾਂ ਮੇਲਿਆਂ ਦੇ ਕਾਲੇ ਦੌਰ ਦੇ ਸਮੇਂ 'ਚ ਕਿਤੇ ਕੋਈ ਦਿੱਕਤ ਸਿੰਘਾਂ ਵੱਲੋਂ ਜਾਂ ਕੋਈ ਆਉਣਾ ਜਾਂ ਕਹਿਣਾ ਕੋਈ ਯਾਰ ਸਾਡੇ ਮੁੰਡੇ ਸੀ ਦਿੱਕਤ ਕਿਹਨੇ ਦੇਣੀ ਸੀ ਅੱਛਾ ਬਹੁਤੇ ਉਹ ਸੀ ਜਿਹੜੇ ਆਪਣੀਆਂ 147 ਦੇ ਉੱਤੇ 50 ਬਜਟ 'ਚ ਆ ਕੇ ਤੇ ਅ ਦਰਦਪੁਰੇ ਗੀਤ ਗਾਉਂਦੇ ਸੀ ਮੁੰਡੇ ਤਾਂ ਸਾਡੇ ਪਿੰਡਾਂ ਦੇ ਸੀ ਕੌਣ ਸੀ ਉਹ ਮੈਂ ਤੈਨੂੰ ਕਾਲਾ ਦੌਰ ਵੀ ਨਹੀਂ ਕਹਿੰਦਾ ਮੈਂ ਤਾਂ ਕਹਿੰਦਾ ਉਹ 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 ਨਾਬਰੀ ਦਾ ਦੌਰ ਸੀ ਨਾਬਰ ਨਾਬਰ ਕੌਣ ਹੁੰਦਾ ਹੂੰ ਜਿਹਦੀ ਸੋਚ ਧਾਰਾ ਜਿਹੜੀ ਹੈਗੀ ਏ ਉਹ ਉਹਨੂੰ ਪ੍ਰਿਕ ਕਰਦੀ ਏ ਕਿ ਇਹ ਸਾਡੇ ਨਾਲ ਕੁਝ ਟੱਕਾ ਹੋ ਰਿਹਾ ਹੂੰ ਉਹ ਨਾਪਰੀ ਦਾ ਦੌਰ ਸੀ ਜੀ ਕਾਲਾ ਦੌਰ ਤਾਂ ਲਫ਼ਜ਼ ਉਸ ਸਰਕਾਰੀ ਤੰਤਰ ਨੇ ਦਿੱਤਾ ਜਿਹੜੇ ਸਰਕਾਰੀ ਤੰਤਰ ਨੂੰ ਉਹ ਨਾਮ ਪੁੱਗਦਾ ਸੀ ਹੂੰ ਮੈਂ ਵੀ ਕਈ ਵਾਰ ਵਰਤਾਂ ਦਾ ਲਫ਼ਜ਼ ਉਸ ਨੂੰ ਪਰ ਬਸ ਜੋ ਸੋਚਦਾ ਉਹ ਤੋਂ ਮੈਨੂੰ ਇਹ ਲੱਗਦਾ ਕਿ ਨਹੀਂ ਜੀ ਉਹ ਯਾਰ ਕੋਈ ਕਿਸੇ ਪਿੰਡ ਦਾ ਕੋਈ ਫਲਾਣਾ ਮੁੰਡਾ ਈਵਨ ਪਰਸੋਂ ਮੈਂ ਜਗਰਾਉ ਗਿਆ ਜੀ ਤੇ ਇੱਕ ਮੁੰਡਾ ਨੌਜਵਾਨ ਮਿਲਿਆ ਮੈਨੂੰ ਕੀਤਾ ਜੀ ਮੈਂ ਤੁਹਾਡਾ ਵਿਦਿਆਰਥੀ ਰਿਆਂ ਮੈਂ ਕਿਹਾ ਬੇਟੇ ਕਿੱਥੇ ਕਿਨੇ ਜਗਰਾਉ ਅੱਛਾ ਜੀ ਤੁਹਾਨੂੰ ਯਾਦ ਆ ਜੀ ਮੇਰੇ ਮਗਰ ਪੁਲਿਸ ਪੈ ਗਈ ਸੀ ਕਰੀ ਅੱਛਾ ਤੇ ਫਿਰ ਮੈਂ ਇੱਕਦਮ ਚਲਾ ਗਿਆ ਸੀ ਯੂਰਪ ਚਲਾ ਗਿਆ ਸੀ ਤੇ ਮੇਰੇ ਚਾਚੇ ਕੇ ਤਾਇਆ ਦਾ ਮੁੰਡਾ ਪੁਲਿਸ ਨੇ ਮਾਰਤਾ ਸੀਗਾ ਅੱਛਾ ਤੇ ਜਿਉ ਇਥੇ ਰਹਿ ਜਾਂਦਾ ਉਹ ਨਹੀਂ ਮਾਰੇ ਜਾਣਾ ਸੀ ਬਿਲਕੁਲ ਤੇ ਮੇਰਾ ਬੜਾ ਆ ਗਿਆ ਕਾ ਸਟੂਡੈਂਟ ਸੀ ਉਹ ਜਗਰਾਉ ਦੇ ਵਿੱਚ ਰੈਗੂਲਰ ਪੰਜਾਬੀ ਵਧੀਆ ਤਰ੍ਹਾਂ ਪੜ੍ਹਨ ਵਾਲੇ ਮੁੰਡਿਆਂ ਚੋਂ ਸੀ ਹਮ ਹੈ ਕੌਣ ਸੀ ਇਹ ਮੁੰਡੇ ਮੁੰਡੇ ਸਾਡੇ ਯਾਰ ਕੋਈ ਨਾ ਕੋਈ ਲੱਗਦੀ ਸੀ ਸਾਡੇ ਉਹ ਜੀ ਜੀ ਮਾਰਨ ਵਾਲੇ ਵੀ ਸਾਡੇ ਲੱਗਦੇ ਸੀ ਮਰਨ ਵਾਲੇ ਵੀ ਸਾਡੇ ਲ ਇਸ ਕਰਕੇ ਉਹਨਾਂ ਨੂੰ ਕਿਤੇ ਵੀ ਕਦੇ ਵੀ ਕਿਸੇ ਕਿਸਮ ਦਾ ਵੀ ਈਵਨ ਇੱਕ ਚਿੱਠੀ ਵੀ ਨਹੀਂ ਅੱਛਾ ਵੀ ਜਸਵਰ ਸਾਹਿਬ ਨੇ 89 ਤੇ ਇਲੈਕਸ਼ਨ ਲੜੀ ਹੈ ਨਾ ਜੀ 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 ਸ਼੍ਰਮਣੀ ਕਾਲੀਦਾਸ ਜੀ ਟਿਕਟ ਤੇ ਲੁਧਿਆਣੇ ਚੋਂ ਪਾਰਲੀਮੈਂਟ ਚੋਂ ਲੜੀ ਹੈ ਉਦੋਂ ਵੀ ਨਹੀਂ ਕਿਸੇ ਨੇ ਧਮਕੀ ਦਿੱਤੀ ਅੱਛਾ ਕਿਸੇ ਕਮਰੌਲ ਨਹੀਂ ਦਿੱਤੀ ਹੂੰ ਪ੍ਰਬੰਧਕ ਨੂੰ ਨਹੀਂ ਦਿੱਤੀ ਜੀ ਤੇ ਮੈਂ ਕਿਦਾਂ ਕਹਦੇ ਆਂ ਵੀ ਉਹ ਸਰਕਾਰੀ ਸਰਪ੍ਰਸਤੀ ਜੇ ਹੁੰਦੀ ਜੀ ਸਰਦਾਰ ਜੀ ਉੱਥੇ ਤੇ ਮਤਲਬ ਨੇਰੀ ਆ ਜਾਂਦੀ ਔਰ ਜਿੱਥੇ ਗੈਦਰਿੰਗ ਵੀ ਬਣੀ ਵੀ 2000 ਤੋਂ ਲੈ ਕੇ 50000 ਤੱਕ ਹੁੰਦੀ ਰਹੀ ਹੈ ਉੱਥੇ ਦਹਿਸ਼ਤ ਖੜੀ ਕਰਨ ਦੀ ਔਕਾਤ ਸੀ ਬਿਲਕੁਲ ਜੀ ਜੀ ਮੇਰੇ ਮਤਲਬ ਹਕ ਤਾਂ ਕਦੇ ਕਿਸੇ ਨੇ ਕਿਸੇ ਕਿਸਮ ਦਾ ਥ੍ਰੈਟਨਿੰਗ ਗੱਲ ਨਾ ਕਦੇ ਨਹੀਂ ਕੀਤੀ ਜੀ ਜੀ ਅੱਛਾ ਪ੍ਰੋਫੈਸਰ ਮੋਨ ਸਿੰਘ ਮੇਲੇ ਤੇ ਕਿਸੇ ਗਾਇਕ ਦਾ ਉਸ ਵਕਤ ਆਉਣਾ ਸਟੇਜ ਤੋਂ ਗਾਉਣਾ ਆਪਣੇ ਆਪ ਦੇ ਵਿੱਚ ਇੱਕ ਵੱਡੀ ਮੈਂ ਸਮਝਦਾ ਵੀ ਮਾਨ ਵਾਲੀ ਗੱਲ ਬੜਪਾਗੀ ਗੱਲ ਸਮਝ ਹੀ ਜਾਂਦੀ ਹੁੰਦੀ ਸੀਗੀ ਹੂੰ ਕਿਵੇਂ ਸੀਗਾ ਕਿਤੇ ਕੋਈ ਹੋਇਆ ਸੀਗਾ ਵੀ ਗਾਇਕ ਨੂੰ ਸੱਦਣਾ ਪਿਆ ਹੋਵੇ ਭਾਈ ਤੂੰ ਆ ਸਾਡਾ ਮੇਲਾ ਬਣ ਜੂਗਾ ਤੈਨੂੰ ਨਹੀਂ 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 ਉਹ ਤਾਂ ਉਹ ਤਾਂ ਤਾਂ ਨਹੀਂ ਸੀ ਨਾ ਰੋਲ ਪੈਂਦੀ ਸੁਣ ਮੇਰੀ ਗੱਲ 78 'ਚ ਮੇਲਾ ਸ਼ੁਰੂ ਹੋਇਆ ਜੀ ਪਹਿਲਾ ਮੇਲਾ ਗੁਰਦੇਵਨਗਰ ਦੇ ਵਿੱਚ ਮੇਲਾ ਨਹੀਂ ਸੀ ਉਹ ਮੀਟਿੰਗ ਹੀ ਸੀ ਜੀ ਜੀ ਗੁਰਦੇਵਨਗਰ ਜਸਵੰਤ ਸਾਹਿਬ ਦੀ ਕੋਠੀ ਦੇ ਨਾਲ ਉਹਨਾਂ ਦੇ ਭਰਾ ਦੀ ਕੋਠੀ ਸੀ ਵੱਡਾ ਸਾਰਾ ਲਾਨ ਸੀ ਉਹਦੇ 'ਚ 2.5-300 ਦੀ ਗੈਦਰਿੰਗ ਸੀ ਅੱਛਾ ਪਹਿਲਾ 78 'ਚ ਹੋਇਆ ਜੀ ਉਹਨਾਂ ਨੇ 79 ਦੇ ਵਿੱਚ ਉਹਨਾਂ ਦੇ ਘਰ ਦੇ ਸਾਹਮਣੇ ਗੁਰਦੇਵ ਸਿੰਘ ਪਲਾਟ ਦੇ ਸਾਹਮਣੇ ਜਿੱਥੇ ਉਹਨਾਂ ਦੋ ਕੋਠੀਆਂ ਬਣੀਆਂ ਹੋਈਆਂ ਉਹ ਲਗਭਗ 2000 ਗਾਜ ਦਾ ਰਕਬਾ ਸੀ ਜੀ ਉਹਦੇ ਵਿੱਚ ਤੰਬੂ ਲਾ ਕੇ ਉਹਦੇ ਵਿੱਚ 1500 ਬੰਦਾ ਉਹਦੇ ਸੀ ਜੀ ਸਮਝ ਗਏ ਹੂੰ ਫੇਰ ਸੋਚਿਆ ਕਿ ਇਹਨੂੰ ਖੁੱਲ ਖੁੱਲੀ ਥਾਂ ਦੇ ਲੈ ਜੀ ਖੁੱਲੀ ਥਾਂ ਸਰਕਲ ਪੰਜਾਬੀ ਭਵਨ ਸੀ ਹੂੰ ਔਰ ਜਿਹੜੀ ਮੋਹਨ ਸਿੰਘ ਫਾਊਂਡੇਸ਼ਨ ਦੀ ਉਹ ਜਨਰਲ ਸੈਕਟਰੀ ਡਾਕ ਪ੍ਰੇਮਿੰਦਰ ਸਿੰਘ ਜੀ ਅਕੈਡਮੀ ਜਨਰਲ ਸੈਕਟਰੀ ਉਹ ਹੀ ਸੀ ਜੀ ਜੀ ਸੋ ਉਹ ਮੈਨੂੰ ਉੱਥੇ ਸ਼ਿਫਟ ਹੋ ਗਿਆ ਹੂੰ ਹੁਣ ਜਿਹੜੇ ਮੇਲੇ ਦੇ ਪ੍ਰਬੰਧਕਾਂ ਦੇ ਵਿੱਚ ਲਾਲਚੰਦ ਜੱਬਲਾ ਜੱਟ ਹੋਵੇ ਜੀ ਨਰਿੰਦਰ ਬੀਬਾ ਹੋਵੇ ਹਮ ਅ ਦیدار ਸੰਧੂ ਹੋਵੇ ਮਮਦ ਸਦੀਕ ਸੁਰਨਲਤਾ ਹੋਵੇ ਰਣਜੀਤ ਕੌਰ ਹੋਵੇ ਹਮ ਉਹਨੂੰ ਬਾਰੋਂ ਬਾਰੋਂ ਪਾੜੇ ਦੇ ਗੋਈਏ ਦੀਉਣ ਦੀ ਕੀ ਲੋੜ ਹੈ ਜੀ 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 ਸਮਝ ਗਿਆ ਬਿਲਕੁਲ ਅੱਛਾ ਜੀ ਇਹ ਆ ਗਏ ਤੇ ਇਹਨਾਂ ਨੇ 85 86 ਤੱਕ ਇਹਨਾਂ ਨੇ ਬਹੁਤ ਰੌਣਕਾਂ ਲਾਈਆਂ ਢਟ ਕੇ ਲਾਈਆਂ ਹਮ ਫਿਰ ਸੋਚਿਆ ਅਸੀਂ ਜਦੋਂ ਸੋਚਣ ਲੱਗੇ ਨਵੇਂ ਮੁੰਡੇ ਲੱਭੀਏ ਆਪਾਂ ਨਵੇਂ ਨਵੇਂ ਟੈਲੈਂਟ ਹੋਣ ਲੱਭੀਏ ਅੱਛਾ ਉਹ ਮੈਂ ਸੁਧਾਰ ਇੱਕ ਵਾਰੀ ਸੁਣਿਆ ਸੀ ਇਹਨੂੰ ਦਿਲਸ਼ਾਦ ਅਕਤਰ ਨੂੰ ਅੱਛਾ ਕੀ ਰੇਖਸ਼ਕੀਨ ਦਾ ਜਿਹੜਾ ਬੇਟਾ ਸੀ ਪਰ ਗਏ ਵਿਚਾਰਾ ਬੜਾ ਕਮਾਲ ਦਾ ਬੁਲੰਦਾ ਆਰਟਿਸਟ ਸੀ ਜੀ ਜੀ ਮੈਂ ਸਰਨਾਮਾ ਲੱਭ ਕੇ ਤੇ ਖਾ ਚਿੱਠੀ ਲਿਖ ਦਿੱਤੀ ਅਚਲ ਸ਼ਾਹ ਅਕਟਰ ਨੂੰ ਜੀ ਕਿ ਇਨੀ ਦੀ ਕੋ ਮੇਲਾ ਜੇ ਤੁਹਾਰ ਸਕੇ ਚੰਗਾ ਲੱਗੇਗਾ ਜੀ ਜੀ ਇਸ ਤਰ੍ਹਾਂ ਭਮਰਾ ਸਾਹਿਬ ਉਸਤਾਦ ਜਸਵੰਤ ਭਮਰਾ ਜੀ ਪਰਮਾਤਮਾ ਨੂੰ ਜਨਨ ਨਸੀਬ ਕਰੇ ਬਿਲਕੁਲ ਉਹਨਾਂ ਦੇ ਬਿੱਤਰ ਪਿਆਰਿਆਂ ਦੇ ਵਿੱਚੋਂ ਛਾਗਿਰਦਾਂ ਵਿੱਚੋਂ ਜਿਹੜੇ ਲੋਕ ਸੀ ਚੰਗਾ ਉਹਨਾਂ ਵਕਤਾਂ ਗਾ ਰਹੇ ਸੀ ਉਹਨਾਂ ਚ ਹਾਂਸਰਾਂ ਸਿੰਘ ਸਾਹਿਬ ਦਾ ਬੜਾ ਵੱਡਾ ਨਾਮ ਸੀ ਪੂਰਨ ਸ਼ਾਹ ਕੁੱਟੀ ਸਾਹਿਬ ਦੇ ਛਾਗਿਰਦ ਜਿਹੜੇ ਜੀ ਜੀ ਉਹਨਾਂ ਨੂੰ ਉਹ ਲੈ ਕੇ ਆ ਗਏ 88 ਚ ਅੱਛਾ ਐਸੀ ਤਰ੍ਹਾਂ ਨਾਲ ਹੀ ਅਸੀਂ ਸਰਦੂਲ ਸਿਕੰਦਰ ਨੂੰ ਹੂੰ ਅ ਤੁਹਾਡਾ ਰੱਬ ਪਲਾ ਕਰੇ ਇਹਨੂੰ ਆਪਣੇ ਨੂੰ ਨਵੇਂ ਬੁੜੇ ਜੋ ਅ ਨਿਰਮਲ ਨਿਰਮਲ ਸਿੱਧੂ ਇਹਨਾਂ ਨਾਲ ਬਹੁਤ ਬਾਤ ਚ ਆਉਂਦਾ ਹੈ ਜੀ 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 ਇਹ ਸਾਰੇ ਲੋਕ 90 91 ਤੱਕ ਅਸੀਂ ਇਹਨਾਂ ਨੂੰ ਸਾਲ-ਸਾਲ ਇੱਕ-ਇੱਕ ਸਾਲ ਦੇ ਫਰਕ ਤੇ ਇੰਟਰੋਡਿਊਸ ਕਰਵਾਈ ਗਏ ਜੀ ਜੀ ਔਰ ਜਦੋਂ ਮੈਨੂੰ ਯਾਦ ਆਉਂਦਾ 91 ਸੀ 92 ਸੀ ਮੇਰੇ ਤੇ 92 ਸੀ ਐਂਡ 91 ਸੀ 99 ਸੀ ਜਦ ਸੌ ਸੌ ਗਏ ਉੱਥੇ ਕੈਨੇਡਾ ਤੇ ਉੱਥੇ ਇਹਨਾਂ ਨੂੰ ਬਾਪੂ ਕਰਨੈਲ ਸਿੰਘ ਪਾਰਸ ਨੇ ਮਿਲਾਤਾ ਹਰਪਜਨ ਨਾਲ ਅੱਛਾ 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 ਤੇ ਕਹਿੰਦੇ ਕਾਕਾ ਤੇਰੀ ਆਵਾਜ਼ ਹੈ ਜੀ ਐੱਛੇ ਤੂੰ ਪੰਜਾਬ ਚ ਕਿਉਂ ਨਹੀਂ ਜਾਂਦਾ ਹੂੰ ਕਹਿੰਦਾ ਜੀ ਪੰਜਾਬ ਚ ਮੈਂ ਟਰਾਈ ਕਰਾਂਗਾ ਤਾਂ ਮੈਂ ਰੋਟੀ ਕਿਦੋਂ ਖਾਵਾਂਗਾ ਅੱਛਾ ਕਿ ਤੂੰ ਆ ਪੰਜਾਬ ਚ ਯਾਰ ਤੂੰ ਤੇਰੀ ਬੁਲੰਦ ਆਵਾਜ਼ ਹੈ ਤੂੰ ਪੰਜਾਬ ਜੋ ਪ੍ਰਮਾਨ ਹੋਏਗਾ ਇਹ ਹਰਪਜਨ ਮਾਨ ਦੀ ਗੱਲ ਹਰਪਜਨ ਦੀ ਹੈ ਜੀ ਜੀ ਫਿਰ ਇਹਨੂੰ ਬੁਲਾਇਆ ਤੇ ਫਿਰ ਮੈਨੂੰ ਯਾਦ ਹੈ ਜਸਵਰ ਸਾਹਿਬ ਦੇ 6-7 ਤਿੰਨ ਚਾਰ ਇਕੱਠੀਆਂ ਸੀ ਜੁੜਦੀਆਂ ਤੇ ਉੱਥੇ ਵਾਹ ਵਸਪੀਅਸ ਸੀ ਅੱਛਾ ਤੇ ਗਰਮੀਆਂ ਦੇ ਵਿੱਚ ਮੈਂ ਹੀ ਉਹਨੂੰ ਕੰਡਕਟ ਕੀਤਾ ਜੀ ਬੀਬਾ ਜੀ ਬੈਠੇ ਸੀ ਹੋਰ ਆਰਟਿਸਟਿਕ ਦੀਦਾਰ ਸੀ ਹੋਰ ਸਾਰੇ ਸੀ 35-40 ਜੀ ਹੋਵਾਂਗੇ ਅਸੀਂ ਜੀ ਸੁਣਿਆ ਬੁ ਕਹਿੰਦਾ ਇਹਨੂੰ ਅਸੀਂ ਅੱਛਾ ਅੱਛਾ ਉਦੋਂ ਇਹਨੇ ਗੀਤ ਸਾਨੂੰ ਸੁਣਾਇਆ ਚਿੱਠੀਆਂ ਨਿਚੇ ਠੀਏ ਅੰਜਵਾਰਾ ਲਿਖੀ ਜੀ ਇਹ ਗੀਤ ਇਹਨੇ ਉਹਦਾ ਦਵਿੰਦਰ ਖੰਡੇੜ ਦਾਗਾ ਉਦੋਂ ਬਾਅਦ ਜਦੋਂ ਰਿਕਾਰਡ ਹੋ ਕੇ ਟੀਵੀ ਤੇ ਆ ਗਿਆ ਗੀਤਾਂ ਉਹ ਬਿਲਕੁਲ ਸੇਮ ਦਿਨ ਸੀ ਜਿਸ ਦਿਨ ਮੋਹਨਸੇ ਮੇਲਾ ਵੀ ਸੀ ਹਮ ਤੇ ਉਹਦਾ ਉਸ ਰਾਤ ਨੂੰ ਗੀਤ ਵੀ ਆਉਣਾ ਸੀ ਟੀਵੀ ਤੇ ਹਰਜੀਤ ਉਹਨਾਂ ਰਿਕਾਰਡ ਕੀ ਜੀ ਜੀ ਉਹ ਜਦੋਂ ਬ੍ਰਾਡਕਾਸਟ ਹੋ ਗਿਆ ਟੈਲੀਕਾਸਟ ਹੋ ਗਿਆ ਅੱਛਾ ਉਦੋਂ ਉਹਨੇ ਮੋਹਨਸੇ ਮੇਲੇ ਦੇ ਘਾਤਾ ਜੀ ਐਗਜ਼ੈਕਟ ਅਗਲੇ ਦਿਨ ਹਮ ਇਹ ਪੰਜਾਬ ਦਾ ਬਿਗ ਸਟਾਰ ਸੀ ਅੱਛਾ ਵੱਡਾ ਸਟਾਰ ਸੀ ਜੀ 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 ਕੁਝ ਉਦੋਂ ਮਨ ਸੰਚਾਲਕ ਵੀ ਬੜੇ ਬੜੇ ਚੰਗੇ ਲੋਕ ਸੀ ਜਿਵੇਂ आशा शर्मा जी, जी, जी। थी निर्मल जौड़ा थी बिल्कुल सुरगवासी ਸਾਡਾ ਬੱਚਾ ਹਰਵਿੰਦਰ ਯਾੜ ਸੀ ਜੀ 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 ਉਹਨਾਂ ਸਾਰਿਆਂ ਨੇ ਨਵਾਂ ਟੈਲੀਅਨ ਸਾਨੂੰ ਲੱਭ ਕੇ ਦੇਣ ਚ ਬੜੀ ਮਦਦ ਕੀਤੀ ਮਦਦ ਕੀਤੀ ਇਸ ਤੋਂ ਅਗਲੇ ਸਾਲ ਫਿਰ ਸਾਡੇ ਕੋਲੇ ਪਰਮੁਣ ਬਾਰਤ ਆਉਂਦਾ ਜੀ ਉਸ ਤੋਂ ਅਗਲੇ ਸਾਲ ਸਰਵੀ ਚੀਮਾ ਆਉਂਦਾ ਜੀ ਔਰ ਉਹਨਾਂ ਦੇ ਵਿੱਚ ਉਹਨਾਂ ਦੋਨਾਂ ਭੇਜਣ ਦੇ ਵਿੱਚ ਮਨਿੰਦਰ ਗਿੱਲ ਦਾ ਬੜਾ ਵੱਡਾ ਰੋਲ ਸੀ ਅੱਛਾ ਜੀ ਉਹਨੇ ਦਿਨ ਹੀ ਪਰਮਜੀਤ ਪੰਮੀ ਜਿਹੜਾ ਸਾਡਾ ਦੋਸਤ ਹੈ ਪੰਮੀ ਭਾਈ ਜੀ ਜੀ ਇਹ ਕੋਆਰਡੀਨੇਟ ਕਰਦਾ ਹੁੰਦਾ ਸੀ ਉਹਨਾਂ ਵਾਸਤੇ ਜੀ ਆ ਇਹ ਲ ਬਿੰਦਰ ਗੇਲ ਦਾ ਜਿਹੜਾ ਟਰੂਪ ਸੀ ਨਾ ਉਹਦੇ ਵਾਸਤੇ ਜੀ ਜੀ ਇਹ ਫਿਰ ਨਵਾਂ ਟੈਲੈਂਟ ਸਾਰਾ ਉਦੋਂ ਆਉਂਦਾ ਰਿਹਾ ਫਿਰ ਕਿੰਨੇ ਬੱਚੇ ਉਹ ਨੇ ਜਿਹੜੇ ਮਤਲਬ ਹਕੁਲਦੀਪ 파ਰਸ ਸਾਡੇ ਜਸਵੰਤ ਸਾਹਿਬ ਦੇ ਘਰ ਚ ਹੀ ਰਹਿੰਦਾ ਸੀ ਅੱਛਾ ਉਹ ਬੜਾ ਚਿਰ ਕੌਂਦਾ ਰਿਹਾ ਤੇ ਜਦੋਂ ਕਿ ਕ੍ਰਾਈਸਿਸ ਦੀ ਘੜੀ ਹੋਣੀ ਤਾਂ ਉਹ ਮਤਲਬ ਸਾਡਾ ਪੱਕਾ ਆਰਟਿਸਟ ਸੀ ਹਮ ਪਰਮਿੰਦਰ ਗੌਣ ਛੱਡ ਚੁੱਕੀ ਸੀ ਜੀ ਜੀ ਜਦੋਂ ਜਸਵੰਤ ਸਿੰਘ ਦਾ ਗਰੁੱਪ ਟੁੱਟਿਆ ਜੀ ਉਹਨੂੰ ਘਰੋਂ ਬੁਲਾ ਕੇ ਜਸਵੰਤ ਸਾਹਿਬ ਲੈ ਕੇ ਆਏ ਹਮ ਸੋ ਬੜੇ ਆਰਟਿਸਟ ਐ ਸੀ ਨੇ ਕੁਝ ਛੋਟੇ ਅਸਾਂ ਆਰਟਿਸਟ ਸੀ ਕਿ ਜਿਨ੍ਹਾਂ ਦੇ ਨਾਮ ਬਹੁਤੇ ਨਹੀਂ ਸੀ ਪਰ ਵੱਡੀ ਧਿਰ ਸੀ ਸਾਡੀ ਆਉਂਦੇ ਰਹੇ ਨੇ ਨਹੀਂ ਆਉਂਦੇ ਨਹੀਂ ਰਹੇ ਉਹ ਸਾਡੇ ਪ੍ਰਬੰਧਕਾਂ ਦੇ ਰੂਪ ਦੇ ਵਿੱਚ ਇੱਥੇ ਵਿਚਰਦੇ ਰਹੇ ਜੀ ਜੀ ਉਹ ਸਾਡੇ ਨਾਲ ਸਾਥ ਸੇ ショਅ ਕਰਦੇ ਰਹੇ ਹੂੰ 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 ਮੇਰਾ ਨਹੀਂ ਖਿਆਲ ਕਿ ਮੋਹਨ ਸਿੰਘ ਮੇਲੇ ਤੇ ਕਦੇ ਵੀ ਕਿਸੇ ਨੂੰ 1 ਰੁਪਿਆ ਦੇ ਕੇ ਵੀ ਕਦੇ ਸਾਈਟ ਲਿਆਂਦਾ ਗਿਆ ਹੋਵੇ ਅੱਛਾ ਕਿਸੇ ਨੂੰ ਵੀ ਜੀ ਜੇ ਕੋਈ ਬੰਦਾ ਕਹਿੰਦਾ ਝੂਠ ਬੋਲਦਾ ਹੂੰ ਸਿਰਫ 1 ਸਾਲ ਨਾਰਥਨ ਕਲਚਰ ਸੈਂਟਰ ਦੇ ਪਟਿਆਲਾ ਦੀ ਇੱਕ ਪਾਰਟਿਸਪੇਸ਼ਨ ਕਰਵਾਈ ਸੀ ਅਸੀਂ ਜੀ ਜੀ ਉਦੋਂ ਜ਼ਰੂਰ ਗੁਰਦਆਸ ਮਾਨ ਨੂੰ ਇਹਨਾਂ ਨੇ ਫਾਇਰ ਕੀਤਾ ਸੀ ਅੱਛਾ ਆਦਰਵਾਇਜ਼ ਕਦੇ ਕਿਸੇ ਆਰਟਿਸਟ ਨੂੰ ਪੈਸੇ ਦੇ ਨਹੀਂ ਸਕਦਾ ਹੈਗਾ ਇਹ ਵਸਤ ਸਰਕਾਰਪੈਂਟ ਜਿਹਾਉਂਦੇ ਰਿਹਾ ਹੂੰ ਜੀ 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 ਜਗਵਾਨ ਕੋਰ ਨੇ ਬੜੀਆਂ ਲਹਿਰਾਂ ਪੈਰਾਂ ਲਾਈਆਂ ਹੂੰ ਪਰ ਪੈਸੇ ਲੈ ਕੇ ਕੋਈ ਨਹੀਂ ਆਇਆ ਜੀ ਗੱਲ ਸਾਬ ਤੁਹਾਡੀ ਇੱਕ ਹੋਰ ਬੜੀ ਖੂਬਸੂਰਤੀ ਹੈ ਤੁਸੀਂ ਗੱਲ ਕਹਿ ਦਿੰਦੇ ਹੋ ਜਿਵੇਂ ਤੁਸੀਂ ਇੱਕ ਸਮਾਂ ਸੀ ਜਦੋਂ ਦਿਲਜੀਤ ਦਸਾਂਝ ਨੂੰ ਕਿਹਾ ਸੀ ਕਿ ਤੂੰ ਆਪਣਾ ਨਾਮ ਬਦਲ ਲੈ ਮੈਂ ਉਹਨੂੰ ਨਹੀਂ ਕਿਹਾ ਉਹਨੂੰ ਇਹ ਗਲਤ ਹੈ ਮੇਰਾ ਸਵਾਲ ਪੂਰਾ ਹੋ ਲੈ ਲੈਂਦੇ ਹੋ ਤੁਸੀਂ ਕਿਹਾ ਸੀ ਕਿ ਨਾਮ ਬਦਲ ਲੈ ਫਿਰ ਤੁਸੀਂ ਨਿੰਦਰ ਕੁਗਿਆਣਵੀ ਨੂੰ ਵੀ ਇਹ ਗੱਲ ਕਹੀ ਸੀ ਤੇ ਉਸ ਤੋਂ ਬਾਅਦ ਤੁਸੀਂ ਇੱਕ ਵਾਰ ਫੋਨ ਤੇ ਮੈਨੂੰ ਵੀ ਕਿਹਾ ਸੀ ਵੀ ਬਿੱਟੂ ਚੱਕ ਵਾਲਾ ਤੇ ਆਪਣਾ ਨਾਂ ਥੋੜਾ ਜਿਆਦਾ ਬਦਲਾ ਇਹ ਕਿਉਂ ਸੋਚਦੇ ਹੁੰਦੇ ਹੋ ਉਹ ਮੈਨੂੰ ਆਦਤ ਆ ਯਾਰ ਮੈਨੂੰ ਇੰਜ ਲੱਗਦਾ ਹੁੰਦਾ ਵੀ ਜਿਹੜਾ ਨਾ ਇੱਕ ਜ਼ਿੰਮੇਵਾਰ ਬੰਦਾ ਹੈ ਉਹਦਾ ਨਾਂ ਵੀ ਜ਼ਿੰਮੇਵਾਰ ਹੋਣਾ ਚਾਹੀਦਾ ਜੀ ਈਵਨ ਕਿਤਾਬਾਂ ਦੇ ਨਾਂ ਬੜੇ ਚੇਂਜ ਕਰਵਾਏ ਨੇ ਦੋਸਤਾਂ ਮਿੱਤਰਾਂ ਦੀਆਂ ਦੇ ਅੱਛਾ ਹੁਣ ਤਾਂ ਲੋਕੀਂ ਜਿਹੜੇ ਨਿਆਣਾ ਜੰਪੇ ਦਾ ਨਾਂ ਮਿੱਤਰ ਉਤਰਾਉਂਦੇ ਆ ਤੁਸੀਂ ਸੱਚੀ ਹੱਸਦਾ ਹੋ। ਕਹਿੰਦੇ ਸਾਡੇ ਜੀ ਮੁੰਡਾ ਹੋਇਆ ਉਹਦਾ ਨਾਂ ਦੱਸੋ। ਜੀ। ਧੀ ਹੋਈ ਸਾਡੇ ਨਾਂ ਦੱਸੋ। ਹਮ। ਮੈਂ ਤਾਂ ਵੀ ਕਿਤਾਸ਼ ਪੋਣੇ ਜੀ ਨਾਂ ਦੱਸੋ। ਜੀ। ਇਹ ਇਹ ਮੇਰੀ ਇਸ ਮਾਮਲੇ ਦੇ ਵਿੱਚ ਥੋੜੀ ਜਿਹੀ ਨਾ ਦੁਕਾਨਦਾਰੀ ਚੱਲਦੀ ਹੈ। ਅੱਛਾ ਕਈਆਂ ਨੇ ਤੱਕਾ ਵੀ ਕਰ ਜਾਂਦਾ ਮੈਂ। ਇਹ ਮਨਿੰਦਰ ਨੂੰ ਮੈਂ ਕਿਹਾ ਮਨਿੰਦਰ ਨੂੰ ਯਮਲਾ ਜੀ ਦੀ ਹਾਜ਼ਰੀ ਜੀ ਕਿਹਾ। ਅੱਛਾ। ਮੈਂ ਕਿਹਾ ਉਸਤਾਦ ਜੀ ਨੂੰ ਨਾਂ ਦੇ ਦਿਓ ਆਪਣਾ ਨਰਿੰਦਰ ਯਮਲਾ ਜੱਟ। ਹਮ। ਉਦੋਂ ਤੱਕ ਕੋਈ ਗੋਈ ਸੀ ਉਦੋਂ ਤੱਕ ਲੇਖਕ ਨਹੀਂ ਸੀ ਅੱਛਾ। ਅੱਛਾ। ਉਹ ਲੇਖਕ ਬਣ ਕੇ ਨਿੰਦਰ ਕੋਈ ਘੈਂ ਵੀ ਨਾਂ ਚੱਲ ਗਿਆ ਉਹਦਾ। ਜੀ 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 ਕਿਉਂਕਿ ਉਹਦੀ ਰਸਵੰਤੀ ਜਿਹੜੀ ਵਾਰਤਕ ਹੈ ਉਹਦਾ ਬੜਾ ਬੜੀ ਕੀਮਤ ਹੈ ਉਹਦੀ ਬਿਲਕੁਲ ਬਿਲਕੁਲ ਜਿੱਦਾਂ ਕਿ ਦਿਲਜੀਤ ਦੀ ਗੱਲ ਹੈ ਦਿਲਜੀਤ ਦਾ ਨਾ ਅਸਲ ਪਹਿਲੀ ਵਾਰ ਮੈਨੂੰ ਸੁਣਾਈ ਇਹਨੇ ਆਪਣੇ ਮੁੰਡੇ ਨੇ ਵੀਰ ਸਾਡੇ ਨੇ ਯੂ ਨੋ ਯਾਰੋ ਫਾਈਨ ਟੂ ਨਾ ਰਜਿੰਦਰ ਰਜਿੰਦਰ ਫਾਈਨ ਟੂ ਰਜਿੰਦਰ ਸਿੰਘ ਕੈਸਟ ਲੈ ਕੇ ਆਇਆ ਜਸਵੰਤ ਸਾਹਿਬ ਕੋਲ ਅੱਛਾ ਕਹਿੰਦਾ ਜੀ ਮੈਂ ਉਦੋਂ ਵੀ ਨਾ ਰਵਿੰਦਰ ਗਰੇਵਾਲ ਨੂੰ ਰਿਕਾਰਡ ਕਰ ਚੁੱਕਿਆ ਸੀ ਜਸਵੰਤ ਸਾਹਿਬ ਦੇ ਕਹਿਣ ਤੇ ਅਸੀਂ ਵੀ ਰਿਕਵੈਸਟ ਕੀਤੀ ਸੀ ਜੀ ਜੀ ਫਿਰ ਵੱਡਾ ਤਾਂ ਜਸਵੰਤ ਸਾਹਿਬ ਦਾ ਰੋਲ ਸੀ ਬਿਲਕੁਲ ਤੇਰਵਿੰਦਰ ਗਰੇਵਾਲ ਨੇ ਬਾਤ ਬਹੁਤ ਵਰਤ ਦਿਖਾਈ ਆਪਣੀ ਜੀ ਬੜਾ ਅੱਛਾ ਉਹਦੋਂ ਗਰੁੱਪ ਬਣਾ ਕੇ ਉੱਥੇ ਉਹ ਮੁੰਡਾ ਸਾਡਾ ਦੋਸਤ ਸੀ ਦਲਜੀਤ ਊੜ ਕੋਟੀ ਉਹ ਗੀਤ ਲਿਖਦਾ ਹੁੰਦਾ ਸੀ ਅੱਛਾ ਉਹੀ ਤਰਜਾ ਬਣਾਉਂਦਾ ਹੁੰਦਾ ਸੀ ਉੱਥੇ ਉਹ ਪ੍ਰੈਨ ਕਰਦੇ ਸਾਰ ਬਹੁਤ ਅੱਛਾ ਕੰਮ ਕਰਦੇ ਸੀ ਜੀ ਜੀ ਬਿੰਦਰਖੇ ਸੱਚਮੁੱਚ ਮੇਲੇ ਤੇ ਬਹੁਤ ਆਇਆ ਜੀ ਜੀ ਕਦੀ ਪੈਸਾ ਲੈ ਕੇ ਨਹੀਂ ਆਇਆ ਜੀ ਜੀ ਹਾਂ ਸੋ ਇਸ ਕਰਕੇ ਇਹ ਜਿਹੜਾ ਦਿਲਜੀਤ ਦੀ ਗੱਲ ਹੈ ਉਹ ਇਹਨੂੰ ਸੁਣਾਇਆ ਉਹਨੇ ਤੇ ਮੈਨੂੰ ਕਹਿੰਦਾ ਦਿਲਜੀਤ ਨਾਮ ਦਾ ਸਿੰਗਰ ਗਾਇਆ ਰਿਕਾਰਡ ਕੀਤਾ ਮੈਂ ਹਮ ਮੈਨੂੰ ਜੇ ਤਾਂ ਆ ਗਿਆ ਮੈਂ ਕਹਿੰਦਾ ਇੱਕ ਵਾਰੀ ਮੈਨੂੰ ਯਾਦ ਆ ਪਰ ਜਦੋਂ ਵੀ ਉਹ ਫੰਕਸ਼ਨ ਸੀ ਸ਼ਾ ਜਾਤਾ ਬਾਬਾ ਜੀ ਦਾ ਰੋੜੀ ਮੇਲਾ ਸੀ ਜੀ ਕ੍ਰਿਸ਼ਨਰ ਬਾਬਾ ਹੋਰਾਂ ਦਾ ਯਾ ਮੈਨੂੰ ਲੱਗਦਾ ਹੈ ਕਿ ਵੰਜਲੀ ਦੀ ਤਾਂ ਜਸਵੀਰ ਵਾਲਾ ਫੰਕਸ਼ਨ ਸੀ ਅੱਛਾ ਨਿਰਮਲ ਕੰਡਕਟ ਕਰ ਰਿਹਾ ਸੀ ਜੀ ਤੇ ਬਿਜਲੀ ਚਲੀ ਗਈ ਤੇ ਉਹਨੇ ਨਾ ਅਨਾਉਂਸ ਕਰ ਦਿੱਤਾ ਵੀ ਜਿਹੜਾ ਮੁੰਡਾ ਸਭ ਤੋਂ ਸੋਹਣੀ ਪੱਗ ਵਾਲਾ ਸਟੇਜ ਤੇ ਆ ਜਾਵੇ ਤੇ ਜੇ ਭੰਗੜਾ ਜਾਣਦਾ ਹੋਵੇ ਅੱਛਾ ਤੇ ਛੱਪਾ ਮਾਰ ਕੇ ਨਿਆਣਾ ਸੀ ਨਿਕਾ ਜਾ ਇਹ ਉੱਤੇ ਸਟੇਜ ਤੇ ਆ ਗਿਆ ਇਹਨੇ ਬੜੇ ਚ ਸਟੈਪਸ ਲਏ ਹੂੰ ਮੈਂ ਪਛਾਣ ਲੜ ਜਾਂਦਾ ਨੂੰ ਮੈਂ ਕਰ ਜਾਂਦਾ ਤੇ ਉਹ ਮੁੰਡਾ ਉਹ ਨਹੀਂ ਜਿਹੜਾ ਸੋਨੇ ਦੀ ਪੱਗ ਬੰਨਦਾ ਤੇ ਇੱਥੇ ਕਿਤੇ ਰਹਿੰਦਾ ਦੁਗਰੀ ਤਰੀਕੇ ਤੇ ਇਹ ਉਹ ਹੀ ਹੈ ਮੈਂ ਕਹਿੰਦਾ ਯਾਰ ਤੇ ਤੇਰੀ ਗੱਲ ਮੰਨੇ ਨਾ ਤੇ ਉਹਨੂੰ ਕਹਦੇ ਵੀ ਜੇ ਤੂੰ ਸਿਹਾਰੀ ਪਾ ਲਵੇਂ ਦੱਦੇ ਦੇ ਮੂਰੇ ਦਿਲਜੀਤ ਕਰ ਲੈ ਤੇ ਦਿਲਜੀਤ ਬਣ ਜਾਵੇਂ ਤਾਂ ਮਤਲਬ ਲੈਣਾ ਪੈਣਾ ਲੱਗ ਸਕਦੀਆਂ ਨੇ ਮੈਨੂੰ ਬੜਾ ਚੰਗਾ ਲੱਗੇਗਾ ਉਹ ਤਾਂ ਲਾਲਚ ਤਾਂ ਮੈਨੂੰ ਆਪਣੇ ਸੀ ਮੈਂ ਵੀ ਆ ਦਲਜੀਤ ਤਾਂ ਦਲਨਨ ਜਿੱਤਣ ਵਾਲਾ ਹੋ ਗਿਆ ਦਿਲਜੀਤ ਜਿੱਤਣ ਵਾਲਾ ਹਰੇ ਹਾ ਦਿਲ ਜਿੱਤਣ ਵਾਲਾ ਹੋ ਗਿਆ ਵੀ ਯਾਰ ਘਟੂ ਘਟ ਕਹਿਣ ਜੋਗੇ ਤਾਂ ਹੋਵਾਂਗੇ ਪੀ ਮੈਂ ਨਾ ਰੱਖੇ इवन ਅਮਰ ਮੁਰੀ ਦਾ ਨਾ ਮੇਰਾ ਰੱਖਿਆ ਹੋਇਆ ਸੁਣ ਲੈ ਗੱਲ ਮੇਰੀ ਅੱਛਾ ਜੀ ਹਾਂ 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 ਉਹ ਅਮਰਜੀਤ ਸਿੰਘ ਆਵਾਜ਼ ਕੁੜੀ ਦਾ ਪਹਿਲਾ ਅੱਛਾ ਹਾਂ 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 ਇਹ ਤਾਂ ਮੈਂ ਲਿਖਿਆ ਵੀ ਉਹ ਦੀਦਾਰਨਾਮਾ ਕਿਤਾਬ ਦੇ ਵਿੱਚ ਆਰਟੀਕਲ ਮੇਰਾ ਉਹਦੇ ਵਿੱਚ ਰੈਫਰੈਂਸ ਆਉਂਦਾ ਇਸ ਗੱਲ ਦਾ ਜੀ 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 ਚਲੋ ਇਹ ਬਹੁਤੀ ਵੱਡੀ ਗੱਲ ਨਹੀਂ ਪਰ ਉਹ ਤਿੰयां ਸਾਡੇ ਤਿੰयां ਦੇ ਵਿੱਚ ਇੱਕ ਹੈ ਤੀ ਸਾਡਿਓ ਜੀ ਤੇ ਜਿਹੜੀ ਮੈਂ ਗੱਲ ਕਹਿਣੀ ਚਾਹੁੰਦਾ ਇਹ ਉਹਨੇ ਉਹਨੇ ਮੰਨ ਲਈ ਗੱਲ ਅੱਛਾ ਆਪਣੇ ਨੇ ਜਦੋਂ ਪੋਸਟਰ ਦੇਖਿਆ ਮੈਂ ਉਹ ਤੋਂ ਪਹਿਲਾਂ ਪੋਸਟਰ ਆਉਂਦਾ ਹੁੰਦਾ ਸੀ ਕੈਸਟ ਤੋਂ ਪਹਿਲਾਂ ਜੀ ਜੀ ਬਿਲਕੁਲ ਉਹ ਇਹ ਦਿਲਜੀਤ ਲਿਖਿਆ ਕਹਿੰਦਾ ਜੀ ਮੈਂ ਕਿਹਾ ਸੀ ਤੇ ਉਹ ਮੰਨ ਗਿਆ ਗਾ ਲੋ ਉਹ ਭਾਈ ਹੁਣ ਦੇਖ ਲੈ ਦੁਨੀਆ ਦਾ ਦਿਲ ਜਿੱਤਦਾ ਐਸੇ ਬੰਦੇ ਉਹ ਬਿਲਕੁਲ ਬਾਕੀ ਕੋਈ ਸ਼ੱਕ ਨਹੀਂ ਦਿਲਜੀਤ ਜੀ ਗੱਲ ਵਾ ਸਪਸ਼ਟ ਹੋਰ ਕਰਨੀ ਚਾਹੁੰਦਾ ਜੀ ਜੀ ਜ਼ਰੂਰ ਦਿਲਜੀਤ ਬਹੁਤ ਪਿਆਰਾ ਬੱਚਾ ਹੈ ਹੂੰ ਜ਼ਹੀਨ ਤਾਂ ਹੈ ਹੀ ਹੈ ਬ੍ਰੀਕ ਬੁੱਧ ਤਾਂ ਹੈ ਹੀ ਹੈ ਉਹ ਪਤਲ ਚਮੜਾ ਆ ਹੂੰ ਸੈਂਸਿਟਿਵ ਹੈ ਉਹਦਾ ਚਮੜੀ ਉਹਦੀ ਮੋਟੀ ਨਹੀਂ ਹੈਗੀ ਆਮ ਤੌਰ ਤੇ ਮਾਫ ਕਰਨਾ ਸਾਡੇ ਬਹੁਤੇ ਲੇਖਣ ਵਾਲੇ ਹੋਣ ਗਾਉਣ ਵਾਲੇ ਹੋਣ ਉਹਨਾਂ ਚਾ ਮੋਟਾ ਹੈ ਇਹ ਤੁਸੀਂ ਪਤਲ ਚੰਮਾਗੇ ਨਹੀਂ ਸੈਂਸਿਟਿਵ ਨਹੀਂ ਹੈਗੇ ਪਤਲ ਚੰਮਾ ਪਤਲੇ ਚੰਮਾ ਵਾਲਾ ਪਤਲੇ ਚੰਮਾ ਗੋਕਾ ਜਿਹਨੂੰ ਆਪਾਂ ਕਹਿੰਦੇ ਆ ਜੀ ਜੀ ਗੋਕੇ ਤੇ ਮੇ ਜੋ ਮਤਲਬ ਹੁੰਦਾ ਨਾ ਬਾਜੇ ਜਿਹਾ ਫਰਕ ਉਹੀ ਫਰਕ ਦਿਲਜੀਤ ਦਾ ਤੇ ਬਾਕੀ ਆਰਟਿਸਟਾਂ ਦਾ ਸੈਂਸਿਟਿਵ ਬਹੁਤ ਹੈ ਜੀ ਇਹ ਸੈਂਸਿਟਿਵਿਟੀ ਉਦੋਂ ਬਾਅਦ ਸਿਰਫ ਮੈਂ ਵੇਖੀ ਤੇ ਵੇਖੀ ਇਹ ਜਿਹੜੇ ਮੁੰਡੇ ਸਰਤਾਜ ਜੀ ਜੀ ਇਹ ਸੈਂਸਿਟਿਵ ਲੋਕ ਨੇ ਸਾਰੇ ਬਿਲਕੁਲ ਬਹੁਤ ਥੋੜੇ ਲੋਕ ਹੁੰਦੇ ਆ ਇਸ ਨਸਲ ਦੇ ਜੀ ਇੱਕ ਦੋ ਮੁੰਡੇ ਹੋਰ ਵੀ ਨਵੇਂ ਆਏ ਨੇ ਜੀ ਕੱਲ੍ਹ ਕੀ ਬਣਦਾ ਉਹਨਾਂ ਦਾ ਕੁਝ ਪਤਾ ਨਹੀਂ ਜੀ ਇਹ ਖਾਨ ਸਾਹਿਬ ਮੁੰਡਾ ਬੜਾ ਸੈnsਿਟੀਵਿਟੀ ਦਾ ਉਹ ਵੀ ਇੱਕ ਮਿਲ ਲੱਗਦਾ ਪ੍ਰਤੀਕ ਜਿਹਨੂੰ ਮਾੜਾ ਜਾ ਤੁਸੀਂ ਸ਼ੋਹ ਜੋ ਤੇ ਉਤਰਵਾ ਤੁਰਨ ਲੱਗ ਜਾਣ ਉਹਦੀ ਤੇ ਉਹ ਉਹ ਮਿੱਟੀ ਇਹਨਾਂ ਦੀ ਜੀ ਜੀ ਇਹਨਾਂ ਨੇ ਗੀਤ ਗਾ ਦਿੱਤਾ ਬਚਨ ਬੇਦਲ ਦਾ 128 ਕੁੜੀ ਦਾ 47 47 ਵੇਟ ਕੁੜੀ ਦਾ ਉਹ ਘਰ ਦੁਨੀਆਦਾਰ ਦੁਨੀਆ ਦੇ ਲੋਕਾਂ ਨੂੰ ਮਾੜਾ ਲੱਗਿਆ ਮੇਰੀ ਵੀ ਟੀਵੀ ਤੇ ਇੱਕ ਇੰਟਰਵਿਊ ਸੀ ਉੱਚ ਮੈਂ ਵੀ ਉਹ ਕਹਿੰਦਾ ਮੈਂ ਕਹਿਆ ਯਾਰ ਇਹੋ ਜਿਹੇ ਗੀਤ ਇਹਨਾਂ ਚੰਗੇ ਮਿੱਠੇ ਮੁੰਡੇ ਨੂੰ ਨਹੀਂ ਗਾਉਣੇ ਚਾਹੀਦੇ ਕਿਉਂਕਿ ਮੈਂ ਉਹਦੀ ਆਵਾਜ਼ ਦਾ ਕਾਇਲ ਹਾਂ ਉਹ ਟੀਵੀ ਤੇ ਜਦੋਂ ਆ ਗਿਆ ਤੇ ਉਹ ਲੋਕਾਂ ਨੇ ਉਹਨੂੰ ਵੀ ਕਿਤੇ ਕਹਿ ਕੋਈ ਤਾਂ ਹੁਣਾ ਵੀ ਤੇਰੇ ਖਿਲਾਫ ਗੱਲ ਗਲਸਾਨ ਕਹੀ ਹੈ। ਅੱਛਾ। ਉਹ ਮੇਰਾ ਇੱਕ ਬਹੁਤ ਪਿਆਰਾ ਬੱਚਾ ਮੇਰਾ। ਹੂੰ। ਜਿਵੇਂ ਤੁਸੀਂ ਪਿਆਰੇ ਹੋ ਉਸ ਤਰ੍ਹਾਂ ਵਾਲੇ। ਜੀ। ਤੁਹਾਡੇ ਤੋਂ ਵੱਧ ਪਿਆਰਾ ਮਤਲਬ ਕਹਿਣ ਦਾ ਮਤਲਬ। ਰਵਿੰਦਰ ਰੰਗੂਵਾਲ। ਅੱਛਾ। ਮੈਂ ਰੰਗੂਵਾਲ ਨੂੰ ਕਿਹਾ ਮੈਂ ਕਿਹਾ ਯਾਰ ਉਹਨੂੰ ਕਿਹਾ ਵੀ ਇਹੋ ਜਿਹਾ ਗੀਤ ਨਾ ਗਾ। ਉਹ ਕਾਫੀ ਨੇੜੇ ਆ ਉਹਦੇ। ਅੱਛਾ। ਉਹ ਚੰਚੇ ਦੇ ਇੱਕ ਦਿਨ ਮੇਰੇ ਕੋਲ ਯੂਨੀਵਰਸਿਟੀ ਆ ਕੇ ਦੋ ਜਣੇ। ਜੀ। ਕਿਹਾ ਅੰਕਲ ਦਿਲਜੀਤ ਤੁਹਾਨੂੰ ਮਿਲਣਾ ਹੈ। ਅੱਛਾ। ਵੇਰਾ ਤੇ ਉਹਦੀ ਫਿਲਮਾਂ ਜਿੰਨੇ ਸੀ ਬਹੁਤ ਐਕਟਿਵ ਹੋਤਾ ਜੀ ਜੀ ਤੇ ਮੇਰੇ ਕੋ ਕੋ ਪੱਤਰਕਾਰ ਦੋਸਤ ਬੈਠਾ ਸੀ ਤੇ ਪੱਤਰਕਾਰ ਨੇ ਸਤਾਨੀ ਕੀਤੀ ਉਹਨੇ ਨਾ ਰਿਕਾਰਡਿੰਗ ਕਰ ਲਈ اچھا ਉਹਨਾਂ ਨੇ ਮਿਲਣ ਦੀ ਮੇਰੇ ਮੇਰੇ ਨਾਲ ਮਿਲਣ ਦੀ ਤੇ ਉਹ ਕਹਿੰਦਾ ਅੰਕਲ ਮੈਨੂੰ ਮਾਫ ਕਰ ਦਿਓ ਮੈਂ ਉਹ ਗੀਤ ਗਾਇਆ ਤਾਂ ਹੈ ਪਰ ਮੈਂ ਇੱਕ ਕਮਿਟਮੈਂਟ ਕਰਦਾ ਕਿ ਮੈਂ ਇਹਨੂੰ ਅੱਜ ਤੋਂ ਬਾਅਦ ਸਟੇਜ ਤੇ ਮੈਂ ਆਪ ਨਹੀਂ ਗਾਵਾਂਗਾ ਹਾਂ ਜਿਹੜਾ ਰਿਕਾਰਡ ਹੋ ਗਿਆ ਉਹ ਤਾਂ ਲੋਕਾਂ ਚ ਜਾਲੇ ਚਲਾ ਗਿਆ ਹੁਣ ਉਹ ਕੁਝ ਕਰ ਨਹੀਂ ਸਕਦਾ ਮੈਂ ਘਟੋ ਘਟ ਉਹਨੂੰ ਆਪ ਨਹੀਂ ਗਾਵਾਂਗਾ ਆਪ ਨਹੀਂ ਗਾਵਾਂਗਾ ਬਾਤ ਉਹਨੇ ਕਰ ਨਿਊਯਾਰਕ ਦੇ ਸਟੇਜ ਤੇ ਗੱਲ ਆਖੀ ਵੀ ਕਿ ਮੇਰੀ ਅੰਕਲ ਨਾਲ ਕਮਿਟਮੈਂਟ ਹੈ ਮੈਨੂੰ ਸੁਣਾਉਣ ਲਈ ਮਜਬੂਰ ਨਾ ਕਰੋ ਮੈਂ ਨਹੀਂ ਸੁਣਾਉਣਾ ਜੀ ਜੀ ਉਹ ਮੈਨੂੰ ਬੜੀ ਚੰਗਾ ਲੱਗੀ ਗੱਲ ਹੈ ਜੀ ਜੀ ਯਾਰ ਵੀ ਮੈਂ ਨਾ ਕੋਈ ਅਧਿਕਾਰੀ ਆ ਨਾ ਕੋਈ ਲੈਣ ਦਾ ਕੋਈ ਦੇਣ ਪਰ ਇਹਨੂੰ ਇਨਾ ਇਨਾ ਇਤਰਾਵਾਂ ਵਿੱਚ ਗੱਲ ਦਾ ਕਿ ਮਤਲਬ ਵੀ ਇੱਕ ਸਿਆਣੀ ਉਮਰ ਦਾ ਬੰਦਾ ਮੇਰੇ ਤੋਂ ਵੱਡਾ ਜੰਮਿਆ ਹੋਇਆ ਹੈ ਕਿਉਂ 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 ਉਦਾਸ ਹੋਵੇ ਇਸ ਗੱਲ ਪਿੱਛੇ ਕਿ ਮੈਂ ਗੀਤ ਗਾਇਆ ਹ ਹ ਇਹ ਸੈਂਸਿਟੀਵਿਟੀ ਦੀ ਸਿਹਰ ਬਿਲਕੁਲ ਜੀ ਇਹ ਸੱਚ ਤੁਸੀਂ ਇਹ ਮੈਂ ਤੁਹਾਨੂੰ ਪਹਿਲੀ ਵਾਰ ਗੱਲ ਦੱਸ ਰਿਹਾ ਕਿ ਇਹ ਗੱਲ ਮੇਰੇ ਮਨ ਦੇ ਉੱਤੇ ਨਾ ਬੜੀ ਇੱਕੋ ਦੀ ਸਤਿਕਾਰਯੋਗਤਾ ਬਣਾਉਂਦੀ ਹੈ ਕਿ ਉਹਨੇ ਮੰਨਿਆ ਇਹ ਚੀਜ਼ ਇਹ ਗੱਲ ਪ੍ਰਵਾਨ ਕੀਤੀ ਔਰ ਉਸ ਤੋਂ ਬਾਅਦ ਵਾਕਈ ਉਹਨੇ ਸਟੇਜ ਤੇ ਆਪ ਨਹੀਂ ਗਿਆ ਜੀ 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 ਅੱਛਾ ਗਿੱਲ ਸਾਹਿਬ ਬਹੁਤ ਸਾਰੀਆਂ ਗੱਲਾਂ ਕੀਤੀਆਂ ਆਪਾਂ ਫੇਰ ਵੀ ਕਦੇ ਕਰਾਂਗੇ ਹੋਰ ਸਮਾ ਬਣਾਵਾਂਗੇ ਇਸੇ ਤਰ੍ਹਾਂ ਹੀ ਆਪਾਂ ਖੁੱਲੀਆਂ ਗੱਲਾਂ ਤੁਹਾਡੇ ਨਾਲ ਕਰਾਂਗੇ ਇਸ ਪ੍ਰੋਗਰਾਮ ਦੇ ਅਖੀਰ ਦੇ ਵਿੱਚ ਇਸ ਗੱਲਬਾਤ ਨੂੰ ਆਪਾਂ ਸਮੇਟੀਏ ਮੈਂ ਚਾਹੂੰਗਾ ਪੰਜਾਬੀ ਸੱਭਿਆਚਾਰ ਦੀ ਕਲਾ ਦੇ ਥੰਮ ਜਗਦੀਪ ਸਿੰਘ ਜਸਵਾਲ ਸਾਹਿਬ ਨਾਲ ਤੁਸੀਂ ਬੜਾ ਲੰਬਾ ਸਮਾਂ ਵਿਚਰੇ ਹੋ ਤੁਸੀਂ ਮੋਢੇ ਨਾਲ ਮੋਢਾ ਜੋੜ ਕੇ ਚੱਲੇ ਹੋ ਪ੍ਰੋਫੈਸਰ ਮੋਹਨ ਸਿੰਘ ਮੇਲੇ ਦੇ ਵਿੱਚ ਵੀ ਜ਼ਿੰਦਗੀ ਦੇ ਵਿੱਚ ਵੀ ਜਸਵਾਲ ਸਾਹਿਬ ਦੀ ਕੋਈ ਯਾਦ ਸੁਣਾਓ ਐਡੇ ਵੱਡੇ ਮੇਲੇ ਨੂੰ ਕਿਵੇਂ ਜੋੜਦੇ ਸੀ ਕਿਵੇਂ ਕਰਾਉਂਦੇ ਸੀ ਕਿ ਕਿਹੋ ਜਿਹਾ ਸੁਭਾਅ ਸੀ ਕਿ ਉਹ ਜੀ ਗੱਲਬਾਤ ਸੀ ਕਿਵੇਂ ਦੀ ਠੋਕ ਸੀ ਉਹਨਾਂ ਦੀ ਜਸਵਾਲ ਸਾਹਿਬ ਤਾਂ ਸ਼ਰੀਰਕ ਰੂਪ ਚ 2014 ਜਰੂਰ ਚਲੇ ਗਏ ਆ ਪਰ ਇਸ ਵਕਤ ਜਦੋਂ ਮੈਂ ਤੇਰੇ ਨਾਲ ਗੱਲ ਕਰ ਰਿਹਾ ਨਾ ਜੀ ਉਦੋਂ ਮੈਨੂੰ ਇਹ ਲੱਗਦਾ ਵੀ ਇਹ ਹੱਥ ਰੱਖ ਕੇ ਨਾ ਸਾਹਮਣੇ ਬੈਠੇ ਮੈਨੂੰ ਵੇਖ ਰਿਹਾ ਹੈ ਤੇ ਬਾਅਦ ਚ ਕਹਿਣਗੇ ਗੁਰਪ੍ਰਜਨ ਦਾ ਰਸਲਣਾ ਆਹ ਗਲਤ ਜਿਹੜੀ ਕਹੀ ਹੈ ਨਾ ਇਹ ਮੈਨੂੰ ਬਹੁਤ ਚੰਗੀ ਲੱਗੀ ਹੈ ਅੱਛਾ ਇਹ ਸੁਭਾ ਦਾ ਹਿੱਸਾ ਸੀ ਹੂੰ ਉਹ ਬੰਦਾ ਨਹੀਂ ਸੀ ਬੜੇ ਲੋਕਾਂ ਨੂੰ ਭੁਲੇਖਾ ਵੀ ਬੰਦਾ ਸੀ ਉਹ ਅੱਛਾ ਨਾ ਉਹ ਇੱਕ ਮੁਕੰਮਲ ਯੂਨੀਵਰਸਿਟੀ ਸੀ ਅੱਛਾ ਉਹ ਐਕਸੈਂਸਤਾ ਜੀ ਬੰਦਾ ਉਹ ਬੰਦਾ ਸਧਾਰਨ ਬੰਦਾ ਨਹੀਂ ਸੀ ਉਹਦਾ ਬੰਦਾ ਟ੍ਰਾਂਸਲੇਟ ਹੀ ਨਹੀਂ ਹੋਇਆ ਲੋਕੀ ਸਮਝ ਹੀ ਨਹੀਂ ਸਕਕੇ ਉਸ ਬੰਦੇ ਨੇ ਬੰਦਾ ਸ਼ੈਅ ਕੀ ਸੀ ਉਹ ਯਾਰ ਜਿਹੜਾ ਬੰਦਾ ਸਪੇਰੇ ਨੂੰ ਤਾਂ 2000 ਰੁਪਏ ਵਾਲੀ ਸ਼ਰਾਬ ਦੀ ਬੋਤਲ ਗਿਫਟ ਕਰ ਸਕਦਾ ਤੇ ਗਵਰਨਰ ਨੂੰ ਤੁੱਕੇ ਵਾਲੀ ਬੋਤਲ ਚੋਂ ਪੈਗ ਲਾ ਕੇ ਪਾ ਕੇ ਦੇ ਸਕਦਾ ਤੁਸੀਂ ਉਸ ਬੰਦੇ ਨੂੰ ਕੀ ਕੀ ਕਹੋਗੇ ਜਿਹੜਾ ਬੰਦਾ ਕਿਸੇ ਹੋਰ ਦੇ ਦੁੱਖ ਦੇ ਵਿੱਚ ਜੀ ਉਹਦੇ ਨਾਲ ਵੱਧ ਦੁਖੀ ਹੋ ਰਿਹਾ ਸੁਖ ਦੇ ਵਿੱਚ ਵੱਧ ਖੁਸ਼ੀ ਮਨਾ ਰਿਹਾ ਇਤਿਹਾਸ ਦੀਆਂ ਅਮਰ ਥਾਵਾਂ ਦਾ ਜ਼ਿਕਰ ਤੇ ਫਿਕਰ ਕਰ ਰਿਹਾ ਹੈ ਇਤਿਹਾਸ ਦੀ ਕਲੀ-ਕਲੀ ਗਲੀ ਚ ਘੁੰਮ ਰਿਹਾ ਜਿਹੜਾ ਲਾ ਗ੍ਰੈਜੂਏਟ ਹੈ ਅਲੀਗੜ੍ਹ ਮੁਸਲਮਾਨ ਯੂਨੀਵਰਸਿਟੀ ਦਾ ਡਬਲ ਐਮਏ ਪੰਜਾਬ ਯੂਨੀਵਰਸਿਟੀ ਦਾ ਅੱਛਾ ਉਹਦੇ ਨਾਲ ਹੀ ਸ਼ੁਰੂ ਕੀਤੀ ਪ੍ਰੈਕਟਿਸ ਡਾਕਟਰ ਸੁਖਦੇਵ ਸਿੰਘ ਗਿੱਲ ਸੁਖਦੇਵ ਸਿੰਘ ਕਾਂਗੜੇ ਲੁਧਿਆਣੇ ਦੀ ਕਚਹਿਰੀਆਂ 'ਚ ਜੀ ਉਹ ਤਾਮਨਾ ਨਾ ਦਾ ਗਵਰਨਰ ਰਿਟਾਇਰ ਹੋਇਆ ਜਸਵੰਤ ਸਾਹਿਬ ਦਾ ਸਿੱਖਰ ਮੇਲੇ ਸੀ ਜੀ ਇੱਕੋ ਦਿਨ ਇੱਕੋ ਖੋਖੇ ਜਿਹਾ ਦਮਨ ਪ੍ਰੈਕਟਿਕ ਸ਼ੁਰੂ ਕੀਤੀ ਲੁਧਿਆਣੇ ਅੱਛਾ ਐਸਐਸ ਕੰਗ ਸਾਬ ਨੇ ਜਿਹਨਾਂ ਦਾ ਬੇੜਾ ਚੀਫ ਸੈਕਟਰੀ ਰ ਪੰਜਾਬ ਦਾ ਰਵਨੀਤ ਸਿੰਘ ਕੰਗ ਹਮਮ ਔਰ ਸਰਜੇ ਦੇਵ ਸਿੰਘ ਜਸਵਾਲ ਨੇ ਅਲੀਗੜ ਮੁਸਲਿਮ ਹਿਸਟਰੀ ਜੋ ਲਾ ਕੀਤਾ 골ਡ ਮੈਡਲ ਨਾਲ ਜੀ ਐਮਏ ਪੰਜਾਬੀ ਐਮਏ ਗ੍ਰੀਟਿਨ ਕਲਚਰ ਸਾਇੰਸ ਕਿ ਦੀ ਪੰਜਾਬ ਵਸਤੀ ਚ ਜੀ ਉਸ ਬੰਦੇ ਦਾ ਵਿਜ਼ਨ ਬੜਾ ਵੱਡਾ ਸੀ ਜੀ ਜੀ ਸੰਗਤ ਗੋਪਾਲ ਸਿੰਘ ਖਾਲਸਾ ਨਾਲ ਕਰਤਾਰ ਸਿੰਘ ਸ਼ਮਸ਼ੇਰ ਨਾਲ ਪ੍ਰਸਮੋਹਨ ਸਿੰਘ ਨਾਲ ਹੂੰ ਔਰ ਮੇਰਾ ਖਿਆਲ ਹੈ ਕਿ ਪੋਲਿਟਿਕਸ ਦੇ ਵਿੱਚ ਵੀ ਉਸ ਬੰਦੇ ਨੇ ਕੋਈ ਐਸਾ ਨਾਰਮ ਨਹੀਂ ਜੀ ਮੰਨਿਆ ਜਿਹੜਾ ਸਿਆਸਤਦਾਨਾਂ ਵਾਲਾ ਲੁਟੇਰਿਆਂ ਵਾਲਾ ਹੋਵੇ ਹੂੰ ਫਿਰ ਯਾਦ ਹੈ ਇੱਕ ਵਾਰ ਕੀ ਹੋਇਆ ਉਹਨਾਂ ਨੂੰ ਪਲਾਟ ਮਿਲ ਗਿਆ ਇੱਕ ਐਮਐਲਏ ਕੋਟੇ ਦਾ ਬਹਾਲੀ ਚ ਅੱਛਾ ਅੱਛਾ ਤੇ ਜਿਵੇਂ ਨਾ ਬੰਦਾ ਚਿੱਠੀ ਨੂੰ ਚਿਮਟੇ ਨਾਲ ਚੁੱਕਦਾ ਜਿਵੇਂ ਸਪੋਲੀਆਂ ਨਿਕਲਿਆ ਹੁੰਦਾ ਜੀ ਜੀ ਚਿੱਠੀ ਫੜੀ ਤੇ ਇਹਦੇ ਅਪੜੀ ਅਪਾ ਦੀ ਬੜੀ ਚਿੱਠੀ ਪੜੀ 85 84 ਦੀ ਗੱਲ ਹੈ ਮੇਰੀ ਗੱਲ ਮੈਂ ਕੀ ਜਦਾ ਜੀ ਕਿ ਕੀ ਇਹ ਚ ਬਹੁਤ ਖਤਨਾਕ ਗੱਲ ਹੈ ਉਹ ਆ ਵੇਖਿਆ ਕੀ ਚਿੱਠੀ ਹੈ ਕੀ ਚਿੱਠੀ ਹੈ ਮੈਂ ਕਹਾਂ ਜੀ ਤੁਹਾਨੂੰ ਪਲਾਟ ਅਲਾਟ ਹੋਇਆ ਹਾਂ ਉਹਦੇ ਪੀ ਹੁੰਦਾ ਸੀ ਕਮਰ ਕਮਰ ਨਾ ਤਾਂ ਬੰਦਾ ਉਹ ਕਹਿੰਦੇ ਕਮਰ ਓਏ ਤੂੰ ਲੈ ਲਓ ਓਏ ਲੈ 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 ਮੇਰੇ ਮੇਰੇ ਘਣੋਂ ਲੈ 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 ਅੱਛਾ ਯਾਰ ਕਿਹੜਾ ਬੰਦਾ ਹੈ ਜਿਹੜਾ ਇਸ ਤਰ੍ਹਾਂ ਕਰੇਗਾ ਬਿਲਕੁਲ ਕਿਹੜਾ ਬੰਦਾ ਕਰੇਗਾ ਇਸ ਤਰ੍ਹਾਂ ਮੇਲੇ ਨਾਲ ਸੰਬੰਧਿਤ ਗੱਲਾਂ ਤੇ ਐਸੀਆਂ ਨੇ ਇੱਕ ਵਾਰ ਪੈਸੇ ਸਾਡੇ ਥੜਕੇ ਮੇਲੇ ਦੇ ਜੀ ਜੀ ਇਹਦੇ ਹੁਣ ਕੀ ਕਰੀਏ ਉਹ ਇੱਥੇ ਕੋਈ ਸਰਕਸ ਵਾਲੇ ਆਏ ਹੋਏ ਸੀ ਉਹਨਾਂ ਨੂੰ ਕਹਿੰਦੇ ਚੰਦੋਲ ਚ ਨਾਲ ਚ ਲਾ ਲਓ ਇੱਥੇ ਉਹਨਾਂ ਤੋਂ ਪੈਸੇ ਲੈਦੇ 5 ਕ 6000 ਰੁਪਈਆ ਅੱਛਾ ਮੇਲਾ ਲਾਉਣ ਵਾਸਤੇ ਜੀ ਅਗਲੀ ਸ਼ਾਮ ਅਗਲੀ ਸਵੇਰ ਅਸੀਂ ਮੈਂ ਤੇ ਦਰਸ਼ਨ ਸਿੰਘ ਮੱਕੜ ਜੀ ਤੇ ਜਰਨੈਲ ਸਿੰਘ ਆਰਟਿਸਟ ਜੀ ਜੀ ਤਿੰਨੇ ਜਣੇ ਜਸਵਰ ਨੂੰ ਮਿਲਣੇ ਚਲ ਗਏ ਪੰਜਾਬੀ ਭਵਨ ਅੱਛਾ ਉਹ ਪਿੱਛੇ ਬਿੜੇ ਭਾਂ ਦੇ ਕਿੰਨੇ ਜਾਣ ਅੱਛਾ ਮੈਂ ਜਸਵਰ ਤੋਂ 11 ਰੁਪਈਆ 100 ਰੁਪਈਆ ਕੀ ਕਿੰਨੀ ਜਾਂਦੇ ਉਹ ਕਹਿੰਦੇ ਉਹ ਸਰਕਸ ਵਾਲੇ ਦੇ ਕੇ ਜਿਉਂ ਨਾਲ ਜਿਹੜਾ ਗ੍ਰਾਹੀ ਕੀਤੀ ਉਹ ਜਿਹੜੇ ਪੈਸੇ ਕੀਤੇ ਸੀ ਉਹਨਾਂ ਨਾਲ ਕਮਿਟਮੈਂਟ ਕੀਤੀ ਸੀ ਉਹ ਪੈਸੇ ਦੇ ਗਏ ਉਹ ਗਣਦਿਆ ਅੱਛਾ ਉਹ ਇਹ ਗਿਰਦੀ ਮਿੰਡ ਦੀ ਕਰਦੇ ਘੁਰਤੇ ਖਰਚੇ ਘੁਰਤੇ ਜਿਹੜੇ ਬਿੱਲ ਪੇ ਕਰਨੇ ਸੀ ਕਰ ਕੋ ਲੈ ਦੇ ਵਿੱਚੋਂ ਨਾ 2500 ਰੁਪਏ ਬਚ ਗਿਆ ਅੱਛਾ ਤੇ ਉਹਨਾਂ ਨੂੰ ਐ ਲੱਗੇ ਵੀ ਜਿਵੇਂ ਨਾ 2500 ਰੁਪਈਆ ਨਾ ਹੋਵੇ 2500 ਸੱਪ ਬੈਠੇ ਹੋਣ ਅੱਛਾ ਇਹਦੇ ਉਹ ਇਹਨਾਂ ਦਾ ਕੀ ਕਰਾਂ ਇਹਨਾਂ ਦਾ ਕੀ ਕਰਾਂ ਮੈਂ ਕਹਿੰਦਾ ਮੈਨੂੰ ਦੇ ਦਿਓ ਇਹ ਤੂੰ ਵੀ ਕਰੇਗਾ ਮੈਂ ਕਿਹਾ ਮੈਂ ਜਰਨੈਲ ਨੂੰ ਦਿਆਂਗਾ ਜਰਨੈਲ ਨੂੰ ਕਹਾਂਗਾ ਕਿ ਮੈਨੂੰ ਮੋਹਨ ਸਿੰਘ ਦੀ ਪੇਂਟਿੰਗ ਬਣਾ ਕੇ ਦੇਵੇ ਜੀ ਹੁਣ ਤੱਕ ਮੋਹਨ ਸਿੰਘ ਦੀ ਜਿਹੜੀ ਪੇਂਟਿੰਗ ਚਲਦੀ ਹੈ ਨਾ ਅੱਛਾ ਉਹ ਉਹਨੂੰ ਉਸ 2500 ਰੁਪਏ ਦੀ ਜਰਨੈਲ ਤੋਂ ਬਣਵਾਈ ਸੀ ਅੱਛਾ 1986 ਚ ਵਾਹ ਜੀ ਵਾਹ ਜਿਹੜੀ ਹੁਣ ਸਾਰੇ ਪਾਪੂ ਤੋਂ ਇੰਟਰਨੈਸ਼ਨਲ ਜਿਹੜੀਆਂ ਪੇਂਟਿੰਗ ਚਲਦੀ ਸਾਰੇ ਉਹ ਤੋਂ ਬਣਵਾਈ ਸੀ ਜੀ ਮਤਲਬ ਅਸੀਂ ਅਸੀਂ ਉਸ ਬਤਨਿਆ ਜਾ ਤਾਂ ਨੇ ਨਾ ਮੇਰਾ ਖਿਆਲ ਹੈ ਵੀ ਉਹ ਵੱਖਰੀ ਮਿੱਟੀ ਸੀ ਯਾਰ ਜੀ ਵੱਖਰੀ ਮਿੱਟੀ ਸੀ ਵਕੀਮ ਜੀ ਸੋ ਗਿਲ ਸਾਹਿਬ ਕਦੇ ਫੇਰ ਵੀ ਤੁਹਾਨੂੰ ਫਰੋਲਾਂਗੇ ਅਸੀਂ ਆਵਾਂਗੇ ਤੁਹਾਡੇ ਕੋਲੇ ਬੜਾ ਕੁਝ ਹੈ ਤੁਹਾਡੇ ਕੋਲੇ ਬੜਾ ਉਹਨਾਂ ਸਮਿਆਂ ਚ ਲੈ ਗਏ ਅਸੀਂ ਸੋਚਿਆ ਵੀ ਨਹੀਂ ਸੀ ਦਰਸ਼ਕਾਂ ਨੂੰ ਵੀ ਬੜਾ ਵਧੀਆ ਲੱਗੇਗਾ ਉਹਨਾਂ ਸਮਿਆਂ ਚ ਪਰਤ ਕੇ ਜਦੋਂ ਫੇਰ ਦੇਖਣਗੇ ਝਾਕਣਗੇ ਉਹਨਾਂ ਗੱਲਾਂ ਨੂੰ ਯਾਦ ਕਰਨਗੇ ਤੁਸੀਂ ਬੜਾ ਹੀ ਖੋਲ ਕੇ ਬੜਾ ਖੁੱਲੇ ਦਿਲ ਨਾਲ ਬੜਾ ਚੰਗਾ ਤੁਸੀਂ ਅੱਜ ਦਰਸ਼ਕਾਂ ਦੇ ਰੂਬਰੂ ਹੋਏ ਮੈਂ ਖਾਸ ਤੌਰ ਤੇ ਸਾਡੀ ਸਾਰੀ ਟੀਮ ਵੱਲੋਂ ਸਾਡੇ ਸਮੁੱਚੇ ਦਰਸ਼ਕਾਂ ਵੱਲੋਂ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਦਾ ਕਰਦਾ। ਮੈਂ ਤਾਂ ਅਖੀਰ ਚ ਇਹ ਗੱਲ ਕਵਾਂਗਾ ਕਿ ਇਸ ਵਿੱਚ ਮੇਰਾ ਕੁਝ ਵੀ ਨਹੀਂ ਹੈ। ਇਹ ਤਾਂ ਹੈ ਮੌਸਮ ਸਰਸੇਰਾ। ਜੀ। ਜੇ ਮੇਰੇ ਗੁਲਦਸਤੇ ਵਿੱਚਲੇ ਤੈਨੂੰ ਫੁੱਲ ਪਿਆਰੇ ਲੱਗੇ। ਹੂੰ। ਇਹ ਮੇਰੇ ਵੱਡੇ ਵੀਰ ਬਹੁਤ ਪਿਆਰੇ ਸ਼ਾਇਰ ਪੂਸ਼ਨ ਦਾ ਜੀ ਕਾਲ ਹੈ। ਔਰ ਮੈਨੂੰ ਲੱਗਦਾ ਕਿ ਇਸ ਭਾਗੀ ਘੜੀ ਵਿਰਲ ਨਸੀਬ ਹੁੰਦੀ ਹੈ ਕਿ ਉਹ ਬੱਚੇ ਜਿਹੜੇ فاਸਲੇ ਤੋਂ ਮਿਲਦੇ ਨੇ ਜੀ ਉਹ ਕੋਲ ਆ ਕੇ ਤੁਹਾਡੇ ਕੋਲ ਬੈ ਕੇ ਤੁਹਾਡੇ ਦਿਲ ਦੀਆਂ ਗੱਲਾਂ ਜਾਣਨ ਸ਼ੁਕਰੀਆ ਜੀ ਮੇਰੀ ਉਹਦੇ ਬੰਦੇ ਦਾ ਅੱਜ ਸਾਸਿਕਾ ਨੂੰ ਚਾਜ ਦਾ ਜਵਾਬ ਦੇ ਦੇਵੇ ਨਾ ਤਾਂ ਬੰਦਾ 4 ਦਿਨ ਖੁਸ਼ੀ ਚ ਕੀਵਾ ਵਾ ਰਹਿਦਾ ਵੀ ਸ਼ੁਕਰ ਹੈ ਮੈਨੂੰ ਸਾਸਿਕਾ ਦਾ ਜਵਾਬ ਮਿਲ ਗਿਆ ਜੀ 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 ਸੋ ਪ੍ਰਭਾ ਬਿੱਟੂ ਮੈਂ ਤਾਂ ਤੇਰਾ ਧੰਨਵਾਦੀ ਆ ਪੁੱਤਰਾ ਨਹੀਂ ਸ਼ੁਕਰੀਆ ਇਹ ਤੂੰ ਕਿਸੇ ਸਿਆਸਤਦਾਨ ਦੀ ਥਾਂ ਤੇ ਕਿਸੇ ਵੱਡੇ ਕਲਾਕਾਰ ਦੀ ਥਾਂ ਦੇ ਉੱਤੇ ਕਿਸੇ ਖਿਡਾਰੀ ਥਾਂ ਦੇ ਉੱਤੇ ਮੇਰੇ ਕੋਲ ਆਇਆ ਤੇ ਬੇਰੇ ਰੀਜ ਪੁਗਾਈ ਤੁਸੀਂ ਇਹ ਸਾਰਾ ਕਿਹੜੇ ਜਗ੍ਹਾ ਹੋ ਗਿਆ ਇਹ ਬਿੱਟੂ ਨੇ ਮੈਨੂੰ ਇੰਟਰਵਿਊ ਕੀਤਾ ਹੋਇਆ ਤੁਸੀਂ ਇਹ ਸਾਰਾ ਕੁਝ ਹੀ ਹੋ ਜਿਹੜਾ ਜਿਹੜਾ ਕੁਝ ਤੁਸੀਂ ਕਿਹਾ ਬਹੁਤ ਸ਼ੁਕਰੀਆ ਜੀ ਤੇ ਦੋਸਤੋ ਤੁਹਾਡਾ ਸਭ ਤੋਂ ਵੱਧ ਧੰਨਵਾਦ ਜਿਨ੍ਹਾਂ ਨੇ ਅੱਜ ਦੀ ਇਸ ਗੱਲਬਾਤ ਨੂੰ ਮਾਣਿਆ ਕਦੇ ਫੇਰ ਵੀ ਅਸੀਂ ਹੋਰ ਗੱਲਾਂ ਬਾਤਾਂ ਨਾਲ ਫੇਰ ਅੰਗਰਭਜਨ ਸਿੰਘ ਗਿੱਲ ਸਾਹਿਬ ਉਹਨਾਂ ਨਾਲ ਜੁੜ ਬੈਠਾਂਗੇ ਤੇ ਤੁਹਾਡੇ ਰੂਬਰੂ ਹੋਵਾਂਗੇ ਇਹਨਾਂ ਨੂੰ ਲੈ ਕੇ ਤਦ ਤੱਕ ਲਈ ਮੈਨੂੰ ਬਿੱਟੂ ਚੱਕ ਵਾਲੇ ਨੂੰ ਦਿਓ ਇਜਾਜ਼ਤ ਧੰਨਵਾਦ